ਸਲੇਟੀ ਰੰਗੀ ਦਿਨ ਸੀ। ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠ ਲੈ ਕੇ ਪੂਰੋ ਮਟਰ ਕੱਢਦੀ ਪਈ ਸੀ। ਉਂਗਲਾਂ ਵਿੱਚ ਨੱਪੇ ਹੋਏ ਮਟਰ ਦਾ ਮੂੰਹ ਖੋਲ੍ਹ ਕੇ ਜਦੋਂ ਉਹਨੇ ਦਾਣਿਆਂ ਨੂੰ ਮੁੱਠ ਵਿੱਚ ਸਰਕਣਾ ਚਾਹਿਆ, ਇੱਕ ਚਿੱਟੀ ਸੁੰਡੀ ਉਹਦੇ ਅੰਗੂਠੀ ਨਾਲ ਲੱਗ ਗਈ। ਜਿਵੇਂ ਕਿਸੇ ਦਾ ਪੈਰ ਚਿੱਕੜ ਨਾਲ ਭਰੇ ਪਰਾਤੇ ਹੋਏ ਟੋਏ ਵਿੱਚ ਜਾ ਪਵੇ, ਪੂਰੋ ਨੂੰ ਇੱਕ ਕਚੀਰ ਕਰੀਚ ਆਈ। ਹੱਥ ਨੂੰ ਛੰਡ ਕੇ ਉਹਨੇ ਸੁੰਡੀ ਨੂੰ ਪਰਾਂ ਸੁੱਟ ਦਿੱਤਾ ਤੇ ਆਪਣੇ ਦੋਹਾਂ ਹੱਥਾਂ ਨੂੰ ਆਪਣੇ ਦੋਹਾਂ ਗੋਡਿਆਂ ਵਿੱਚ ਕੁੱਟ ਲਿਆ। ਪਰੇ ਹੋਏ ਮਟਰ, ਕੱਢੇ ਹੋਏ ਦਾਣੇ ਤੇ ਖਾਲੀ ਛਿਲਾਂ ਪੂਰੋ ਦੇ ਮੂੰਹ ਅੱਗੇ ਖਿਲਰਿਆ ਰਿਹਾ। ਜੋੜੇ ਹੋਏ ਗੋਡਿਆਂ ਵਿੱਚੋਂ ਹੱਥ ਕੱਟ ਕੇ ਉਹਨੇ ਆਪਣੇ ਕਲੇਜੇ ਨੂੰ ਨੱਪ ਲਿਆ। ਪੂਰੋ ਨੂੰ ਲੱਗਾ ਸਿਰ ਤੋਂ ਲੈ ਕੇ ਪੈਰ ਤੀਕਣ ਉਹਦਾ ਪਿੰਡ ਮਟਰਾਂ ਦੀ ਉਸ ਫਲੀ ਵਾਂਗਣ ਸੀ ਜਿਸ ਦੇ ਅੰਦਰ ਮਟਰਾਂ ਦੇ ਸੁੱਚੇ ਦਾਣਿਆਂ ਦੀ ਥਾਂ ਇੱਕ ਕਾਲੀ ਜ ਸੁੰਡੀ ਪਲਦੀ ਪਈ ਸੀ। ਪੂਰੋ ਨੂੰ ਆਪਣੇ ਸਾਰੇ ਅੰਗਾਂ ਨਾਲ ਕਰਹਿਤ ਆ ਗਈ। ਉਹਦਾ ਜੀ ਕੀਤਾ ਆਪਣੇ ਪੇਟ ਵਿੱਚ ਪਲਦੀ ਪਈ ਸੁੰਡੀ ਨੂੰ ਉਹ ਛੱਡ ਸੁੱਟੇ, ਆਪਣੇ ਪਿੰਡੇ ਨਾਲ ਉਹ ਚਾੜ ਦੇਵੇ। ਇਸ ਤਰ੍ਹਾਂ ਜਿਵੇਂ ਕੋਈ ਨੂੰਹਾਂ ਵਿੱਚੋਂ ਅੜਾ ਕੇ ਚੁੱਭੇ ਹੋਏ ਕੰਢੇ ਨੂੰ ਕੱਢ ਦਿੰਦਾ ਹੈ, ਜਿਸ ਤਰ੍ਹਾਂ ਕੋਈ ਚੰਬੜੇ ਹੋਏ ਪਕੜੇ ਨੂੰ ਲਾ ਸੁੱਟਦਾ ਹੈ, ਜਿਸ ਤਰ੍ਹਾਂ ਕੋਈ ਚੁੰਮਟੇ ਹੋਏ ਚਿੱਚੜ ਨੂੰ ਤਰੋੜ ਦਿੰਦਾ ਹੈ, ਜਿਸ ਤਰ੍ਹਾਂ ਕੋਈ ਲੱਗੀ ਹੋਈ ਚੋਕ ਨੂੰ ਪਰੋ ਸੁੱਟਦਾ ਹੈ। ਪੂਰੋ ਸਾਹਮਣੀ ਕੰਧ ਵੱਲ ਤੱਕਣ ਲੱਗ ਪਈ। ਬੀਤੇ ਹੋਏ ਦਿਨ ਇੱਕ ਇੱਕ ਕਰਕੇ ਉੱਥੋਂ ਲੰਘਦੇ ਪਏ ਸਨ। ਪੂਰੋ ਗੁਜਰਾਤ ਦੇ ਜ਼ਿਲ੍ਹੇ ਵਿੱਚ ਛੱਤੋਆਣੀ ਪਿੰਡ ਦੇ ਸ਼ਾਹਾਂ ਦੀ ਧੀ ਸੀ। ਸ਼ਾਹ ਜਿਹੜੇ ਚਿਰ ਹੋਈ ਸ਼ਾਹ ਨਹੀਂ ਸਨ ਰਹੇ, ਪਰ ਫਿਰ ਵੀ ਸ਼ਾਹ ਅਖਵਾਉਂਦੇ ਰਹੇ ਸਨ। ਦਿਨਾਂ ਦੇ ਫੇਰ ਨਾਲ ਸ਼ਾਹਾਂ ਦੇ ਉਸ ਘਰ ਦਾ ਇਹ ਹਾਲ ਹੋ ਗਿਆ ਸੀ ਕਿ ਉਹਨਾਂ ਨੇ ਉਹਨਾਂ ਦੇ ਦੇਗ ਬਾਰਿਆਂ ਦੇ ਵਲੋਟਿਆਂ ਵਰਗੇ ਵੱਡੇ ਵੱਡੇ ਭਾਂਡੇ ਵੀ ਵਿਕ ਗਏ ਸਨ। ਉਹ ਭਾਂਡੇ ਜਿਨ੍ਹਾਂ ਉੱਤੇ ਉਹਨਾਂ ਦੇ ਵੱਡੇ ਵਡੇਰਿਆਂ ਦੇ ਨਾਂ ਖੁੰਦੇ ਹੋਏ ਸਨ। ਜਿਉਂਦੀ ਜਾਗਦੀ ਇਸ ਨਾਮੋਸ਼ੀ ਤੋਂ ਬਚ ਕੇ ਪੂਰੋ ਦਾ ਪਿਓ ਤੇ ਚਾਚਾ ਆਪਣਾ ਪਿੰਡ ਛੱਡ ਕੇ ਸਿਆਮ ਤੁਰ ਗਏ ਸਨ। ਉੱਥੇ ਉਹਨਾਂ ਦੇ ਦਿਨ ਛੱਪਦੇ ਰਹੇ, ਛੱਪਦੇ ਹੀ ਪਰਤ ਪਏ। ਪੂਰੋ ਉਦੋਂ ਭੱਜੀ ਫਿਰਦੀ ਸੀ ਤੇ ਉਹਦੀ ਮਾਂ ਦੇ ਕੁੱਛੜ ਇੱਕ ਮੁੰਡਾ ਸੀ। ਉਜੜੇ ਹੋਏ ਸ਼ਾਹਾਂ ਦਾ ਟੱਬਰ ਫਿਰ ਆਪਣੇ ਪਿੰਡ ਛੋਤੋਆਣੀ ਆਇਆ। ਪੂਰੋ ਦੇ ਪਿਓ ਨੇ ਆਪਣਾ ਗਹਿਣਾ ਪਿਆ ਹੋਇਆ ਕੋਠਾ ਛੁਡਵਾਇਆ ਤੇ ਆਪਣੇ ਵਡੀਕਿਆਂ ਦੇ ਨਾਂ ਦੀ ਲਾਜ ਰੱਖੀ। ਭਾਵੇਂ ਉਹਦੇ ਪਿਓ ਨੂੰ ਇੱਕ ਨਵਾਂ ਕੋਠਾ ਉਸਾਰਨ ਲਈ ਵੀ ਇਸ ਤੋਂ ਘੱਟ ਪੈਸੇ ਖਰਚਣੇ ਪੈਂਦੇ, ਪਰ ਉਸ ਨੂੰ ਅੰਨੇ ਵਾਹ ਲੱਗੀ ਹੋਈ ਵਿਆਜ ਦਾ ਵੀ ਕਿਆਸ ਨਾ ਕੀਤਾ ਤੇ ਇੱਕ ਵਾਰੀ ਦੰਦਾਂ ਹੇਠ ਜੀਪ ਤਰ ਕੇ ਆਪਣੇ ਵੱਡਿਆਂ ਦੀ ਰਾਖ ਵਿਆਖੀ। ਦਾਣੇ ਪੱਠੇ ਤੇ ਹੋਰ ਨਿੱਕੇ ਸੁੱਕੇ ਸਾਮ ਸਿਕਰ ਕੇ ਉਹ ਫਿਰ ਸਿਆਮ ਤੁਰ ਗਏ, ਪਰ ਹੁਣ ਉਹਨਾਂ ਦਾ ਕੋਠਾ ਉਹਨਾਂ ਦਾ ਨਾਂ ਪਿੱਛੇ ਪਿੰਡ ਵਿੱਚ ਵਸਦਾ ਰਿਹਾ। ਉਸ ਤੋਂ ਅਗਲੀ ਵਾਰ ਜਦੋਂ ਉਹ ਆਪਣੇ ਪਿੰਡ ਪਰਤਦੇ ਉਦੋਂ ਪੂਰੋ ਪੂਰੀਆਂ 14 ਵਰਿਆਂ ਦੀ ਸੀ। ਉਸ ਤੋਂ ਛੋਟਾ ਉਹਦਾ ਇੱਕ ਭਰਾ ਸੀ, ਉਸ ਤੋਂ ਛੋਟੀਆਂ ਉਸ ਦੀਆਂ ਉਤੋ ਤਿੜੀਆਂ ਦੀਆਂ 3 ਭੈਣਾਂ ਸਨ ਤੇ ਅਦਕੀ ਉਸ ਦੀ ਮਾਂ ਨੂੰ 6ਵੀਂ ਵਾਰ ਕਿਸੇ ਬੱਚੇ ਦੀ ਉਮੀਦ ਸੀ ਤੇ ਐਤਕੀ ਉਸਦੀ ਮਾਂ ਨੂੰ 6ਵੀਂ ਵਾਰ ਕਿਸੇ ਬੱਚੇ ਦੀ ਉਮੀਦ ਸੀ।
ਸ਼ਾਹਾਂ ਦੇ ਉਸ ਟੱਬਰ ਨੇ ਪਿੰਡ ਆ ਕੇ ਪਹਿਲਾ ਕੰਮ ਇਹ ਕੀਤਾ ਕਿ ਨਾਲ ਦੇ ਪਿੰਡ ਰੋਤੇਵਾਲ ਇੱਕ ਚੰਗੇ ਸਰ ਦੇ ਪੁਰਸ਼ ਦੇ ਘਰ ਵਿੱਚ ਪੂਰੋ ਵਸਤੇ ਮੁੰਡਾ ਤੱਕਿਆ। ਉਸਦੀ ਮਾਂ ਸੋਚਦੀ ਸੀ ਭਈ ਜਦੋਂ ਉਹ ਨਹਾ ਤੋਂ ਉੱਠੇਗੀ ਬੜੀਆਂ ਰੀਝਾਂ ਨਾਲ ਉਹ ਧੀ ਦੇ ਕਾਜ ਆਰੰਭੇਗੀ। ਐਤਕੀ ਉਹ ਪੱਕਾ ਸੋਚ ਕੇ ਆਏ ਸਨ ਭਈ ਇਹ ਪਾਰ ਉਹ ਜ਼ਰੂਰ ਲਾ ਕੇ ਆਉਣਗੇ। ਪੂਰੋ ਦੇ ਹੋਣ ਵਾਲੇ ਸੋਹਰਿਆਂ ਦੇ ਘਰ ਉਹਨਾਂ ਦਿਨਾਂ ਵਿੱਚ ਤ੍ਰੈ ਲਵੇਰੇ ਸਨ ਤੇ ਪਿੰਡ ਵਿੱਚ ਉਹਨਾਂ ਦਾ ਪਹਿਲਾ ਮਕਾਨ ਸੀ ਜਿਹਦੇ ਉੱਤੇ ਪੱਕੀਆਂ ਇੱਟਾਂ ਤੇ ਮਮਟੀ ਪਈ ਹੋਈ ਸੀ। ਘਰ ਦੇ ਮੱਤੇ ਉੱਤੇ ਉਹਨਾਂ ਨੇ ਓਮ ਲਿਖਵਾਇਆ ਹੋਇਆ ਸੀ। ਮੁੰਡਾ ਸ਼ਕਲੋ ਸੁਨੱਖਾ ਤੇ ਅਕਲੋ ਹੋਣਹਾਰ ਦਿਸਦਾ ਸੀ। ਪੂਰੋ ਦੇ ਪਿਓ ਨੇ 5 ਰੁਪਈਏ ਦਾ ਗੁੜ ਦੀ ਰੋੜੀ ਦੇ ਕੇ ਮੁੰਡੇ ਨੂੰ ਰੋਕ ਲਿਆ ਸੀ। ਉਹਨਾਂ ਦਿਨਾਂ ਵਿੱਚ ਗੁਜਰਾਤ ਦੇ ਜ਼ਿਲ੍ਹਾ ਵਿੱਚ ਦਵੋਟੀ ਰਿਸ਼ਤੇ ਹੁੰਦੇ ਸਨ। ਜਿਸ ਮੁੰਡੇ ਨਾਲ ਪੂਰੋ ਦੀ ਮੰਗਣੀ ਹੋਈ ਉਸ ਦੇ ਬਦਲੇ ਉਸ ਮੁੰਡੇ ਦੀ ਭੈਣ ਪੂਰੋ ਦੇ ਭਰਾ ਨਾਲ ਮੰਗੀ ਗਈ। ਭਾਵੇਂ ਪੂਰੋ ਦਾ ਭਰਾ ਜਦੋਂ ਮਸਾਂ 12 ਵਰ੍ਹਿਆਂ ਦਾ ਸੀ ਤੇ ਉਸ ਦੀ ਮੰਗੇਤਰ ਅਮਲੋਂ ਅਸਲੋਂ ਨਿੱਕੀ। ਦੋਹਾਂ ਵਰ੍ਹਿਆਂ ਪਿੱਛੋਂ ਤਿਓਖਲੀ 3 ਧੀਆਂ ਜੰਮ ਕੇ ਪੂਰੋ ਦੀ ਮਾਂ ਥੱਕ ਲੱਗੀ ਸੀ ਤੇ ਹੁਣ ਜਦੋਂ ਕਿ ਉਹਨਾਂ ਦੇ ਦਿਨ ਪਰਤ ਪਏ ਸਨ ਘਰ ਵਿੱਚ ਰਜਵਾ ਖਾਣ ਨੂੰ ਸੀ, ਲੋੜੀਂਦਾ ਹਟਾਉਣ ਨੂੰ ਸੀ। ਉਹਦਾ ਜੀ ਕਰਦਾ ਸੀ ਉਹਦੇ ਘਰ ਫਿਰ ਇੱਕ ਪੁੱਤਰ ਜੰਮੇ। ਐਤਕੀ ਮਾਂ ਨੇ ਪਿੰਡ ਆ ਕੇ ਦੂਜਾ ਕੰਮ ਇਹ ਕੀਤਾ ਕਿ ਬਿੰਦ ਮਾਤਾ ਦੀ ਪੂਜਾ ਕਰਵਾਈ। ਪਿੰਡ ਦੀਆਂ ਕੁਝ ਜਨਾਨੀਆਂ ਨੇ ਪੂਰੋ ਉਰਾਂ ਦੇ ਵਿਹੜੇ ਵਿੱਚ ਗੋਬਰ ਦੀ ਇੱਕ ਗੁੱਠੀ ਬਣਾਈ। ਸੂਹੀ ਚੁੰਨੀ ਨੂੰ ਕਿਨਾਰੀ ਲਾ ਕੇ ਉਸ ਗੁੱਡੀ ਤੇ ਸਿਰ ਉੱਤੇ ਦਿੱਤੀ। 2 ਸਮੇਂ ਸੋਨੇ ਦੀ ਨਿੱਕੀ ਜੀਆਂ ਨੱਥਾਂ ਬਣਵਾ ਕੇ ਗੁੱਡੀ ਦੇ ਨੱਕ ਵਿੱਚ ਪਈਆਂ ਤੇ ਸਾਰਿਆਂ ਨੇ ਗਾਵਿਆ, ਬਿਧ ਮਾਤਾ ਰੁੱਸੀ ਆਵੀ ਤੇ ਮੰਨੀ ਜਾਵੀ, ਬਿਧ ਮਾਤਾ ਰੁੱਸੀ ਆਵੀ ਤੇ ਮੰਨੀ ਜਾਵੀ। ਉਹਨਾਂ ਦੇ ਤੇ ਉਹਨਾਂ ਦੇ ਲਾਗੇ ਚਾਗੇ ਦੇ ਪਿੰਡ ਵਿੱਚ ਜਨਾਨੀਆਂ ਨੂੰ ਇਹ ਯਕੀਨ ਸੀ ਕਿ ਹਰ ਬੱਚੇ ਦੀ ਆਮਦ ਵੇਲੇ ਬਿਧ ਮਾਤਾ ਆਪ ਆਉਂਦੀ ਹੈ। ਜੇ ਤਾਂ ਬਿਧ ਮਾਤਾ ਆਪਣੇ ਪਤੀ ਨਾਲ ਹੱਸਦੀ ਖੇਡਦੀ ਆਉਂਦੀ ਹੈ ਤਾਂ ਆ ਕੇ ਝਟਪਟ ਕੁੜੀ ਬਣਾ ਕੇ ਤੁਰ ਜਾਂਦੀ ਹੈ ਕਿਉਂਕਿ ਉਸ ਨੂੰ ਆਪਣੇ ਪਤੀ ਕੋਲ ਜਾਣ ਦੀ ਕਾਲ ਹੁੰਦੀ ਹੈ। ਪਰ ਜਦੋਂ ਬਿਧ ਮਾਤਾ ਆਪਣੇ ਪਤੀ ਨਾਲ ਗੁੱਸੇ ਰਾਜੀ ਹੋ ਕੇ ਆਉਂਦੀ ਹੈ ਤਾਂ ਉਹਨੂੰ ਵਾਪਸ ਜਾਣ ਦੀ ਬਹੁਤ ਕਾਲ ਤਾਂ ਹੁੰਦੀ ਨਹੀਂ, ਆ ਕੇ ਚੋਖਾ ਚਿਰ ਪੈਂਦੀ ਹੈ ਤੇ ਆਰਾਮ ਨਾਲ ਮੁੰਡਾ ਬਣਾਉਂਦੀ ਹੈ। ਜੋ ਜਨਾਨੀਆਂ ਨੇ ਫਿਰ ਗਾਣਾ ਸ਼ੁਰੂ ਕੀਤਾ, ਬਿਧ ਮਾਤਾ ਰੁੱਸੀ ਆਵੀ ਤੇ ਮੰਨੀ ਜਾਵੀ, ਬਿਧ ਮਾਤਾ ਰੁੱਸੀ ਆਵੀ ਤੇ ਮੰਨੀ ਜਾਵੀ। ਬਿਧ ਮਾਤਾ ਖੋਰੇ ਕਿਤੇ ਨੇੜੇ ਹੀ ਸੁਣਦੀ ਪਈ ਸੀ, ਉਸ ਨੇ ਉਹਨਾਂ ਦਾ ਆਖਾ ਮੰਨ ਲਿਆ। 15-16 ਦਿਨਾਂ ਪੂਰੇ ਪੂਰੋ ਦੀ ਮਾਂ ਨੂੰ ਜਾਤਕ ਹੋ ਪਿਆ। ਸ਼ਾਹਾਂ ਦੇ ਦੂਰੋਂ ਨੇੜਿਆਂ ਤੇ ਪਾਰੋਂ ਪਰਾਰੋਂ ਲੰਘਦਿਆਂ ਰਿਸ਼ਤੇਦਾਰਾਂ ਨੂੰ ਵੀ ਵਧਾਈਆਂ ਮਿਲਣ ਲੱਗੀਆਂ। ਫਿਕਰ ਵਾਲੀ ਸਿਰਫ ਇੱਕੋ ਇਹ ਗੱਲ ਸੀ ਕਿ ਮੁੰਡਾ ਤ੍ਰਿਖਲ ਸੀ। 3 ਭੈਣਾਂ ਉੱਤੇ ਇਹ ਪਾਰਾ ਜੰਮਿਆ ਸੀ। ਪੂਰੋ ਦੀ ਮਾਂ ਨੂੰ ਡਾਢਾ ਫਿਕਰ ਸੀ ਭਈ ਮੁੰਡਾ ਕਿਵੇਂ ਬਚ ਪਏ ਸਹੀ ਤੇ ਬੱਚੇ ਵੀ ਤਾਂ ਮਾਂ ਪਿਓ ਉੱਤੇ ਪਾਰਾ ਨਾ ਹੋਵੇ। ਬਿਧ ਮਾਤਾ ਨੂੰ ਮਨਾਉਣ ਵਾਲੀਆਂ ਜਨਾਨੀਆਂ ਫਿਰ ਇੱਕ ਵਾਰ ਜੁੜੀਆਂ ਤੇ ਕਹਿ ਕੇ ਵੱਡੇ ਸਾਰੇ ਥਾਲ ਨੂੰ ਵਿੱਚੋਂ ਦੀ ਪਾੜ ਕੇ ਮੁੰਡੇ ਨੂੰ ਉਰਾਰ ਪਾੜ ਲੰਘਾਇਆ ਨਾਲੋਂ ਗਾਉਂਦੀਆਂ ਰਹੀਆਂ, ਤ੍ਰਿਖਲਾਂ ਦੀ ਪਾੜ ਆਈ, ਤ੍ਰਿਖਲਾਂ ਦੀ ਪਾੜ ਆਈ।
ਤਿੰਨਾਂ ਕੁੜੀਆਂ ਦੀ ਪਾੜ ਪਿੱਛੋਂ ਸੁੱਖਾਂ ਨਾਲ ਜੰਮੇ ਮੁੰਡੇ ਦੇ ਸਾਰੇ ਸਗਨ ਮਨਾ ਕੇ ਹੁਣ ਯਕੀਨ ਹੋ ਗਿਆ ਭਈ ਮੁੰਡਾ ਬਚ ਨਿਕਲੇਗਾ। 15ਵੇਂ ਉੱਠਦੇ ਵਰੇ ਦੇ ਨਾਲ ਪੂਰੋ ਦੇ ਅੰਗ ਅੰਗ ਨੂੰ ਇੱਕ ਹੁਲਾਰਾ ਆ ਗਿਆ ਸੀ। ਪਿਛਲੇ ਵਰੇ ਦੀਆਂ ਸਾਰੀਆਂ ਕਮੀਜ਼ਾਂ ਉਹਨੂੰ ਸੋੜੀਆਂ ਹੋ ਪਈਆਂ ਸਨ। ਨਾਲ ਦੀ ਮੰਡੀਓ ਉਸਨੇ ਫੁੱਲਾਂ ਵਾਲੀ ਫੀਟ ਦੇ ਨਵੇਂ ਚੱਗੇ ਸਵਾਏ। ਚੁੰਨੀਆਂ ਨੂੰ ਕਿੰਨਾ ਕਿੰਨਾ ਅਬਰਕ ਲਾ ਕੇ ਬਣਾਇਆ। ਪੂਰੋ ਦੀਆਂ ਸਹੇਲੀਆਂ ਨੇ ਉਸਨੂੰ ਦੂਰੋਂ ਹੀ ਉਹਦਾ ਮੰਗੇਤਰ ਰਾਮ ਚੰਦ ਵਿਖਾ ਛੱਡਿਆ ਸੀ। ਉਸਦੀਆਂ ਅੱਖਾਂ ਵਿੱਚ ਉਹਦੀ ਨੁਹਾਰ ਸਗਵੀ ਦੀ ਸਗਵੀ ਲਾਹੀ ਗਈ ਸੀ ਤੇ ਉਹਨੂੰ ਸੋਚ ਸੋਚ ਕੇ ਉਸਦਾ ਮੂੰਹ ਲਾਲ ਹੋ ਜਾਂਦਾ ਸੀ। ਉਹ ਨਿਸੰਗ ਹੋ ਕੇ ਕੱਟ ਦੀ ਬਾਹਰ ਨਿਕਲ ਸਕਦੀ ਸੀ। ਨਾਲ ਦੇ ਪਿੰਡ ਵਾਲਿਆਂ ਦਾ ਇਸ ਪਿੰਡ ਵਿੱਚ ਬੇਖੇਰਾ ਆਉਂਦਾ ਜਾਂਦਾ ਆਉਣਾ ਜਾਣਾ ਸੀ। ਉਹਦੇ ਸਹੁਰੇ ਪਿੰਡ ਵਾਲੇ ਉਸ ਨੂੰ ਤੱਕ ਲੈਣਗੇ, ਇਸ ਗੱਲ ਉਹ ਬੜੀ ਤਰਿੰਦੀ ਸੀ। ਨਾਲੇ ਹੁਣ ਇਹ ਪਿੰਡ ਵੀ ਬਹੁਤਾ ਮੁਸਲਕਾ ਜਿਹਾ ਹੋ ਗਿਆ ਸੀ। ਉਹ ਜ਼ਰਾ ਦਿਨ ਟੱਲੇ ਉਹ ਤੇ ਉਹਦੀਆਂ ਸਹੇਲੀਆਂ ਪੈਲੀਆਂ ਵੱਲ ਪਾਉ ਚਾਉ ਆਉਂਦੀਆਂ ਸਨ। ਕਈ ਵਾਰ ਆਪਣੀਆਂ ਪੈਲੀਆਂ ਕੋਲੋਂ ਹੀ ਹੁੰਦੀ ਕੱਚੀ ਸੜਕ ਦੇ ਕੋਲ ਵਾਰ ਉਹ ਅਟਕ ਰਹਿੰਦੀਆਂ, ਕਦੇ ਕੋਈ ਸਾਗ ਚੁਣਨ ਬਹਿ ਜਾਂਦੀ, ਕਦੇ ਕਿਸੇ ਬੇਰੀ ਕੋਲ ਅੜ ਖਲੋਂਦੀ, ਬੇਲ ਡਾਂਦੀ ਤੇ ਚੁਣਦੀ ਤੇ ਸਹੇਲੀਆਂ ਨੂੰ ਗੱਲੀ ਕੱਥੀ ਲਈ ਰੱਖਦੀ। ਉਹ ਸੜਕ ਉਹਦੇ ਹੋਣ ਵਾਲੇ ਸਹੁਰਿਆਂ ਨੂੰ ਜਾਂਦੀ ਸੀ। ਮਨ ਹੀ ਮਨ ਵਿੱਚ ਉਹ ਸੋਚਦੀ, ਕਦੇ ਜੇ ਭਲਾ ਉਹਦਾ ਮੰਗੇਤਰ ਅੱਜ ਇੱਥੇ ਦੀ ਲੰਘ ਪਵੇ, ਉਹ ਲੰਘਦੇ ਜਾਂਦੇ ਨੂੰ ਇੱਕ ਵਾਰ ਤੱਕ ਲਵੇ। ਉਸਦਾ ਦਿਲ ਉਸ ਸੜਕ ਦੇ ਕੰਢੇ ਖਲੋ ਕੇ ਤੜਕ ਤੜਕ ਪੈਂਦਾ। ਫਿਰ ਸਾਰੀ ਸਾਰੀ ਰਾਤ ਉਹ ਆਪਣੇ ਜਵਾਨ ਮੰਗੇਤਰ ਦੇ ਸੁਪਨਿਆਂ ਨਾਲ ਲੱਗੀ ਰਹਿੰਦੀ। ਇੱਕ ਦਿਹਾੜੇ ਪੂਰੋ ਨੂੰ ਉਹਦੀ ਨਵੀਂ ਜੁੱਤੀ ਅੱਡੀ ਕੋਲੋਂ ਡਾਢੀ ਲੱਗਦੀ ਸੀ। ਸਹੇਲੀਆਂ ਦੇ ਨਾਲ ਨਾਲ ਤੁਰਦੀ ਵੀ ਪਿੱਛੋਂ ਪਿੱਛਾ ਰਹਿ ਜਾਂਦੀ ਸੀ। ਉਹ ਤੇ ਉਹਦੀ ਸਹੇਲੀਆਂ ਪਹਿਲੀਆਂ ਤੋਂ ਹੋ ਕੇ ਘਰਾਂ ਨੂੰ ਪਈਆਂ ਮੁੜਦੀਆਂ ਸਨ। ਸਾਂਝ ਦਾ ਹਨੇਰਾ ਪੰਗੇਰੇ ਹੋਏ ਸਿੱਕੇ ਵਾਕਰ ਖਿਲਰ ਪਿਆ ਸੀ। ਖੇਤਾਂ ਦੀ ਵੱਟ ਵੱਟ ਤੁਰਦੀਆਂ ਕੁੜੀਆਂ ਪਿੰਡ ਦੀ ਡੰਡੀ ਉੱਤੇ ਪੈ ਗਈਆਂ ਸਨ। ਕਦੇ ਉਹ ਡੰਡੀ ਚੋੜੀ ਖਾਲ ਮਖਾਲੀ ਜ਼ਮੀਨ ਉੱਤੇ ਨਿਸੰਗ ਹੋ ਕੇ ਲੰਘਦੀ ਸੀ ਤੇ ਕਦੀ ਕੁਝ ਰੁੱਖਾਂ ਪਿੱਪਲ ਦੀ ਝਾੜੀਆਂ ਦੇ ਨਾਲ ਨਾਲ ਉਹਨਾਂ ਦੀ ਬਾਂਹ ਫੜ ਫੜ ਕੇ ਅੱਗੇ ਵੱਧਦੀ ਸੀ। ਸਭੇ ਕੁੜੀਆਂ ਅਗੇੜੇ ਪਿਛੇੜੇ ਆਪਣੀ ਡੰਡੀ ਉੱਤੇ ਪਈਆਂ ਹੋਈਆਂ ਸਨ। ਪੂਰੋ ਜ਼ਰਾ ਪਛੇਤੇ ਰਹਿ ਗਈ ਸੀ। ਸੱਜੇ ਪੈਰੀ ਦੀ ਅੱਡੀ ਕੋਲ ਇੱਕ ਵੱਡਾ ਸਾਰਾ ਛਾਲਾ ਉਹਨੂੰ ਉਭਰ ਪਿਆ ਸੀ। ਉਸਨੇ ਤੁਕ ਜੁੱਤੀ ਦੇ ਦੋਵੇਂ ਪੈਰ ਲਾ ਕੇ ਹੱਥ ਵਿੱਚ ਫੜ ਲਏ ਤੇ ਪੈਰ ਜਜ਼ਬੇ ਪੁੱਟਣ ਲੱਗੀ। ਕੁੜੀਆਂ ਪੂਰੋ ਨੂੰ ਆਉਂਦੀ ਹੁੰਦੀਆਂ ਸਨ ਕਿ ਉਹਦਾ ਸੱਜਾ ਪੈਰ ਖੱਬੇ ਨਾਲੋਂ ਪਾਰਾ ਸੀ। ਉਹਨੂੰ ਸੱਜੇ ਪੈਰ ਜੁੱਤੀ ਲੱਗਦੀ ਸੀ, ਇਸੇ ਤਰ੍ਹਾਂ ਉਸਦਾ ਸੱਜਾ ਹੱਥ ਵੀ ਖੱਬੇ ਹੱਥ ਨਾਲੋਂ ਪਾਰਾ ਸੀ। ਮਲਾ ਜੀ ਚੂੜਾ ਚੜਨੀਆਂ ਲੱਗੀਆਂ ਪਤਾ ਲੱਗੇਗਾ, ਉਸਨੂੰ ਕੁੜੀਆਂ ਛੇੜਦੀਆਂ ਸਨ। ਹੁਣ ਉਸਦੀਆਂ ਅੱਖਾਂ ਅੱਗੇ ਆ ਗਿਆ, ਭਈ ਜਿਵੇਂ ਸੁੱਚੇ ਦੰਦਾਂ ਦੀਆਂ ਲਾਲ ਚੂੜੀਆਂ ਉਹਦੀਆਂ ਬਾਹਾਂ ਵਿੱਚ ਪਈਆਂ ਚੜਦੀਆਂ ਸਨ। ਪਿਛਲੇ ਮਕੋਲੀਆਂ ਚੂੜੀਆਂ ਪਾਣ ਤੇ ਮਗਰੋਂ ਅਗਲੀਆਂ ਛੋਟੀਆਂ ਚੂੜੀਆਂ ਪੂਰੋ ਦੇ ਸੱਜੇ ਹੱਥ ਵਿੱਚ ਫਸ ਗਈਆਂ ਨੇ। ਕਈ ਨੇ ਤੇਲ ਨਾਲ ਉਹਦੀ ਅੰਗੂਠੀ ਦੀ ਹੱਡ ਨੂੰ ਮੁਲਾਇਮ ਤੇ ਫਿਰ ਜ਼ੋਰ ਹੀ ਕੀਤਾ। ਦੰਡ ਖੇਡਦੀ ਲਾਲ ਚੂੜੀ ਨੂੰ ਉਹਦੀ ਬਾਂਹ ਵੱਲ ਪਕੜ ਲੱਗਾ।
ਗੁਰੂ ਨੂੰ ਖਿਆਲ ਆਇਆ ਜੇ ਭਲਾ ਉਹਦਾ ਦੰਦ ਦੀ ਲਾਲ ਚੂੜੀ ਉਹਦੇ ਸੱਜੇ ਹੱਥ ਵਿੱਚ ਟੁੱਟ ਪਵੇ। ਉਸ ਦਾ ਕਲੇਜੇ ਵਿੱਚ ਇੱਕ ਪੱਕਾ ਵੱਜਾ, ਹਾਏ ਇਹ ਸ਼ਗਨ ਕਿੱਡਾ ਭੈੜਾ ਸੀ। ਉਹਦੀ ਸਗਣਾ ਦੀ ਚੂੜੀ, ਉਹਦੇ ਸੁਹਾਗ ਦੀ ਚੂੜੀ ਕਿਉਂ ਉਹਦੇ ਹੱਥ ਵਿੱਚ ਟੁੱਟੇ? ਪੂਰੋ ਨੇ ਆਪਣੇ ਸੱਜੇ ਹੱਥ ਨੂੰ ਇੱਕ ਫਿਟਕਾਰ ਨਾਲ ਤੱਕਿਆ, ਸਾਈਆਂ ਉਹਦੇ ਮੰਗੇਤਰ ਜੁਗ ਜੁਗ ਜੀਵੇ, ਲੱਖਾਂ ਸੈ ਵਰਿਆਂ ਜੀਵੇ। ਉਹ ਚਿਤਵਨ ਲੱਗੀ, ਫਿਰ ਉਸਨੂੰ ਯਾਦ ਆਇਆ ਉਹਨਾਂ ਦੇ ਪਿੰਡ ਇੱਕ ਚੂੜਾ ਚੜਾਂਦੀ ਕੁੜੀ ਦੀ ਕੁੜੀ ਸੱਚ ਦੀ ਚੂੜੀ ਸੱਚਮੁੱਚ ਟੁੱਟ ਗਈ ਸੀ। ਕੋਲ ਖਲੋਤੀਆਂ ਜਨਾਨੀਆਂ ਆਰਾਮ ਆਰਾਮ ਕਹਿ ਕੇ ਰੱਬ ਕੋਲੋਂ ਉਹਦੇ ਪਤੀ ਦੀ ਖੈਰ ਮੰਗਣ ਲੱਗ ਪਈਆਂ ਸਨ। ਫਿਰ ਸੁਨਿਆਰੇ ਕੋਲੋਂ ਪਤਲੀ ਜਿਹੀ ਸੋਨੇ ਦੀ ਤਾਰ ਉਸ ਟੁੱਟੀ ਹੋਈ ਚੂੜੀ ਵਿੱਚ ਪੁਰਵਾ ਕੇ ਉਸ ਕੁੜੀ ਨੂੰ ਫਿਰ ਉਹ ਚੂੜੀ ਚੜਾਈ ਸੀ, ਜਿਵੇਂ ਕਿ ਉਹਦਾ ਪਤੀ ਦੀ ਉਹਨਾਂ ਨੇ ਟੁੱਟੀ ਗੰਢ ਲਈ ਸੀ। ਪੂਰੋ ਇਹਨਾਂ ਸਗਨਾ ਕੁਸਗਨਾ ਦੇ ਵਿਚਾਰ ਵਿੱਚ ਫਸੀ ਹੋਈ ਸੀ ਕਿ ਖੱਬੇ ਪਾਸੇ ਦੇ ਪਿੱਪਲ ਓਲੇ ਇੱਕ ਬੰਦਾ ਨਿਕਲ ਕੇ ਉਸਦੇ ਸਾਹਮਣੇ ਖਲੋ ਗਿਆ। ਪੂਰੋ ਦੇ ਕਾਲਜੇ ਠਹਿ ਕਰਕੇ ਵੱਜਾ, ਉਸਨੇ ਚੱਟ ਦੇਣੀ ਤੱਕਿਆ, ਉਹਨਾਂ ਦੇ ਪਿੰਡ ਦਾ ਜਵਾਨ ਮੁੰਡਾ ਰਸ਼ੀਦਾ ਉਹਦੇ ਮੂਹਰੇ ਖਲੋਤਾ ਸੀ। ਰਸ਼ੀਦੇ ਨੇ ਖੋਰੇ ਬਾਈਵਾ ਚਵੀਵਾ ਬਾਈਆਂ ਚੌਵੀਆਂ ਵਾਰਾ ਹੋਣਾ। ਉਹਦੀ ਪਰੀ ਹੋਈ ਜਵਾਨੀ ਉਹਦੇ ਮੂੰਹ ਉੱਤੇ ਖੁਹੇਰ ਪਈ ਜਾਂਦੀ ਸੀ। ਪੂਰੋ ਨੇ ਤੱਕਿਆ, ਰਸ਼ੀਦ ਦੀਆਂ ਦੋਵਾਂ ਅੱਖਾਂ ਉਸਦੇ ਮੂੰਹ ਉੱਤੇ ਪਾਟ ਪਾਟ ਪਈਆਂ ਪੈਂਦੀਆਂ ਸਨ। ਉਹ ਕੰਬੀ, ਉਸਦੇ ਮੂੰਹ ਹਲਕੀ ਜਿਹੀ ਚੀਕ ਨਿਕਲੀ ਤੇ ਉਹ ਰਸ਼ੀਦੇ ਦੇ ਪਾਸੋਂ ਬਚ ਕੇ ਭੱਜ ਖਲੋਤੀ। ਉਹ ਭੱਜਦੀ ਭੱਜਦੀ ਕੁੜੀਆਂ ਦੇ ਸੰਗ ਵਿੱਚ ਜਾ ਰਲੀ। ਹੁਣ ਉਹ ਆਪਣੇ ਘਰਾਂ ਦੀਆਂ ਮੁਹਾਠਾਂ ਕੋਲ ਅੱਪੜ ਪਈਆਂ ਸਨ। ਉਹਦਾ ਸਾਹ ਵਿੱਚ ਸਾਹ ਨਹੀਂ ਸੀ ਰਲਦਾ। ਇੰਨਾ ਹੀ ਸ਼ੁਕਰ ਸੀ ਰਸ਼ੀਦੇ ਨੇ ਉਹਨੂੰ ਹੱਥ ਨਾ ਲਾਇਆ, ਰਸ਼ੀਦੇ ਨੇ ਉਹਨੂੰ ਮੂੰਹੋਂ ਕੁਝ ਨਾ ਕਿਹਾ। ਨੀ ਮੁੰਡਾ ਸੀ ਕਿ ਸ਼ੀ ਸੀ, ਸਹੇਲੀਆਂ ਨੇ ਉਹਨੂੰ ਮਖੌਲ ਕੀਤਾ, ਪਰ ਪੂਰੋ ਦੀ ਅਜੇ ਵੀ ਜਾਨ ਵਿੱਚ ਜਾਨ ਨਹੀਂ ਸੀ ਆਉਂਦੀ ਪਈ। ਨੀ ਪੈੜੀਏ, ਸ਼ੀ ਦੇ ਨੀਰਾ ਪਾੜ ਹੀ ਖਾਂਦੇ ਹੈ, ਸ਼ਹਿਦ ਦੇ ਨੀਰਾ ਪਾੜ ਹੀ ਖਾਂਦੇ ਨੇ। ਆਉਂਦੇ ਨੇ ਜੇ ਰਿੱਛਾਂ ਕਿਸੇ ਕੱਲੀ ਕਾਰੀ ਜਨਾਨੀ ਨੂੰ ਮਿਲ ਪਵੇ ਤਾਂ ਉਹਨੂੰ ਮਾਰਦਾ ਨਹੀਂ, ਚੁੱਕ ਖੜਦਾ ਹੈ, ਆਪਣੀ ਗੁਫਾ ਵਿੱਚ ਲਿਜਾ ਕੇ ਉਹਨੂੰ ਆਪਣੀ ਤ੍ਰਿਮਤ ਬਣਾ ਲੈਂਦਾ ਹੈ। ਸਹੇਲੀਆਂ ਵਿੱਚੋਂ ਇੱਕ ਨੇ ਗੱਲ ਸੁਣਾਈ। ਪੂਰੋ ਦੀ ਜਾਨ ਫਿਰ ਮੁੱਠੀ ਵਿੱਚ ਦੱਬੀ ਕੱਤੀ। ਹਾਏ ਉਹ ਕਰਮਾ ਸੜੀ ਦਾ ਹਾਲ ਕੀ ਹੋਵੇ ਜਿਹਨੂੰ ਰਿੱਛਾਂ ਆਪਣੀ ਜਨਾਨੀ ਬਣਾ ਲਵੇ। ਸੋਚ ਸੋਚ ਕੇ ਉਸਦਾ ਰੰਗ ਉੱਡਣ ਲੱਗ ਪਿਆ। ਉਸਨੂੰ ਫਿਰ ਰਸ਼ੀਦੇ ਦੀਆਂ ਫੈਲੀਆਂ ਫੈਲੀਆਂ ਅੱਖਾਂ ਯਾਦ ਆ ਗਈਆਂ। ਹੁਣ ਪੂਰੋ ਆਪਣੇ ਘਰ ਅੱਪੜ ਪਈ ਸੀ। ਸਹੇਲੀਆਂ ਹੱਸਦੀਆਂ ਖੇਡਦੀਆਂ ਅੱਗੇ ਲੰਘ ਗਈਆਂ। ਉਸ ਤੋਂ ਦੂਜੇ ਦਿਨ ਜਦੋਂ ਉਹ ਤੇ ਉਹਦੇ ਸਾਥਣਾਂ ਪੈਲੀਆਂ ਵਿੱਚੋਂ ਮੰਗੇਰੇ ਪਈਆਂ ਤੋੜਦੀਆਂ ਸਨ, ਛੋਈਆਂ ਜਿਹੀ ਉਸ ਨੇ ਦੋ ਮੁੱਠ ਮਗਰੇ ਕੋਲ ਵਗਦੇ ਖੂਹ ਤੋਂ ਲਿਆਂਦੇ। ਨਿੱਕੇ ਮੋਂਗਰਿਆਂ ਦੀਆਂ ਡੰਡੀਆਂ ਤੋੜ ਕੇ ਉਸ ਨੇ ਤਰੇ ਚਾਰ ਮੋਂਗਰੇ ਆਪਣੇ ਮੂੰਹ ਵਿੱਚ ਪਾ ਲਏ। ਜਿਉਂ ਹੀ ਉਸਨੇ ਤੱਕਿਆ, ਲਾਗਲੇ ਰੁੱਖ ਕੋਲ ਰਸ਼ੀਦਾ ਖਲੋਤਾ ਹੋਇਆ ਸੀ। ਪੂਰੋ ਦੀਆਂ ਲੱਤਾਂ ਵਿੱਚ ਜਿਵੇਂ ਕਿਸੇ ਨੇ ਜਾਨ ਹੀ ਪਰੂ ਲਵੀ ਹੋਵੇ। ਡਰ ਉਸਦੇ ਮੂੰਹ ਉੱਤੇ ਲਮਕ ਲਮਕ ਪੈਂਦਾ ਸੀ। ਸੋਹਣਿਓ, ਡਰਦੇ ਕਿਉਂ ਹੋ? ਅਸੀਂ ਤੇ ਤੁਹਾਡੇ ਚਾਕਰ ਹਾਂ, ਅੱਜ ਰਸ਼ੀਦਾ ਬੋਲ ਹੀ ਪਿਆ ਸੀ। ਰਸ਼ੀਦੇ ਦੇ ਮੂੰਹ ਉੱਤੇ ਇੱਲਤ ਪਈ ਚੱਕਦੀ ਸੀ। ਪੂਰੋ ਨੂੰ ਇੰਜ ਹੀ ਲੱਗਾ ਜਿਵੇਂ ਹੁਣੇ ਰਸ਼ੀਦਾ ਰਿੱਛ ਦੇ ਚੌੜੇ ਪੰਜੇ ਵਾਂਗ ਉਹਦੇ ਮੂੰਹ ਉੱਤੇ ਉੱਲਰ ਪਵੇਗਾ। ਉਹਦੀਆਂ ਲੰਮੀਆਂ ਲੰਮੀਆਂ ਉਂਗਲਾਂ ਰਿੱਛ ਦੇ ਨੂੰਹਾਂ ਵਾਂਗ ਉਹਦੇ
ਗਲ ਦੁਆਲੇ ਫੈਲ ਜਾਣਗੀਆਂ। ਫਿਰ ਉਹ ਉਸ ਨੂੰ ਪਰੋਂਦਾ ਜਾਵੇਗਾ ਤੇ ਫਿਰ ਕਰਮਾ ਨੂੰ ਉਸਨੇ ਤੱਕਿਆ। ਸਾਹਮਣੇ ਉਹ ਦੋ ਕੌਮੀ ਪਏ ਲੱਗੇ ਆਉਂਦੇ ਸਨ। ਰਸ਼ੀਦਾ ਉਂਝ ਤਾਂ ਉਂਝੇ ਖਲੋਤਾ ਹੋਇਆ ਸੀ, ਉਹ ਲਾਲ ਟਮਾਟਰਾਂ ਨਾਲ ਭਰੀ ਹੋਈ ਕਿਆਰੀ ਦੇ ਉੱਤੇ ਛਲਾਂਗ ਮਾਰ ਕੇ ਤਿੱਖੇ ਤਿੱਖੇ ਪੈਰ ਸੁੱਟਦੀ ਸਹੇਲੀਆਂ ਵਿੱਚ ਜਾ ਮਿਲੀ। ਉਸ ਦਿਨ ਉਹ ਡਾਢੀ ਨਡਾਲ ਜਿਹੀ ਹੋ ਗਈ। ਸਾਰਾ ਰਾਹ ਕੁੜੀਆਂ ਦਾ ਹੱਥ ਫੜ ਫੜ ਕੇ ਟੁਰਦੀ ਰਹੀ, ਪਰਛਾਵਿਆਂ ਤੋਂ ਵੀ ਕੰਬ ਕੰਬ ਪੈਂਦੀ ਰਹੀ, ਨਿੱਕੇ ਨਿੱਕੇ ਖੜਾਕੇ ਤੋਂ ਵੀ ਤਰਹਿ ਤਰਹਿ ਉੱਠਦੀ ਰਹੀ। ਉਸਨੇ ਨਾ ਕੁਛ ਮਾਂ ਨੂੰ ਦੱਸਿਆ ਤੇ ਨਾ ਕੁਛ ਪਿਓ ਨੂੰ। ਉਹਦੀ ਸਹੇਲੀਆਂ ਕਹਿੰਦੀਆਂ ਸਨ, ਭਲਾ ਇਹ ਵੀ ਕੋਈ ਗੱਲ ਹੈ ਮਾਵਾਂ ਪਿਓਵਾਂ ਨਾਲ ਕਰਨ ਵਾਲੀ? ਜਵਾਨ ਜਹਾਨ ਕੁੜੀਆਂ ਨੂੰ ਰਾਹ ਜਾਂਦੇ ਛੂੰਹਦੇ ਤੱਕਦੇ ਚਾਕਦੇ ਹੀ ਆਏ ਨੇ। ਮੂੰਹ ਜ਼ਬਾਨੀ ਕਦੇ ਉਹਨਾਂ ਦੇ ਗੁਲਾਮ ਬਣਦੇ, ਕਦੇ ਉਹਨਾਂ ਦੇ ਚਾਕਰ ਸਦੀਂਦੇ, ਆਲੜ ਪੈਲੜ ਬੋਲਦੇ ਹੀ ਆਏ ਨੇ। ਬੋਲੀ ਜਾਣ ਪੌਂਕੀ ਜਾਣ, ਭਲਾ ਕੋਈ ਕੁੱਤਿਆਂ ਦੇ ਭੌਂਕਣ ਤੋਂ ਡਰ ਕੇ ਸੜਕਾਂ ਉੱਤੇ ਤੁਰਨਾ ਛੱਡ ਪੈਂਦਾ ਹੈ? ਉਹ ਦਿਹਾੜੇ ਉਹਨਾਂ ਦੇ ਪਿੰਡ ਵਿੱਚ ਇੱਕ ਛੀਆਂ ਸੱਤਾ ਵਰਿਆਂ ਦੇ ਜਾਤਕ ਨੂੰ ਇੱਕ ਹਲਕੇ ਕੁੱਤੇ ਨੇ ਕੱਟ ਖਾਧਾ। ਗਲੀ ਮੁਹੱਲੇ ਦੀਆਂ ਤ੍ਰੀਮਤਾਂ ਨੇ ਰਲ ਕੇ ਮੁੰਡੇ ਦੇ ਜ਼ਖਮ ਉੱਤੇ ਲਾਲ ਮਿਰਚਾਂ ਬੱਧੀਆਂ। ਮਿਰਚਾਂ ਤੇ ਦੀ ਕੁੜੀ ਧਨ ਨਾਲ ਕੁੱਤੇ ਦੇ ਦੰਦਾਂ ਦਾ ਜ਼ਹਿਰ ਸੜ ਜਾਂਦਾ ਹੈ। ਪੂਰੋ ਨੇ ਇਹ ਖ਼ਬਰ ਸੁਣੀ, ਪੈਂਦੀ ਸੱਟੇ ਉਹਦੇ ਦਿਲ ਵਿੱਚ ਖਿਆਲ ਆਇਆ ਕਿ ਉਹ ਸੂਈਆਂ ਮਿਰਚਾਂ ਕੁੱਟ ਕੇ ਰਸ਼ੀਦੀ ਦੀਆਂ ਅੱਖਾਂ ਵਿੱਚ ਭਰ ਦੇਵੇ। ਰਸ਼ੀਦੀ ਦੀਆਂ ਅੱਖਾਂ ਨੂੰ ਸੋਚ ਸੋਚ ਕੇ ਉਸਨੂੰ ਜ਼ਹਿਰ ਚੜਦਾ। ਸਹੇਲੀਆਂ ਉਸ ਦੀਆਂ ਬਾਹਾਂ ਪਰੋਂਦੀਆਂ, ਪਰ ਉਹਦਾ ਹੀ ਨਹੀਂ ਸੀ ਪੈਂਦਾ ਕਿ ਉਹ ਪੈਲੀਆਂ ਵੱਲ ਜਾਏ। ਨਾਲੇ ਹੁਣ ਉਸਦਾ ਕਾਜ ਨੇੜੇ ਨੇੜੇ ਆਉਂਦਾ ਪਿਆ ਸੀ। ਉਸਦੇ ਪਿਓ ਨੇ ਘਿਓ ਤੇ ਮੈਦਾ ਇਕੱਠਾ ਕਰਕੇ ਅੰਦਰ ਭਰ ਲਿਆ ਸੀ। ਉਸਦੀ ਮਾਂ ਪੀਲੇ ਪੱਟੇ ਨਾਲ ਪਰੋਤੇ ਹੋਏ ਬਾਗਾਂ ਨਾਲ ਲੱਕੜੀ ਦੇ ਸੰਦੂਕ ਭਰ ਕੇ ਆਤੀ ਸੀ। ਸਿਆਮੋਂ ਆਉਂਦੇ ਹੋਏ ਸੱਚੇ ਤੇਵਰਾਂ ਦੀਆਂ ਤੈਹਾਂ ਜੋੜ ਕੇ ਉਹਨੇ ਦਾਜ ਵਾਲਾ ਚਿੱਟਾ ਟਰੰਗ ਤੁੜ ਦਿੱਤਾ ਸੀ। ਚੁੰਨੀਆਂ ਵਾਸਤੇ ਨਿੱਕੀ ਬਾਂਕੜੀਆਂ ਪਨ ਪਨ ਕੇ ਉਹਦੇ ਪੋਟੇ ਵੀ ਰਹਿ ਗਏ ਸਨ। ਪਿਛਲੇ ਅੰਦਰ ਦਾ ਮੂੰਹ ਚਮ ਚਮ ਪਿਆ ਕਰਦਾ ਸੀ, ਜਿਹਦੇ ਵਿੱਚ ਉਹਨੇ ਪੂਰੋ ਦੇ ਦਾਜ ਲਈ ਪਿੱਤਲ ਤੇ ਪੂਰੇ 51 ਭਾਂਡੇ ਜੋੜੇ ਹੋਏ ਸਨ। ਉਹਨਾਂ ਦਿਨਾਂ ਵਿੱਚ ਪਿੰਡਾਂ ਅੰਦਰ ਕਰੋਸ਼ੀਏ ਦਾ ਕੰਮ ਬੜਾ ਮਸ਼ਹੂਰ ਸੀ। ਪੂਰੋ ਨੇ ਕਰੋਸ਼ੀਏ ਦੀਆਂ ਟਿੱਕੀਆਂ ਜੋੜ ਜੋੜ ਪਲੰਘਾਂ ਦੀ ਪੂਰੀ ਚਾਦਰ ਬਣਾਈ ਸੀ। ਦਸੂਤੀ ਦੀਆਂ ਤੰਦਾਂ ਗਿਣ ਗਿਣ ਕੇ ਚੁਨੁੱਕਰ ਫੁੱਲ ਪਾਣੇ ਸਿੱਖੇ ਤੇ ਆਪਣੇ ਹੱਥੀ ਆਪਣੇ ਦਾਜ ਲਈ ਡੋਲੂ ਦੇ ਮੁੜੇ ਬਣਾਏ ਸਨ। ਇੱਕ ਦਿਨ ਪਾਲਕ ਦੇ ਕੁੱਲੇ ਕੁੱਲੇ ਪੱਤਲ ਤੋੜ ਕੇ ਪੂਰੋ ਨੇ ਸਾਗ ਚਾੜਿਆ। ਉਸਦੀ ਮਾਂ ਸੁਤੜੀ ਨੂੰ ਉੱਠੀ ਹੋਈ ਪੀੜੀ ਉੱਤੇ ਬਹਿ ਕੇ ਆਪਣੇ ਮੁੰਡੇ ਨੂੰ ਦੁੱਧ ਦਿੰਦੀ ਪਈ ਸੀ। ਪੂਰੋ ਨੇ ਕਹਾੜਨੀ ਨੂੰ ਵਾੜ ਕੇ ਛੋਟੇ ਜਿਹੇ ਗੁੱਛੇ ਨਾਲ ਚੰਗੀ ਤਰ੍ਹਾਂ ਕੁਚੀਆਂ, ਫਿਰ ਸਾਗ ਨੂੰ ਧੋ ਪਾਇਆ ਪਾਣੀਆਂ ਨਾਲ ਧੋ ਕੇ ਤੇ ਫਿਰ ਛੋਲਿਆਂ ਦੀ ਦਾਲ ਰਲਾ ਕੇ ਉਸ ਕਾਲਣੀ ਦੇ ਮੂੰਹੋਂ ਮੂੰਹ ਭਰ ਦਿੱਤਾ। ਬਤੋੜੀ ਦੀ ਮੱਠੀ ਅੱਗ ਉੱਤੇ ਦੁੱਧ ਕੜਨਾ ਪਿਆ ਹੋਇਆ ਸੀ। ਉਸਨੇ ਚੁੱਲ੍ਹੇ ਵਿੱਚ ਦੋ ਚਾਰ ਛੋਟੇ ਲਾ ਕੇ ਸਾਗ ਚਾਹ ਤਰਿਆ। ਉਸਦਾ ਕਾਜ ਹੁਣ ਉਕੇ ਨੇੜੇ ਆ ਗਿਆ ਸੀ। ਉਸਦੀ ਮਾਂ ਨੂੰ ਉਡੀਕ ਸੀ, ਭਾਵੇਂ ਅੱਜ ਭੁਲੇਖੇ ਉਸਦੇ ਸਹੁਰਿਆਂ ਤੋਂ ਕੋਈ ਮੇਚਾ ਲੈਣ ਹੀ ਆ ਜਾਵੇਗਾ। ਉਸਦੀ ਮਾਂ ਕਹਿੰਦੀ ਹੁੰਦੀ ਸੀ, ਉਹ ਕਿਹੜੀ ਮਨੁੱਖੀ ਧੀ ਸੀ, ਰੋਟੀ ਟੁੱਕਰ ਤਾਂ ਉਹ ਵਿਹੜੇ ਵਿੱਚ ਪਾਉਂਦੀ ਜਾਂਦੀ ਹੀ ਕਰ ਛੱਡਦੀ ਸੀ। ਉਸਦੀਆਂ ਸਹੇਲੀਆਂ ਆਖਦੀਆਂ ਸਨ, ਉਸਨੂੰ ਜਵਾਨੀ ਵੀ ਤਾਂ ਹਾੜ ਕੇ ਚੜੀ ਸੀ। ਉਸਦੇ ਗੋਰੇ ਨਛੋਹੇ ਮੂੰਹ ਉੱਤੇ ਅੱਖੀਆਂ ਤਿਲਕ ਤਿਲਕ ਪੈਂਦੀਆਂ ਸਨ। ਉਸਦੀ ਮਾਂ ਨੇ ਇੱਕ
ਹਿਰਸ ਨਾਲ ਉਹਦੇ ਵੱਲ ਤੱਕਿਆ। ਸ਼ਾਇਦ ਉਹ ਸੋਚਦੀ ਸੀ ਕਿ ਉਹ ਹੁਣ ਸਹੁਰੇ ਤੁਰ ਜਾਏਗੀ ਤਾਂ ਉਸਦਾ ਪੇਕੇ ਘਰ ਪਾਪਾ ਕਰੇਗਾ। ਉਹ ਆਪਣੀ ਮਾਂ ਦੀ ਸੱਜੀ ਬਾਂਹ ਸੀ। ਮਾਂ ਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ। ਹਰ ਇੱਕ ਧੀ ਦੀ ਮਾਂ ਨੂੰ ਰੋਣਾ ਪੈਂਦਾ ਹੈ। ਬੈਠੀ ਬੈਠੀ ਉਸਦੀ ਮਾਂ ਗਾਉਣ ਲੱਗ ਪਈ। ਲਾਵੀ ਤੇ ਲਾਵੀ ਨੀ ਕਲੇਜੇ ਦੇ ਨਾਲ ਮਾਏ, ਦੱਸੀ ਨੀ ਦੱਸੀ ਇੱਕ ਬਾਤ ਨੀ, ਬਾਤਾਂ ਨੇ ਲੰਮੀਆਂ ਨੀ ਤੀਏ ਕਿਉਂ ਜੰਮੀਆਂ ਨੇ ਅੱਜ ਵਿਛੋੜੇ ਵਾਲੀ ਰਾਤ ਨੀ। ਉਸਦੀ ਮਾਂ ਦਾ ਗਜ ਡੁੱਲ ਪਿਆ। ਉਹ ਚੌਕੇ ਦੇ ਨਿੱਕੇ ਨਿੱਕੇ ਕੰਮ ਸਾਂਭਦੀ ਸਿਕਰਦੀ ਮਾਂ ਦੀ ਆਵਾਜ਼ ਸੁਣਦੀ ਪਈ ਸੀ। ਉਸਨੂੰ ਵਿਛੋੜੇ ਦਾ ਇੱਕ ਹੌਲਾ ਪਿਆ। ਉਸਦੀ ਮਾਂ ਅੱਗੋਂ ਫਿਰ ਗਾਉਣ ਲੱਗ ਪਈ। ਚਰਖੇ ਜੋ ਟਾਣੀਆਂ ਮੈਂ, ਛਾਪੇ ਜੋ ਪਾਣੀਆਂ ਮੈਂ, ਪੀੜੀਆਂ ਦੇ ਵੇਲੇ ਮੇਰੇ ਖੇਸ ਨੀ, ਪਰਤਾਂ ਨੂੰ ਦਿੱਤੇ ਉੱਚੇ ਮਹਿਲ ਤੇ ਮਾਣੀਆਂ, ਤੀਆਂ ਨੂੰ ਦਿੱਤੇ ਪਰਦੇਸ ਨੀ। ਉਹ ਭੱਜੀ ਭੱਜੀ ਆ ਕੇ ਮਾਂ ਦੇ ਗੋਡੇ ਨਾਲ ਲੱਗ ਗਈ। ਮਾਵਾਂ ਤੇ ਤੀਆਂ ਦੋਵੇਂ ਰੋ ਪਈਆਂ। ਹਰ ਧੀ ਦੀ ਜਵਾਨੀ ਉਹਨੂੰ ਮਾਂ ਦੇ ਕੋਲੇ ਨਿਖੇੜ ਦਿੰਦੀ ਹੈ। ਮਾਂ ਨੇ ਜੀ ਧਰਿਆ ਧੀ ਦੀ ਕਾਂਡ ਉੱਤੇ ਪਿਆਰ ਦਿੱਤਾ। ਲੋਡੇ ਵੇਲੇ ਦਾ ਹਨੇਰਾ ਉਹਨਾਂ ਦੇ ਵਿਹੜੇ ਵਿੱਚ ਵੀ ਉਤਰ ਪਿਆ ਸੀ। ਮਾਂ ਨੂੰ ਯਾਦ ਆਇਆ ਅੱਜ ਦੂਜੇ ਥਾਂ ਚਾੜਨ ਨੂੰ ਘਰ ਵਿੱਚ ਕੁਛ ਨਹੀਂ ਸੀ ਤੇ ਖੋਰੇ ਪੂਰੋ ਦੇ ਸਹੁਰਿਆਂ ਕੋਈ ਬੰਦਾ ਆਉਂਦਾ ਹੋਵੇ। ਪੂਰੋ ਨੂੰ ਉਹਦੀ ਮਾਂ ਨੇ ਆਖਿਆ ਕਿ ਨਿੱਕੀ ਭੈਣ ਨੂੰ ਉਂਗਲੀ ਲਾ ਕੇ ਉਹ ਨਾਲ ਦੇ ਖੇਤਾਂ ਵਿੱਚੋਂ ਚਾਰ ਪਿੰਡੀਆਂ ਹੀ ਤੋੜ ਲਿਆਵੇ ਤੇ ਮਾਂ ਨੇ ਕਿਹਾ ਕਿ ਚੋਲਾਂ ਦਾ ਮੁੱਠ ਤੇ ਗੁੜ ਦੀ ਪੇਲੀ ਪਾ ਕੇ ਉਹ ਮਿੱਠੇ ਚੋਲ ਵੀ ਰਿੰਨ ਛੱਡੇ। ਪੂਰੋ ਦਾ ਦਿਲ ਵੀ ਅੱਜ ਹੱਸੜ ਹੁੱਸੜ ਪੈਂਦਾ ਸੀ। ਉਸਨੇ ਆਪਣੀ ਨਿੱਕੀ ਭੈਣ ਨੂੰ ਨਾਲ ਲਿਆ ਕੇ ਬਾਹਰ ਤੁਰ ਪਈ। ਉਸਨੇ ਪਿੰਡੀਆਂ ਤੋੜੀਆਂ, ਦੋ ਚਾਰ ਮਗਰੋਂ ਤੋੜ ਕੇ ਪਿਛਲੇ ਪੈਰੀ ਨਿੱਕੀ ਭੈਣ ਨੂੰ ਨਾਲ ਲੈ ਕੇ ਘਰ ਵੱਲ ਪਰਤ ਪਈ। ਜਾਂਦੀ ਵਾਰੀ ਉਸਨੇ ਸਿਰਫ ਇਹ ਖਿਆਲ ਹੀ ਆਉਂਦਾ ਰਿਹਾ ਭਈ ਹੁਣ ਉਹ ਆਪਣੀ ਮਾਂ ਨਾਲੋਂ ਨਿਖੜ ਜਾਵੇਗੀ, ਆਪਣੀਆਂ ਭੈਣਾਂ ਨਾਲੋਂ ਵਿਛੜ ਜਾਵੇਗੀ, ਆਪਣੇ ਨਵੇਂ ਜੰਮੇ ਵੀਰ ਕੋਲੋਂ ਦੂਰ ਤੁਰ ਜਾਵੇਗੀ। ਆਉਂਦੀ ਵਾਰੀ ਉਸਨੂੰ ਜਿਵੇਂ ਕੋਈ ਪੱਕਾ ਵੱਜਦਾ ਹੈ ਇੱਕ ਖਿਆਲ ਆਇਆ, ਜਾਂ ਜਾਈਦਾ ਭਾਵੇਂ ਇੱਥੇ ਰਸ਼ੀਦਾ ਹੀ ਮਿਲ ਪਵੇ। ਉਸਨੇ ਪੈਰ ਤਰੀਖੇ ਤਰੀਖੇ ਕਰ ਦਿੱਤੇ। ਪੂਰੋ ਨਸਨੀ ਕਿਉਂ ਪਈ ਹੈ? ਉਸਦੀ ਨਿੱਕੀ ਭੈਣ ਨੂੰ ਸਾਹ ਚੜਿਆ ਹੋਇਆ ਸੀ। ਪੂਰੋ ਦੀ ਪਿੱਠ ਵੱਲੋਂ ਭੱਜਦੀ ਭੱਜਦੀ ਇੱਕ ਕੋੜੀ ਆਈ। ਉਹ ਅਜੇ ਪੱਡੀ ਤੋਂ ਇੱਕ ਪਾਸੇ ਵੀ ਨਹੀਂ ਸੀ ਲੱਖੀ ਕਿ ਖਬਰ ਨਹੀਂ ਕੋੜੀ ਤਾਂ ਸਵਾਰ ਪੂਰੋ ਦੇ ਸੱਜੇ ਮੋਢੇ ਨਾਲ ਵੱਜਾ। ਪੂਰੋ ਜਿਵੇਂ ਉੱਕਾ ਪੱਕਾ ਡਿੱਗਣ ਹੀ ਲੱਗੀ ਸੀ ਕਿ ਉਸ ਨੂੰ ਕਿਸੇ ਮੋਢੇ ਤੋਂ ਪਰੂ ਕੇ ਕੋੜੀ ਉੱਤੇ ਸੁੱਟ ਲਿਆ। ਉਸਦੀਆਂ ਚੀਕਾਂ ਉੱਠਦੀਆਂ ਹੋਈਆਂ ਕੋੜੀ ਨਾਲ ਪੱਲੋ ਪੱਲੀ ਦੂਰ ਚਲੀਆਂ ਗਈਆਂ। ਉਸਦੀ ਭੈਣ ਕੰਬਦੀ ਕੰਬਦੀ ਰਹਿ ਗਈ। ਪਤਾ ਨਹੀਂ ਉਹ ਕੋੜੀ ਕਿੱਥੇ ਆਈ ਸੀ, ਪਤਾ ਨਹੀਂ ਉਹਦਾ ਸਵਾਰ ਕੌਣ ਸੀ, ਪਤਾ ਨਹੀਂ ਕੋੜੀ ਕਿੰਨਾ ਕੁ ਚਿਰ ਭੱਜਦੀ ਰਹੀ। ਪੂਰੋ ਬੇਸੁਰਤ ਹੋ ਗਈ। ਉਸਨੂੰ ਜਦੋਂ ਹੋਸ਼ ਆਈ ਉਹ ਚੂਹਾ ਕੰਧਾਂ ਦੇ ਬੰਦ ਬੂਹੇ ਵੱਲ ਇੱਕ ਕੋਠੇ ਵਿੱਚ ਮੰਜੀ ਉੱਤੇ ਪਈ ਹੋਈ ਸੀ। ਉਸਨੂੰ ਸਭ ਕੁਝ ਯਾਦ ਆਇਆ। ਉਸਨੇ ਕੰਧਾਂ ਨਾਲ ਮੱਥਾ ਪੰਨਿਆ, ਉਸਨੇ ਬੂਹੇ ਨਾਲ ਮੱਥਾ ਪੰਨਿਆ। ਹਾਰੀ ਹੁੱਟੀ ਉਹ ਮੰਜੀ ਤੇ ਟਹਿ ਪਈ, ਫਿਰ ਬੇਸੁਰਤ ਹੋ ਗਈ। ਉਸਨੂੰ ਜਦੋਂ ਸੁਰਤ ਆਈ ਕੋਈ ਉਦਾਸ ਸਿਰ ਵਿੱਚ ਤੱਤਾ ਘਿਓ ਪਿਆ ਚੱਸਦਾ ਸੀ। ਉਸਨੂੰ ਇੱਕ ਵਾਰ ਤਾਂ ਖਿਆਲ ਆਇਆ ਖੋਰੇ ਉਹਦੀ ਮਾਂ ਉਹਦੀ ਸਰਹੰਦੀ ਬੈਠੀ ਹੋਈ ਸੀ ਤੇ ਉਸਨੂੰ ਪੰਜੇ ਬੱਠੇ ਬੁਖਾਰ ਚੜਿਆ ਹੋਇਆ ਸੀ। ਮਾਂ ਨੀ, ਉਸਨੇ ਮੂੰਹੋਂ ਨਿਕਲਿਆ, ਮੇਰੀ ਕੀਤੀ ਮਾਫ ਕਰ ਤੇ ਇੱਕ ਵਾਰੀ ਸੁਰਤ ਕਰ ਪੂਰੋ, ਕਿਸੇ ਸਰਹੰਦੀ ਵੱਲ ਆਖਿਆ। ਤਾਪ ਨਾਲ ਹੁੰਗਦੀ ਪੂਰੋ ਨੇ ਸਿਰ ਚੁੱਕ ਕੇ ਵੇਖਿਆ, ਰਸ਼ੀਦਾ ਉਹਦੀ ਸਰਹੰਦੀ ਬੈਠਾ ਸੀ। ਪੂਰੋ ਦੀ ਇੱਕੋ ਚੀਕ ਨਿਕਲੀ,
ਤੇ ਉਹ ਗਸ਼ ਖਾ ਗਈ। ਉਸਨੇ ਵੇਖਿਆ ਕਾਲੀ ਜਾਤ ਵਾਲਾ ਇੱਕ ਰਿੱਛ ਉਹਦੇ ਵਾਲਾਂ ਵਿੱਚ ਆਪਣੇ ਪੌਂਚੇ ਪਾ ਫਿਰਦਾ ਸੀ। ਉਹ ਇੱਕ ਗੁਫਾ ਵਿੱਚ ਡੱਕੀ ਹੋਈ ਸੀ। ਉਹ ਸੰਗੜਦੀ ਜਾਂਦੀ ਸੀ, ਰਿੱਛ ਫੈਲਦਾ ਜਾਂਦਾ ਸੀ। ਰਿੱਛ ਨੇ ਆਪਣੀਆਂ ਜੱਤਾਂ ਵਾਲੀਆਂ ਬਾਹਾਂ ਵਿੱਚ ਉਸ ਨੂੰ ਵਲੇਟ ਲਿਆ। ਉਸਨੇ ਅੱਖਾਂ ਪਾੜ ਪਾੜ ਕੇ ਵੇਖਿਆ, ਕੋਈ ਉਹਦੇ ਪੈਰਾਂ ਦੀਆਂ ਤਲੀਖਾਂ ਪਿਆ ਚੱਸਦਾ ਸੀ। ਫਿਰ ਕਿਸੇ ਨੇ ਉਹਦੇ ਮੋਢੇ ਨੱਪੇ, ਫਿਰ ਕਿਸੇ ਨੇ ਪਾਣੀ ਦੀਆਂ ਚੁੱਲੀਆਂ ਉਹਦੇ ਮੂੰਹ ਵਿੱਚ ਪਾਈਆਂ। ਰਿੱਛ ਦੀ ਗੁਫਾ ਕੀ ਰਸ਼ੀਦੇ ਦਾ ਘਰ, ਪੂਰੋ ਦੇ ਸਿਰ ਨੂੰ ਚੱਕਰ ਪਏ ਆਉਂਦੇ ਸਨ। ਫਿਰ ਖੋਰੇ ਉਹ ਸੋ ਗਈ। ਉਸਨੂੰ ਆਪਣੀ ਮਾਂ, ਆਪਣਾ ਪਿੰਡ ਸਭ ਕੁਛ ਯਾਦ ਸੀ। ਉਂਝ ਉਸਨੂੰ ਜਾਪਦਾ ਸੀ ਕਿ ਇਸ ਗੁਫਾ ਵਿੱਚ ਪੀਆਂ ਪੀਆਂ ਉਹਨਾਂ ਵਰੇ ਹੋ ਗਏ ਸਨ। ਰਸ਼ੀਦੇ ਦੀ ਸ਼ਕਲ ਵੇਖਣ ਦੀ ਉਹਨੂੰ ਆਦਤ ਹੋ ਗਈ ਸੀ। ਨਾ ਰਸ਼ੀਦਾ ਨੇ ਉਸਨੂੰ ਕਦੇ ਕੁਛ ਕਿਹਾ ਸੀ, ਨਾ ਉਸਨੇ ਕਦੇ ਰਸ਼ੀਦੇ ਨੂੰ ਬੁਲਾਇਆ ਸੀ। ਸੁੱਤੀ ਪਈ ਦੇ ਮੂੰਹ ਵਿੱਚ ਰਸ਼ੀਦਾ ਤੱਤੇ ਕੀਤੇ ਹੋਏ ਗੁੜ ਅਤੇ ਘਿਓ ਦੇ ਚਮਚੇ ਪਾਉਂਦਾ ਸੀ। ਕਦੇ ਕੁਛ ਉਸਦੇ ਅੰਦਰ ਲੰਘ ਜਾਂਦਾ ਸੀ, ਕਦੇ ਉਹ ਤੁਕ ਛੱਡਦੀ ਸੀ। ਫਿਰ ਉਸਨੇ ਹੌਸਲਾ ਕਰਕੇ ਕੰਧ ਨਾਲ ਪਿੱਠ ਜੋੜੀ ਅਤੇ ਮੰਜੀ ਉੱਤੇ ਬਹਿ ਗਈ। ਮੈਂ ਕਿੱਥੇ ਹਾਂ, ਉਸਨੇ ਪੁੱਛਿਆ। ਮੇਰੇ ਕੋਲ, ਰਸ਼ੀਦਾ ਮੰਜੀ ਦੇ ਸਾਹਮਣੇ ਲੱਕੜੀ ਦੇ ਇੱਕ ਸਟੂਲ ਉੱਤੇ ਬੈਠਾ ਹੋਇਆ ਸੀ। ਰਸ਼ੀਦਾ ਦਾ ਮੂੰਹ ਨੀਵਾਂ ਸੀ। ਅੱਜ ਰਸ਼ੀਦੇ ਦੀਆਂ ਅੱਖਾਂ ਪਾਟ ਪਾਟ ਕੇ ਪੂਰੋ ਦੇ ਮੂੰਹ ਉੱਤੇ ਨਹੀਂ ਸਨ ਪੈਂਦੀਆਂ ਪਈਆਂ। ਤੂੰ ਮੈਨੂੰ ਇੱਥੇ ਕਿਉਂ ਲਿਆਂਦਾ ਹੈ, ਪੂਰੋ ਨੂੰ ਪੁੱਛਣ ਦਾ ਜੇਰਾ ਪਿਆ। ਫਿਰ ਕਦੀ ਦੱਸਾਂਗਾ, ਰਸ਼ੀਦੇ ਨੇ ਇੰਨਾ ਕਿਹਾ ਕਿ ਉੱਠ ਕੇ ਬਾਹਰ ਤੁਰ ਪਿਆ। ਗੁੰਮਸੁੰਮ ਪੂਰੋ ਮੰਜੀ ਉੱਤੇ ਪਈ ਰਹੀ। ਹੁਣ ਕਮਰੇ ਦਾ ਬੂਹਾ ਖੁੱਲ੍ਹਾ ਸੀ। ਪੂਰੋ ਨੇ ਤੱਕਿਆ, ਬਾਹਰ ਇੱਕ ਛੋਟਾ ਦਲਾਨ ਸੀ। ਦਲਾਨ ਦੇ ਨਾਲ ਵਾਰ ਇੱਕ ਨਿੱਕੀ ਜਿਹੀ ਉਡੜੀ ਸੀ ਅਤੇ ਫਿਰ ਬਾਹਰਲਾ ਬੂਹਾ। ਉਹ ਕੰਬਦੀ ਕੰਬਦੀ ਉੱਠੀ। ਉਸਨੇ ਚਾਰ ਚੁਫੇਰੇ ਕੰਧਾਂ ਵੱਲ ਵੇਖਿਆ। ਉਸਨੂੰ ਡਰ ਸੀ ਹੁਣ ਕੋਈ ਕੰਧਾਂ ਦੇ ਅੰਦਰੋਂ ਵੀ ਬੰਦਾ ਨਿਕਲ ਆਵੇਗਾ, ਉਸ ਨੂੰ ਬਾਹੋਂ ਫੜ ਕੇ ਮੰਜੀ ਉੱਤੇ ਸੁੱਟ ਦੇਵੇਗਾ। ਪਰ ਕੰਧਾਂ ਵਿੱਚੋਂ ਕੋਈ ਨਾ ਨਿਕਲਿਆ। ਪੂਰੋ ਬਾਹਰਲੇ ਦਲਾਨ ਵਿੱਚ ਆ ਪਈ। ਦਲਾਨ ਵਿੱਚ ਇੱਕ ਗੁੱਠੇ ਚੱਲੇ ਵਿੱਚ ਬੁੱਝੀ ਹੋਈ ਅੱਗ ਸੀ। ਕੋਲ ਇੱਕ ਹਾਂਡੀ ਤੇ ਤਵਾ ਪਰਾ ਖਿਲਾਰਿਆ ਹੋਇਆ ਸੀ। ਪਾਣੀ ਦੀ ਇੱਕ ਕੜੀ ਭਰੀ ਹੋਈ ਸੀ, ਗੁੱਠ ਵਿੱਚ ਪਈ ਹੋਈ ਸੀ। ਪਰ ਕੋਈ ਬੰਦਾ ਕਿਤੇ ਨਜ਼ਰ ਨਹੀਂ ਸੀ ਆਉਂਦਾ। ਉਹ ਕੰਬਦੇ ਕੰਬਦੇ ਪੈਰਾਂ ਨਾਲ ਡਿਉਂਦੀ ਵਿੱਚ ਆਈ, ਬਾਹਰਲੇ ਬੂਹੇ ਕੋਲ ਆਈ, ਫਿਰ ਪਿਛਾਂ ਪਰਤ ਕੇ ਕੋਠੜੀ ਵੱਲ ਤੱਕਿਆ। ਸੋ ਫਿਰ ਬੂਹੇ ਦੇ ਕੋਲ ਵਾਰ ਹੋ ਗਈ। ਪਰ ਮਕਾਨ ਦਾ ਦਰਵਾਜ਼ਾ ਪੂਰੋ ਦੀ ਕਿਸਮਤ ਵਾਂਗ ਬੰਦ ਪਿਆ ਹੋਇਆ ਸੀ। ਪੂਰੋ ਨੇ ਬੰਦ ਬੂਹੇ ਨਾਲ ਸਿਰ ਜੋੜਿਆ, ਪਰ ਬੂਹੇ ਨੂੰ ਨਾ ਪੂਰੋ ਦੇ ਟੱਠੇ ਹੋਏ ਸਿਰ ਉੱਤੇ ਤਰਸ ਆਇਆ, ਨਾ ਮੁਦੜੇ ਪਏ ਹੋਏ ਮੂੰਹ ਉੱਤੇ, ਨਾ ਭਿੱਜੀਆਂ ਹੋਈਆਂ ਅੱਖਾਂ ਉੱਤੇ। ਪਲ ਨਾਲ ਮੂੰਹ ਪੂਝ ਕੇ ਉਹ ਬੂਹੇ ਨਾਲ ਪਰਤ ਆਈ। ਕੜੀ ਵਿੱਚ ਪਾਣੀ ਦੀ ਇੱਕ ਬੁੱਕ ਭਰ ਕੇ ਪੂਰੋ ਨੇ ਅੱਖਾਂ ਉੱਤੇ ਪਾਈ। ਫਿਰ ਉਸਨੂੰ ਖਿਆਲ ਆਇਆ ਕਿ ਉਹ ਬੂਹੇ ਨੂੰ ਪਨ ਵੇਖੇ। ਖੋਰੇ ਕੋਈ ਆਂਢੀ ਗੁਆਂਢੀ ਜਾਂ ਰਾਹ ਗੁਜਰੂ ਉਹਦੀ ਆਵਾਜ਼ ਸੁਣੇ। ਉਸਨੇ ਦਲਾਨ ਦੀਆਂ ਕੱਚੀਆਂ ਅਤੇ ਉੱਚੀਆਂ ਕੰਧਾਂ ਵੱਲ ਵੇਖਿਆ। ਫਿਰ ਇੱਕ ਵਾਰੀ ਸਾਰੇ ਜੀ ਨੂੰ ਇਕੱਠਿਆਂ ਕਰਕੇ ਬੂਹੇ ਨੂੰ ਪੰਨਿਆ। ਉਸਨੇ ਬੂਹੇ ਦੀਆਂ ਚਿੰਜਾਂ ਵਿੱਚੋਂ ਤੱਕਿਆ। ਬਾਹਰ ਖੁੱਲ੍ਹਾ ਮੈਦਾਨ ਹੀ ਮੈਦਾਨ ਸੀ। ਕੋਈ ਕੋਠਾ ਕੁੱਲਾ ਨਜ਼ਰ ਨਹੀਂ ਸੀ ਆਉਂਦਾ। ਉਸਦਾ ਮੱਥਾ ਸੋਚ ਸੋਚ ਰਹਿ ਗਿਆ, ਉਹ ਖੋਰੇ ਕਿਹੜੇ ਜੰਗਲ ਵਿੱਚ ਸੀ। ਪੂਰੋ ਬੂਹੇ ਕੋਲ ਹੀ ਖਲੋਤੀ ਹੋਈ ਸੀ। ਬਾਹਰੋਂ ਦੀ ਬੂਹਾ ਖੁੱਲ੍ਹਿਆ, ਰਸ਼ੀਦੇ ਨੇ ਅੰਦਰ ਲੰਘ ਕੇ ਅੰਦਰੋਂ ਦੀ ਬੂਹਾ ਬੰਦ ਕਰ ਦਿੱਤਾ, ਵਿੱਚ ਜਿੰਦਰ ਮਾਰ ਦਿੱਤਾ। ਉਹ ਉੱਥੇ ਹੀ ਬਹਿ ਗਈ। ਪੂਰੋ, ਐਵੇਂ ਕਾਹਨੂੰ ਵਾਹ ਨੂੰ ਟੱਕਰਾਂ ਮਾਰਨੀ ਹੈ, ਚੱਲ ਅੰਦਰ ਕੋਈ ਬੁਰਕੀ ਮੂੰਹ ਵਿੱਚ ਪਾ, ਤੂੰ 2 ਦਿਨਾਂ ਤੋਂ ਖਾਧਾ ਕੁਛ ਨਹੀਂ, ਰਸ਼ੀਦੇ ਨੇ ਖਾਲੀਆਂ ਖਾਲੀਆਂ ਅੱਖਾਂ ਆਖਿਆ।
ਉਂਝ ਨਾ ਪੂਰੋ ਦਾ ਹੱਥ ਫੜ ਕੇ ਉਠਾਇਆ, ਨਾ ਉਹਦੇ ਵੱਲ ਪਾਟ ਪਾਟ ਪੈਂਦੀਆਂ ਅੱਖਾਂ ਨਾਲ ਤੱਕਿਆ। ਮੇਰੇ ਉੱਤੇ ਤਰਸ ਕਰ ਰਸ਼ੀਦਿਆ, ਮੈਨੂੰ ਕਰ ਛੱਡਾ। ਪੂਰੋ ਉਹਦੇ ਪੈਰਾਂ ਉੱਤੇ ਡੈ ਪਈ। ਐਤਕੀ ਰਸ਼ੀਦੇ ਨੇ ਪੂਰੋ ਨੂੰ ਆਪਣੀ ਲੱਠ ਵਰਗੀਆਂ ਜਵਾਨ ਬਾਹਾਂ ਵਿੱਚ ਘੁੱਟ ਲਿਆ। ਮੇਰੇ ਦਿਲ ਦੀ ਅੱਗ ਨੂੰ ਕੌਣ ਬੁੱਝੇਗਾ? ਰਸ਼ੀਦੇ ਨੇ ਹੱਥ ਪੈਰ ਮਾਰਦੀ ਪੂਰੋ ਨੂੰ ਆਪਣੀਆਂ ਬਾਹਾਂ ਵਿੱਚ ਨੱਪੀ ਰੱਖਿਆ। ਉਹ ਵੀ ਦੇਹੋਂ ਲੰਘ ਗਿਆ, ਉਹ ਵੀ ਰਾਤ ਲੰਘ ਗਈ। ਫਿਰ ਰਸ਼ੀਦੇ ਨੇ ਉਸਨੂੰ ਕੁਝ ਨਾ ਆਖਿਆ। ਬੂਹਾ ਉਂਝ ਦਾ ਉਂਝ ਬੰਦ ਸੀ, ਰਸ਼ੀਦਾ ਉਂਝ ਦਾ ਉਂਝ ਉਹਦੇ ਪਹਿਰੇ ਉੱਤੇ ਸੀ। ਰਸ਼ੀਦਾ ਉਸ ਘਰ ਵਿੱਚ ਬਾਹਰ ਵੀ ਜਾਂਦਾ, ਘੱਟ ਦੋ ਦੋ ਘੰਟੇ ਬਾਹਰ ਵੀ ਲਾ ਆਉਂਦਾ। ਪੂਰੋ ਕਦੇ ਰਹਿੰਦੀ, ਫਿਰ ਰਾਤ ਪ੍ਰਭਾਤ ਤੇ ਡੂੰਘੇ ਹਨੇਰਿਆਂ ਵਿੱਚ ਰਸ਼ੀਦਾ ਪੂਰੋ ਦਾ ਹੱਥ ਫੜ ਕੇ ਉਹਨੂੰ ਘਰੋਂ ਬਾਹਰ ਲਿਜਾਣ ਲੱਗ ਪਿਆ। ਪੂਰੋ ਨੇ ਤੱਕਿਆ, ਉਸ ਤੋਂ ਬਗੈਰ ਲਾਭ ਨਾ ਚਾਪ ਨੇ ਇਸ ਮੈਦਾਨ ਵਿੱਚ ਕੋਈ ਕਰ ਨਹੀਂ ਸੀ। ਰਸ਼ੀਦੇ ਦੇ ਇਸ ਮਕਾਨ ਦੁਆਲੇ ਬੜਾ ਵੱਡਾ ਫੈਲਿਆ ਹੋਇਆ ਇੱਕ ਬਾਗ ਸੀ। ਇੱਕ ਘਰ ਖੋਰੇ ਬਾਗ ਦੇ ਮਾਲੀਆਂ ਦਾ ਘਰ ਸੀ। ਬਾਗ ਵਿੱਚ ਮਾਲੀ ਹੋਣਗੇ, ਪਰ ਪੂਰੋ ਨੇ ਕਦੇ ਸੁਣੇ ਜਾਂ ਤੱਕੇ ਨਹੀਂ ਸਨ। ਨਾ ਪੂਰੋ ਦੀਆਂ ਦਿਹਾੜਾਂ ਲੰਘਦੀਆਂ, ਨਾ ਪੂਰੋ ਦੀਆਂ ਰਾਤਾਂ ਮੁੱਕਦੀਆਂ। ਪੂਰੋ ਨੂੰ ਸਿਰਫ ਇੱਕ ਹੀ ਸ਼ੁਕਰ ਸੀ ਬਈ ਰਸ਼ੀਦੇ ਨੇ ਉਸਨੂੰ ਕਦੇ ਕੋਈ ਮਾੜੀ ਚੰਗੀ ਨਹੀਂ ਸੀ ਆਖੀ। ਉਸਦੀ ਇੱਜ਼ਤ ਅਜੇ ਤੱਕ ਅਮਨ ਅਮਾਨ ਸੀ। ਭਾਵੇਂ ਉਹਦੇ ਉੱਤੇ ਨਾ ਉਸ ਦੀਆਂ ਮਿੰਨਤਾਂ ਦਾ ਅਸਰ ਹੁੰਦਾ ਸੀ, ਨਾ ਉਸ ਦੀਆਂ ਗੱਲਾਂ ਦਾ। ਪੂਰੋ ਦੀ ਆਪਣੀ ਸੋਚ ਮੁਤਾਬਿਕ ਉਸਨੂੰ ਕੈਦ ਹੋਇਆ ਪੂਰੇ 15 ਦਿਨ ਹੋ ਗਏ ਸਨ। ਇੱਕ ਦਿਹਾੜੇ ਰਸ਼ੀਦੇ ਨੇ ਰੇਸ਼ਮ ਦਾ ਇੱਕ ਲਾਲ ਸੂਟ ਪੂਰੋ ਦੇ ਅੱਗੇ ਲਿਆ ਤਰਿਆ। ਇਸ ਤੋਂ ਪਹਿਲਾਂ ਵੀ ਰਸ਼ੀਦੇ ਨੇ ਉਸ ਦੇ ਵਟਾਣ ਲਈ ਦੋ ਜੋੜੇ ਸੂਤੀ ਕੱਪੜਿਆਂ ਦੇ ਆਉਂਦੇ ਸਨ, ਪਰ ਐਤਕੀ ਰਸ਼ੀਦੇ ਨੇ ਲਾਲ ਰੇਸ਼ਮ ਦਾ ਸੂਟ ਉਸਦੇ ਅੱਗੇ ਤਰਿਆ ਹੋਇਆ ਕਿਹਾ, ਫਜੇਰੇ ਨਾ ਧੋ ਕੇ ਤਿਆਰ ਹੋ ਜਾਵੇ, ਮੌਲਵੀ ਆ ਕੇ ਸਾਡਾ ਨਿਕਾਹ ਪੂਰਾ ਕਰ ਦੇਵੇਗਾ। ਪੂਰਾ ਦਾ ਦਿਲ ਤੱਕ ਕਰਕੇ ਰਹਿ ਗਿਆ। ਜਾ ਜਾਈਦਾ ਜੋ ਹੁਣ ਤੱਕ ਨਹੀਂ ਸੀ ਹੋਇਆ, ਉਹ ਹੋ ਕੇ ਰਹੇਗਾ। ਉਸ ਦਿਹਾੜ ਉਹ ਫਿਰ ਰਸ਼ੀਦੇ ਦੇ ਪੈਰਾਂ ਉੱਤੇ ਡਹਿ ਪਈ। ਪੂਰੋ ਹੁਣ ਹਵਾਣਾ ਕੱਖ ਨਹੀਂ, ਐਵੇਂ ਨਾ ਮੇਰੇ ਸਿਰ ਤੇ ਗੁਨਾਹਾਂ ਦਾ ਪਾਰ ਚੜਾ। ਕਸਮ ਹੈ ਅੱਲਾ ਪਾਕ ਦੀ, ਮੇਰੇ ਕੋਲੋਂ ਤੇਰਾ ਰੋਣਾ ਨਹੀਂ ਵੇਖਿਆ ਜਾਂਦਾ, ਰਸ਼ੀਦੇ ਨੇ ਮੂੰਹ ਪਰਾਂ ਕਰਕੇ ਆਖਿਆ। ਪੂਰੋ ਨੂੰ ਸਮਝ ਨਾ ਪਿਆ ਕਿ ਜੇ ਰਸ਼ੀਦਾ ਐਡਾ ਹੀ ਮਿਹਰਬਾਨ ਸੀ ਤਾਂ ਉਸਨੇ ਉਹਦੇ ਸਿਰ ਉੱਤੇ ਐਡਾ ਕਹਿਰ ਕਿਉਂ ਟਾਲਿਆ। ਤੈਨੂੰ ਆਪਣੇ ਅੱਲਾ ਦੀ ਕਸਮ ਹੈ ਰਸ਼ੀਦਿਆ, ਮੈਨੂੰ ਸੱਚ ਦੱਸ, ਤੂੰ ਮੇਰੇ ਨਾਲ ਐਡਾ ਕਿਉਂ ਕੀਤੀ ਹੈ? ਪੂਰੋ, ਤੇਰਾ ਮੇਰਾ ਸੰਬੰਧ ਕੋਈ ਪਿਛਲਾ ਹੀ ਲੈਣ ਦੇਣ ਦਾ ਸੀ, ਹੁਣ ਤੂੰ ਇਹਨਾਂ ਗੱਲਾਂ ਵਿੱਚੋਂ ਕੀ ਲੈਣਾ ਹੈ? ਜੋ ਹੋ ਗਈ ਸੋ ਹੋ ਗਈ, ਮੈਂ ਤੈਨੂੰ ਸਾਰੀ ਉਮਰ ਅਜਾ ਨਾਲ ਲੱਗਣ ਦਿਆਂਗਾ। ਪੂਰੋ ਹੈਰਾਨ ਸੀ, ਪਰੇਸ਼ਾਨ ਸੀ। ਇਹ ਕਿਹਾ ਬੰਦਾ ਹੈ ਪੂਰੋ? ਸਾਡੇ ਸ਼ੇਖਾਂ ਦੇ ਘਰਾਣੇ ਵਿੱਚ ਤੇ ਤੁਹਾਡੇ ਸ਼ਾਹਾਂ ਦੇ ਘਰਾਣੇ ਵਿੱਚ ਸਾਡੇ ਦਾਦਿਆਂ ਦੇ ਵੇਲੇ ਤੋਂ ਇੱਕ ਵੈਰ ਚੱਲਦਾ ਆਉਂਦਾ ਹੈ। ਤੇਰੇ ਦਾਦੇ ਨੇ 50 ਸਿਆਂ ਤੋਂ ਗਿਰਵੀ ਰੱਖ ਕੇ ਸਾਡੇ ਕੋਠੇ ਉੱਤੇ ਵਿਆਜ ਦਰ ਵਿਆਜ ਆਏ ਸਨ, ਤੇ ਫਿਰ ਕੁਰਕੀ ਕਰਾ ਕੇ ਸ਼ੇਖਾਂ ਦੇ ਘਰਾਣੇ ਨੂੰ ਘਰਾਂ ਬੇਗਰ ਕੀਤਾ ਸੀ। ਨੇਰਾ ਇੰਨਾ ਹੀ ਨਹੀਂ, ਉਹਦੇ ਮੁਨਸ਼ੀਆਂ ਕਰਦਿਆਂ ਨੇ ਸਾਡੇ ਘਰ ਦੀਆਂ ਤੀਵੀਆਂ ਨੂੰ ਕਈ ਬੋਲ ਕਬੂਲ ਬੋਲੇ, ਤੇ ਮੇਰੇ ਦਾਦੇ ਦੀ ਵੱਡੀ ਧੀ ਨੂੰ ਜੋਰੀ ਤੇਰੇ ਦਾਦੇ ਦੇ ਵੱਡੇ ਪੁੱਤਰ ਨੂੰ 3 ਰਾਤਾਂ ਆਪਣੇ ਘਰੀ ਰੱਖਿਆ। ਤੇਰੇ ਦਾਦੇ ਦੀ ਵੋਂਦੀਆਂ ਵੋਂਦੀਆਂ ਐਡਾ ਜ਼ੁਲਮਾ ਹੋਇਆ, ਪਰ ਸ਼ੇਖਾਂ ਦੇ ਘਰਾਣੇ ਉੱਤੇ ਕਮਾਦ ਵਾਂਗ ਨਿਪੜਿਆ ਹੋਇਆ ਸੀ। ਸਾਰੇ ਲੂਹ ਦੇ ਅਥਰੂ ਪੀ ਕੇ ਰਹਿ ਗਏ, ਪਰ ਮੇਰੇ ਦਾਦੇ ਨੇ ਮੇਰੇ ਚਾਚਿਆਂ ਤਾਇਆਂ ਤੇ ਮੇਰੇ ਪਿਓ ਨੂੰ ਕੁਨਾਰ ਚੁੱਕ ਕੇ ਕਸਮਾਂ ਪੁਆਈਆਂ ਸਨ
ਕਿ ਇਸ ਦਾ ਬਦਲਾ ਲੈ ਕੇ ਹੀ ਉਹ ਰਹਿਣਗੇ। ਉਸ ਤੋਂ ਅਗਲੀ ਪੀੜ੍ਹੀ ਵੇਲੇ ਗੱਲਾਂ ਸੁੱਤੀ ਸੌ ਗਈ। ਹੁਣ ਜਦੋਂ ਤੇਰਾ ਕਾਜ ਇਸੇ ਹੀ ਪਿੰਡ ਵਿੱਚ ਰਚੀਨ ਲੱਗਾ, ਮੇਰੇ ਚਾਚੇ ਤਾਇਆਂ ਦੇ ਲੂਹ ਵਿੱਚ ਪੁਰਾਣ ਬਦਲ ਖਲੋ ਪਿਆ। ਉਹਨਾਂ ਨੇ ਮੈਨੂੰ ਕਸਮਾਂ ਪੁਆਈਆਂ, ਮੇਰੇ ਲੂਹ ਨੂੰ ਵੰਗਾਰਿਆ ਅਤੇ ਮੈਥੋਂ ਕੋਲ ਕਰਾਉਂਦਿਆਂ ਨੇ ਕਿ ਸ਼ਾਹਾਂ ਦੀ ਧੀ ਨੂੰ ਵਿਆਹ ਤੋਂ ਉਰੇ ਉਰੇ ਕਿਸੇ ਵੀ ਦਿਨ ਨੂੰ ਚੁੱਕ ਖੜੇਗਾ। ਰਸ਼ੀਦਾ ਚੁੱਪ ਕਰ ਗਿਆ। ਪੂਰੋ ਸਬਰ ਨਾਲ ਆਪਣੀ ਹੋਣੀ ਦੀ ਕਹਾਣੀ ਸੁਣਦੀ ਰਹੀ। ਪੂਰੋ, ਪਹਿਲੇ ਹੀ ਦਿਨ ਮੈਂ ਜਦੋਂ ਤੈਨੂੰ ਤੱਕਿਆ, ਰੱਬ ਗਵਾਹ ਹੈ ਮੈਨੂੰ ਤੇਰੇ ਨਾਲ ਇਸ਼ਕ ਹੋ ਗਿਆ। ਇੱਕ ਮੇਰੀ ਮੁਹੱਬਤ ਦਾ ਜੋੜ, ਦੂਸਰਾ ਮੇਰੀ ਪਿੱਠ ਉੱਤੇ ਸਾਰਾ ਛੇਕ ਕਰਾਉਣਾ। ਮੈਂ ਤੈਨੂੰ ਲੈ ਆਇਆ ਹਾਂ, ਪਰ ਮੇਰੇ ਕੋਲੋਂ ਕਸਮ ਕਰਾ ਲੈ, ਮੇਰੇ ਕੋਲੋਂ ਤੇਰਾ ਦੁੱਖ ਨਹੀਂ ਵੇਖਿਆ ਜਾਂਦਾ, ਰਸ਼ੀਦੇ ਨੇ ਫਿਰ ਆਖਿਆ। ਪੂਰੋ ਨੇ ਦੋਹਾਂ ਹੱਥਾਂ ਵਿੱਚ ਆਪਣੇ ਮੱਥੇ ਨੂੰ ਕੁੱਟਿਆ। ਤੇਰੀ ਭੂਆ ਨੂੰ ਮੇਰੇ ਤਾਏ ਨੇ ਚੁੱਕ ਖੜਿਆ, ਪਰ ਰਸ਼ੀਦਿਆ, ਇਹਦੇ ਵਿੱਚ ਮੇਰਾ ਕੀ ਦੋਸ਼? ਹਾਏ, ਮੈਂ ਕਿਤੋਂ ਜੋਗੀ ਨਾ ਰਹੀ। ਪੂਰੋ ਨੇ ਸਾਰਾ ਮੂੰਹ ਅੱਥਰੂਆਂ ਨਾਲ ਭਿੱਜ ਗਿਆ। ਇਹੀ ਤੇ ਮੈਂ ਆਂਦਾ ਹਾਂ, ਪਰ ਮੇਰੇ ਚਾਚੇ ਮੈਨੂੰ ਫਿਟਕਰਾਂ ਪਾਉਂਦੇ ਸਨ, ਤੇ ਰਸ਼ੀਦਿਆ, ਤੂੰ ਉਹਨਾਂ ਦੇ ਚੱਕੇ ਚੁਕਾਏ ਮੈਨੂੰ ਮਾਰ ਛੱਡਿਆ, ਪੂਰੋ ਰੋਂਦੀ ਰੋਂਦੀ ਕਹਿ ਗਈ। ਪੂਰੋ, ਮੈਂ ਸਾਰੀ ਉਮਰ ਤੇਰੇ ਅੱਗੇ ਜਗ ਦੀਆਂ ਨਹਿਮਤਾਂ ਲਿਆ ਲਿਆ ਕੇ ਰੱਖਾਂਗਾ, ਰਸ਼ੀਦੇ ਨੇ ਗੱਲਾਂ ਭਰ ਕੇ ਆਖਿਆ। ਮੈਂ ਤੇਰੇ ਤਾਏ ਹਾਰ ਨਹੀਂ ਕਰਨ ਲੱਗਾ ਕਿ ਤਿੰਨਾਂ ਰਾਤਾਂ ਤੋਂ ਬਾਅਦ ਆਪਣੀ ਬਣਾਈ ਹੋਈ ਤ੍ਰੀਮਤ ਨੂੰ ਪੱਕਾ ਦੇ ਦਿਆਂਗਾ। ਰਸ਼ੀਦਿਆ, ਮੈਨੂੰ ਇੱਕ ਵਾਰ ਮੇਰੀ ਮਾਂ ਮਿਲਾ ਦੇ, ਪੂਰੋ ਨੇ ਇਹੋ ਔੜੀਆਂ ਕਹਿਣ ਲਈਆਂ। ਨੇਕ ਬਖਤੀਏ, ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂ। ਉਹਨਾਂ ਦੀ ਬਰਾਦਰੀ ਦਾ ਕਿਹੜਾ ਹਿੰਦੂ ਫਿਰ ਸ਼ਾਹਾਂ ਦੇ ਘਰ ਦਾ ਪਾਣੀ ਪੀਵੇਗਾ? ਤੂੰ ਮੇਰੇ ਘਰ ਪੂਰੋ 15 ਦਿਨ ਰਹਿ ਚੁੱਕੀ ਹੈ, ਪਰ ਮੈਂ ਤੇਰੇ ਘਰ ਦਾ ਸਿਰਫ ਅੰਨ ਪਾਣੀ ਮੂੰਹ ਲਾਇਆ ਹੈ। ਮੈਂ ਪੂਰੋ ਅੱਗੋਂ ਨਾ ਕਹਿ ਸਕੀ, ਪਰ ਰਸ਼ੀਦਾ ਸਮਝ ਗਿਆ ਜੋ ਪੂਰੋ ਕਹਿਣਾ ਸੀ। ਇਸ ਗੱਲ ਨੂੰ ਕੌਣ ਮੰਨੇਗਾ ਪੂਰੋ? ਇਹ ਤਾਂ ਮੇਰੀ ਸ਼ਰਾਫਤ ਹੈ ਕਿ ਪਹਿਲਾਂ ਮੈਂ ਤੇਰੇ ਨਾਲ ਨਿਕਾਹ ਪਕਾਵਾਂਗਾ। ਰਸ਼ੀਦੇ ਨੇ ਨਰਮ ਜਿਹੀਆਂ ਅੱਖਾਂ ਨਾਲ ਪੂਰੋ ਵੱਲ ਤੱਕਿਆ। ਪੂਰੋ ਦਾ ਜੀ ਵਿੱਚ ਉਹਦਾ ਮੰਗੇਤਰ ਫਿਰ ਆਇਆ। ਉਸ ਨੂੰ ਤੇਲ ਚਾੜਨਾ ਸੀ, ਉਸ ਨੇ ਮਾਈਆਂ ਪੈਣਾ ਸੀ, ਉਸਨੇ ਹਲਦੀ ਵਾਲਾ ਵਟਣਾ ਮਲਣਾ ਸੀ, ਉਸਨੇ ਸੁੱਚੇ ਦੰਦਾਂ ਦਾ ਲਾਲ ਚੂੜਾ ਚੜਾਉਣਾ ਸੀ, ਉਸਨੇ ਕੋਡੀਆਂ ਵਾਲੀ ਕਲੀਰੇ ਛਣਕਣੇ ਸਨ, ਉਸਨੇ ਸੱਚੇ ਤ੍ਰੇਵਣ ਪਾਉਣੇ ਸਨ, ਉਸਨੂੰ ਰੂਪ ਚੜ੍ਹਨਾ ਸੀ, ਉਸਨੇ ਡੋਲੀ ਵਿੱਚ ਪੈਣਾ ਸੀ। ਉਹ ਬੇਗੁਨਾਹ ਸੀ। ਉਹ ਮਨ ਨਹੀਂ ਸੀ ਸਕਦੀ ਕਿ ਕਿਵੇਂ ਉਸਦੀ ਮਾਂ ਪੱਥਰ ਹੋ ਜਾਵੇਗੀ, ਕਿਵੇਂ ਉਸਦਾ ਪਿਓ ਲੋਹਾ ਬਣ ਜਾਵੇਗਾ, ਕਿਵੇਂ ਉਹ ਆਪਣੀ ਧੀ ਨੂੰ ਆਪਣੇ ਘਰੋਂ ਤਿਰਕਾਰ ਦੇਣਗੇ, ਕਿਵੇਂ ਉਹਦੇ ਘਰ ਦੀਆਂ ਮੁਹਾਠਾਂ ਉਹਨਾਂ ਅੰਦਰੋਂ ਵਾੜਨ ਤੋਂ ਇਨਕਾਰ ਕਰ ਦੇਣਗੀਆਂ। ਉਹਨਾਂ ਮੇਰੇ ਮਾਪਿਆਂ ਦਾ ਕੀ ਹਾਲ ਹੋਵੇਗਾ ਜਦੋਂ ਮੈਂ ਘਰ ਨਾ ਪਹੁੰਚੀ ਹੋਵਾਂਗੀ? ਮੇਰੀ ਭੈਣ, ਪੂਰੋ ਨੂੰ ਉਹ ਵੇਲਾ ਯਾਦ ਆ ਗਿਆ ਜਿਸ ਵੇਲੇ ਹੋਣੀ ਉਹਦੇ ਸਿਰ ਉੱਤੇ ਟੈ ਪਈ ਸੀ। ਉਹ ਰੋਂਦੇ ਪਿੱਟਦੇ ਰਹੇ ਸਨ, ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰਾ ਦਾਦਾ ਅਤੇ ਮੇਰਾ ਪਿਓ, ਚਾਚੇ, ਮੇਰੀ ਫੁੱਫੀ ਦੇ ਚੱਲੀ ਜਾਣ ਵੇਲੇ। ਪੁਲਿਸ ਵੀ ਬੇਖਰ ਪਉ ਚਉ ਲੱਖੀ ਹੈ, ਪਰ ਉਹਨਾਂ ਨੂੰ ਕੋਈ ਸੂ ਨਹੀਂ ਲੱਗ ਸਕੀ। ਲੱਗੇਗੀ ਵੀ ਕਿਵੇਂ ਸਕਦੀ ਹੈ? ਪੁਲਿਸ ਨੇ ਪੂਰਾ 500 ਰੁਪਈਆ ਖਾਧਾ ਹੈ। ਰਸ਼ੀਦੇ ਨੇ ਮੁਸਕੜੀ ਨਿਕਲ ਗਈ। ਤੂੰ ਜਾਣਦੀ ਹੈ, ਇਸ ਵੇਲੇ ਸਾਡਾ ਪਾਸਾ ਪਾਰਾ ਹੈ, ਪਿੰਡ ਸਾਰਾ ਮੁਸਲਕਾਂ ਹੈ, ਅਤੇ ਕੋਈ ਹਿੰਦੂ ਦਾ ਜਣਾ ਆਖ ਚੁੱਕ ਕੇ ਸਾਡੇ ਵੱਲ ਵੇਖ ਨਹੀਂ ਸਕਦਾ। ਇੰਨਾ ਹੀ ਖੈਰ ਹੈ ਕਿ ਉਹਨਾਂ ਦੀ ਜਾਨ ਮਾਲ ਸਲਾਮਤ ਹੈ,
ਉਹਨਾਂ ਨੂੰ ਆਪਣੀ ਸਿਰ ਲੋੜੀਂਦਿਆਂ ਨੂੰ ਉਹ ਬਿਰਕ ਨਹੀਂ ਸਕਦੇ। ਜੇ ਉਹ ਸਾਡੇ ਘਰ ਵੱਲ ਉਂਗਲ ਕਰਦੇ ਤਾਂ ਸਾਡੇ ਬੰਦੇ ਉਹਨਾਂ ਨੂੰ ਖਲੋ ਨਾ ਪਾਰ ਟੱਪਣ ਦਿੰਦੇ। ਰਸ਼ੀਦੇ ਨੇ ਕੁਝ ਹੱਸ ਕੇ ਆਖਿਆ, ਸ਼ਾਇਦ ਉਹਦੇ ਵਿੱਚ ਪੁਰਾਣੇ ਬੱਦਲ ਦੀ ਅੱਗ ਜਾਗਦੀ ਪਈ ਸੀ। ਪੂਰੋ ਨੂੰ ਰਸ਼ੀਦੇ ਦੇ ਮੂੰਹ ਨਾਲ ਇੱਕ ਤਿੱਖੀ ਜਿਹੀ ਨਫ਼ਰਤ ਆਈ। ਉਹਦਾ ਜਨਮ ਗਿਆ, ਜਹਾਨ ਗਿਆ, ਸ਼ਾਇਦ ਉਹਦੀ ਮਾਂ ਪਿਓ ਛੋਤੇ ਹਾਣੀ ਨੂੰ ਆਪਣੀ ਧੀ ਦੀ ਬਲੀ ਦੇ ਕੇ ਮੁੜ ਸਿਆਮ ਪਰਤ ਗਏ ਹੋਣਗੇ। ਮੇਰੇ ਮਾਂ ਪਿਓ ਸਿਆਮ ਟੁਰ ਗਏ ਨੇ, ਪੂਰੋ ਨੇ ਲਕੜੀ ਲੈ ਕੇ ਪੁੱਛਿਆ। ਨਹੀਂ, ਅਜੇ ਨਹੀਂ, ਰਸ਼ੀਦੇ ਨੇ ਦੱਸ ਛੱਡਿਆ। ਮੈਂ ਕਿੱਥੇ ਰਹਾਂਗੀ? ਆਪਣੇ ਪਿੰਡ ਕੱਡੀ ਕੁ ਦੂਰ ਹੈ, ਪੂਰੋ ਨੇ ਉਸ ਲਕੜੀ ਵਿੱਚ ਪੁੱਛਿਆ। ਤੂੰ ਆਪਣੇ ਪਿੰਡ ਦੇ ਪਿਛਲੇ ਬੰਨੇ ਮਾਗੋ ਕੀਆਂ ਦੇ ਖੂਹ ਤੋਂ ਪਾਰ ਮੇਰੇ ਆਪਣੇ ਬਾਗ ਵਿੱਚ, ਪਰ ਤੂੰ ਸ਼ਾਇਦ ਆਪਣੇ ਪਿੰਡ ਨੂੰ ਜਾਣ ਦਾ ਸੁਪਨਾ ਲੈਂਦੀ ਹੋਵੇਂਗੀ। ਅਜੇ ਨਹੀਂ, ਜ਼ਰਾ ਠਹਿਰ, ਨਰਮ ਹੋ ਲਵੇ, 6 ਮਹੀਨੇ ਠਹਿਰ ਕੇ ਉੱਥੇ ਹੀ ਵੀ ਚੱਲ ਲਵਾਂਗੇ। ਰਸ਼ੀਦੇ ਨੇ ਮੁਸਕੜੀ ਨਿਕਲ ਗਈ। ਪੂਰੋ ਗੁੰਮ ਦੀ ਗੁੰਮ ਹੋ ਗਈ। ਰਸ਼ੀਦੇ ਨੇ ਚੋਲਾ ਦੀ ਮਿੱਠੇ ਪੁਲਾ ਦੀ ਇੱਕ ਤਸ਼ਤਰੀ ਭਰ ਕੇ ਉਸ ਅੱਗੇ ਲਿਆ ਤਰੀ। ਰਸ਼ੀਦਾ ਜਦੋਂ ਬਾਹਰ ਜਾਂਦਾ, ਖੋਰੇ ਕਿਸੇ ਦੇ ਹੱਥ ਆਪਣੇ ਪਿੰਡ ਪਕਵਾਨ ਮੰਗਵਾ ਭੇਜਦਾ ਸੀ। ਪੂਰੋ ਨੂੰ ਕੁਝ ਪਤਾ ਨਹੀਂ ਸੀ। ਉਸ ਦਿਨ ਪੂਰੋ ਦੇ ਮਨ ਵਿੱਚ ਕੁਝ ਪੱਕਦਾ ਪਿਆ ਸੀ। ਉਹਦੀ ਹਿੰਮਤ ਉਹਨੂੰ ਜਵਾਬ ਨਾ ਦੇ ਜਾਏ, ਪੂਰੋ ਨੇ ਚੋਲਾ ਦੀਆਂ 2-4 ਬੁਰਕੀਆਂ ਆਪਣੇ ਅੰਦਰ ਨਿਗਲ ਲਈਆਂ। ਪਾਣੀ ਵੀ ਕੁੱਟ ਕੁੱਟ ਕਰਕੇ ਪੂਰੋ ਕਟੋਰਾ ਪੀ ਗਈ। ਉਸ ਰਾਤ ਪੂਰੋ ਨੇ ਸਾਰਾ ਤ੍ਰਾਣ ਲੈ ਕੇ ਮਨ ਨੂੰ ਇਕੱਠਿਆਂ ਕੀਤਾ। ਰਸ਼ੀਦੇ ਦੇ ਸਿਰਹਾਣੇ ਬੂਹੇ ਦੀ ਕੁੰਜੀ ਪਈ ਹੋਈ ਸੀ। ਪੂਰੋ ਨੇ ਅਚਪੋਲੇ ਚੁੱਕਿਆ, ਬੂਹਾ ਖੋਲਿਆ, ਉਸਦਾ ਕਲਜਾ ਤੜਕ ਤੜਕ ਜਾਂਦਾ ਸੀ। ਰਸ਼ੀਦਾ ਹੁਣੇ ਜਾਗਿਆ ਕਿ ਜਾਗਿਆ, ਪਰ ਉਸ ਦੀ ਖੋਟੀ ਜਾਂ ਖਰੀ ਕਿਸਮਤ ਨੂੰ ਰਸ਼ੀਦਾ ਜਾਗਿਆ ਕੋਈ ਨਾ। ਬਾਹਰਲੀ ਰਾਤ ਦੇ ਸਨਾਟੇ ਨੂੰ ਵੇਖ ਕੇ ਪੂਰੋ ਕੰਬ ਕੰਬ ਪਈ। ਇੱਕ ਵਾਰ ਉਸਦਾ ਜੀ ਕੀਤਾ ਉਹ ਪਿਛਾਂ ਰਸ਼ੀਦੇ ਕੋਲ ਹੀ ਮੁੜ ਪਾਵੇ। ਖੋਰੇ ਉਹ ਰਾਤ ਦੇ ਹਨੇਰੇ ਵਿੱਚ ਚੌਥਾਣੀ ਦੇ ਰਾਤ ਵੀ ਲੱਭ ਕਿਵੇਂ ਸਕੇਗੀ? ਖੋਰੇ ਰਾਤ ਦੇ ਹਨੇਰੇ ਵਿੱਚ ਉਹ ਰਸ਼ੀਦੇ ਤੋਂ ਵੀ ਗਈ ਗੁਜਰੇ ਕਿਸੇ ਕੰਮੀ ਕਮੀਣੇ ਦੇ ਹੱਥ ਪੈ ਜਾਵੇਗੀ। ਖੋਰੇ ਉਹਦਾ ਕੀ ਬਾਪ ਹੋਵੇਗਾ? ਪਰ ਪੂਰੋ ਨੂੰ ਮਾਂ ਦਾ ਮੂੰਹ ਯਾਦ ਆਇਆ, ਉਸਨੂੰ ਭੈਣ ਭਰਾ ਯਾਦ ਆਏ। ਉਸਨੇ ਐਵੇਂ ਹੀ ਮਾਗੋ ਕੀਆਂ ਤੇ ਖੂਨ ਦੇ ਮੇਤ ਜਾਣੀ ਤਰੇਂਦੀ ਤੇ ਕੰਬਦੀ ਉਹ ਤੁਰ ਗਈ। ਰਾਤ ਦਾ ਡੂੰਘਾ ਹਨੇਰਾ ਫਟ ਗਿਆ ਹੋਇਆ ਸੀ। ਮੰਗੋਲੀਆਂ ਦੇ ਖੂਹ ਤੇ ਸੇਂਦ ਠੀਕ ਸੀ। ਉਸਨੇ ਹਨੇਰੇ ਹੀ ਹਨੇਰੇ ਵਿੱਚ ਛੋਤੇ ਹਾਣੀ ਪਿੰਡ ਦੀ ਪਿੱਠ ਪਛਾਤੀ। ਹੁਣ ਉਹ ਨਾ ਕਿਧਰੇ ਦੀ ਸੀ ਨਾ ਉਧਰੇ ਦੀ ਸੀ। ਉਸਨੇ ਰਹਿੰਦਿਆਂ ਖੁਆਂਦਿਆਂ ਜੋੜ ਨੂੰ ਪੈਰਾਂ ਵਿੱਚ ਪਾਇਆ, ਉਹ ਨੱਸੀ ਗਈ। ਉਸਨੇ ਛੋਤਿਆਣੀ ਪਿੰਡ ਨੂੰ ਪਛਾਤ, ਉਸਨੇ ਆਪਣੇ ਘਰ ਵੱਲ ਮੁੜਦੀ ਗਲੀ ਪਛਾਤੀ। ਉਸਨੇ ਪਤਲੇ ਹੁੰਦੇ ਜਾਂਦੇ ਹਨੇਰੇ ਵਿੱਚ ਆਪਣੇ ਘਰ ਦੇ ਮੁਹਾਠਾਂ ਪਛਾਤੀਆਂ। ਉਸਨੇ ਬੂਹਾ ਠਕੋਰਿਆ, ਜਿਉਂ ਹੀ ਕਿਸੇ ਨੇ ਅੰਦਰੋਂ ਦੀ ਪਿੰਨ ਖੋਲ੍ਹੇ, ਉਹ ਆਪਣੀ ਡਿਓੜੀ ਵਿੱਚ ਫਰਸ਼ ਉੱਤੇ ਟਹਿ ਪਈ। ਉਸਨੇ ਆਪਣੇ ਬਲ ਦਾ ਆਖਰੀ ਕਿਣਕਿਆ ਵੀ ਖਰਚ ਛੱਡਿਆ ਸੀ। ਹੁਣ ਉਸਦੇ ਦੌੜੇ ਦੌੜ ਕੇ ਹਫ ਹਫ ਕੇ ਦਾਇਆਂ ਹੱਥ ਲੈ ਲਿਆ ਸੀ ਤੇ ਹੁਣ ਉਸਦਾ ਤ੍ਰਾਣ ਜਿਵੇਂ ਮੁੱਕ ਗਿਆ ਸੀ। ਪੂਰੋ ਨੇ ਹਨੇਰੀ ਖਾਂਦੀਆਂ ਅੱਖਾਂ ਨਾਲ ਤੱਕਿਆ। ਉਸਦੀ ਮਾਂ, ਉਸਦਾ ਪਿਓ ਦੀਵਾ ਹੱਥ ਵਿੱਚ ਲੈ ਕੇ ਉਸਦੇ ਦੁਆਲੇ ਖਲੋਤੇ ਸਨ। ਪੂਰੋ ਇੱਕ ਜ਼ਖਮੀ ਜਾਨਵਰ ਵਾਂਗ ਬਿਓੜੀ ਦੇ ਕੱਚੇ ਫਰਸ਼ ਉੱਤੇ ਸਿਸਕਣ ਲੱਗ ਪਈ।
ਉਸਨੇ ਵੇਖਿਆ ਉਹਦੀ ਮਾਂ ਦੀਆਂ ਅੱਖਾਂ ਵਿੱਚ ਪਾਣੀ ਦੀਆਂ ਕਰਲਾਂ ਪਈਆਂ ਵੰਗਦੀਆਂ ਸਨ। ਮਾਂ ਨੇ ਟੱਠੀ ਪਈ ਪੂਰੋ ਨੂੰ ਆਪਣੀਆਂ ਲੱਤਾਂ ਉੱਤੇ ਪਾ ਲਿਆ। ਉਸਨੇ ਮਾਂ ਦੀ ਛਾਤੀ ਨਾਲ ਇਸ ਤਰ੍ਹਾਂ ਆਪਣੇ ਮੱਥੇ ਨੂੰ ਜੋੜਿਆ ਜਿਵੇਂ ਟੁੱਟੀਆਂ ਹੋਈਆਂ ਆਂਦਰਾਂ ਹੁਣ ਜੁੜ ਜਾਣਗੀਆਂ। ਫਿਰ ਪੂਰੋ ਦੀ ਮਾਂ ਦੀਆਂ ਡਾਢਾਂ ਨਿਕਲ ਗਈਆਂ। ਲੋਕੀ ਹੁਣੇ ਇਕੱਠੇ ਹੋ ਜਾਣਗੇ। ਉਸਦੇ ਪਿਓ ਨੇ ਆਪਣੀ ਤ੍ਰੀਮਤ ਦਾ ਮੋਢਾ ਹਿਲਾਇਆ। ਉਸਦੀ ਮਾਂ ਨੇ ਪੱਲੇ ਦੀ ਚੁੱਕ ਇਕੱਠੀ ਕਰਕੇ ਆਪਣੇ ਮੂੰਹ ਵਿੱਚ ਧੁੰਨ ਲਈ। ਧੀਏ, ਤੇਰੀ ਕਿਸਮਤ ਹੁਣ ਸਾਡੇ ਵੱਸ ਕੁਛ ਨਹੀਂ। ਉਸਨੂੰ ਆਪਣੇ ਪਿਓ ਦੀ ਆਵਾਜ਼ ਆਈ। ਉਹ ਮਾਂ ਨਾਲ ਚੰਬੜੀ ਰਹੀ। ਹੁਣੇ ਸ਼ੇਖਾਂ ਕੇ ਆ ਕੇ ਜਾਣਗੇ ਤੇ ਸਾਡਾ ਕਾਣ ਬੱਚਾ ਪੀੜ ਦੇਣਗੇ। ਮੈਨੂੰ ਲੈ ਕੇ ਸਿਆਮ ਟੁਰ ਚੱਲੋ। ਪੂਰੋ ਨੇ ਸਿਰ ਮਾਂ ਦੀ ਛਾਤੀ ਨਾਲ ਲਾਇਆ ਤੇ ਪੂਰੋ ਦਾਈਆਂ ਨਾਲ ਕਿਹਾ, ਅਸੀਂ ਤੈਨੂੰ ਕਿੱਥੇ ਰੱਖਾਂਗੇ? ਕੌਣ ਤੈਨੂੰ ਵਿਆਹ ਕੇ ਖੜੇਗਾ? ਤੇਰਾ ਧਰਮ ਗਿਆ, ਤੇਰਾ ਜਨਮ ਗਿਆ। ਅਸੀਂ ਜੇ ਬਿਰਕੇ ਤਾਂ ਸਾਡੀ ਇੱਥੇ ਲੂਹ ਵੀ ਚਿੱਟ ਵੀ ਨਹੀਂ ਲੱਭਣੀ। ਹਏ, ਮੈਨੂੰ ਆਪਣੀ ਹੱਥੀ ਮਾਰ ਛੱਡੋ, ਪੂਰੋ ਨੇ ਤੜਪ ਕੇ ਆਖਿਆ। ਧੀਏ, ਜੰਮਦੀ ਹੀ ਮਰ ਜਿਉਂਦੀ, ਹੁਣ ਇੱਥੋਂ ਟੁਰ ਜਾ। ਹੁਣੇ ਸ਼ੇਖ ਆਉਂਦੇ ਹੋਣਗੇ, ਤੇਰੇ ਪਿਓ ਭਰਾ ਦਾ ਕਿਤੇ ਵੀ ਨਹੀਂ ਲੱਭਣਾ, ਉਹ ਸਾਰਿਆਂ ਨੂੰ ਮਾਰ ਦੇਣਗੇ। ਮਾਂ ਨੇ ਖੋਰੇ ਕਿਹੜਾ ਪੱਥਰ ਦਿਲ ਉੱਤੇ ਰੱਖ ਕੇ ਇਹ ਗੱਲ ਆਖੀ। ਪੂਰੋ ਨੂੰ ਚੇਤੇ ਆਇਆ, ਰਸ਼ੀਦਾ ਆਂਦਾ ਸੀ ਕਿ ਨੇਕ ਬਖੀਅਤ ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂ। ਕੀ ਰਸ਼ੀਦਾ ਸੱਚੀ ਆਉਂਦਾ ਸੀ? ਪੂਰੋ ਨੂੰ ਇੱਕ ਵਾਰ ਆਪਣਾ ਮੰਗੇਤਰ ਰਾਮ ਚੰਦ ਚੇਤੇ ਆਇਆ। ਮੰਗਣੀ ਕੀ ਤੇ ਵਿਆਹ ਕੀ? ਕਿ ਉਹ ਉਹਦੀ ਕੁਛ ਨਹੀਂ ਸੀ ਲੱਗਦੀ? ਉਹਨੇ ਉਹਦੀ ਬਾਤ ਵੀ ਨਾ ਪੁੱਛੀ? ਫਿਰ ਉਸਦਾ ਜਿਉਣ ਨੂੰ ਜੀ ਨਾ ਕੀਤਾ। ਉਸਨੇ ਸੋਚਿਆ, ਹੋਰ ਤੇ ਸਾਰੇ ਰਾਹ ਬੰਦ ਹਨ, ਸ਼ਾਇਦ ਮੌਤ ਦਾ ਰਾਹ ਖੁੱਲ੍ਹਾ ਹੋਵੇ। ਉਹ ਉੱਠ ਕੇ ਬਾਰ ਵੱਲ ਤੁਰ ਪਈ। ਨਾ ਮਾਂ ਨਾ ਛੱਡੀਏ, ਨਾ ਪਿਓ ਨੇ ਛੱਡਿਆ, ਨਾ ਮਾਂ ਨੇ ਛੱਡਿਆ, ਨਾ ਨਾ ਮਾਂ ਨੇ ਫੜਿਆ, ਨਾ ਪਿਓ ਨੇ ਫੜਿਆ। ਪੂਰੋ ਤੁਰੀ ਗਈ। ਆਉਂਦੀ ਵਾਰ ਉਹ ਜ਼ਿੰਦਗੀ ਨੂੰ ਮਿਲਣਾ ਚਾਹੁੰਦੀ ਸੀ। ਉਹਦੇ ਵਿੱਚ ਲਾਲਸਾ ਸੀ ਜਿਉਣ ਦੀ, ਮਾਂ ਪਿਓ ਨੂੰ ਮਿਲਣ ਦੀ। ਉਹ ਡਾਢੀ ਤ੍ਰਿੰਦੀ ਆਈ ਸੀ। ਵਾਪਸ ਜਾਂਦੀ ਵਾਰੀ ਉਹ ਮੌਤ ਨੂੰ ਮਿਲਣ ਚੱਲੀ ਸੀ। ਹੁਣ ਉਹਦੇ ਵਿੱਚ ਕੋਈ ਡਰ ਪਉ ਨਹੀਂ ਸੀ। ਮੌਤਾਂ ਵੱਧ ਕਿਸੇ ਨੂੰ ਕੀ ਕਰ ਲੈਣਗੀਆਂ? ਉਹ ਨਿਸ਼ੰਕ ਮਾਗੋ ਕਿਆ ਦੇ ਖੂਹ ਵੱਲ ਜਾਂਦੀ ਪਈ ਸੀ। ਸਵੇਰ ਦਾ ਨਵਾਂ ਚਾਨਣ ਸਾਰਿਆਂ ਰਾਵਾਂ ਉੱਤੇ ਡੁੱਲਾ ਹੋਇਆ ਸੀ। ਸਾਹਮਣੇ ਉਹ ਰਸ਼ੀਦੇ ਵਾਹੋ ਦਾਹੀ ਲੱਗ ਆਉਂਦਾ ਸੀ। ਪੂਰੋ ਦੇ ਪੈਰ ਜਮ ਗਏ। ਮੌਤ ਨੇ ਵੀ ਪੂਰੋ ਕੋਲੋਂ ਆਪਣਾ ਦਰਵਾਜ਼ਾ ਪੀੜ ਲਿਆ ਸੀ। ਪੂਰੋ ਨੂੰ ਜਾਪਿਆ, ਉਹਦੇ ਪਿੰਡ ਉੱਤੇ ਇਹਨਾਂ 15 ਦਿਨਾਂ ਨੇ ਸਾਰਾ ਮਾਸ ਲਾ ਲਿਆ ਹੈ। ਹੁਣ ਉਹ ਇੱਕ ਪਿੰਜਰ ਦਾ ਪਿੰਜਰ ਸੀ, ਜਿਸ ਦੀ ਨਾ ਕੋਈ ਸ਼ਕਲ ਸੀ, ਨਾ ਸੂਰਤ, ਨਾ ਕੋਈ ਮਨ, ਨਾ ਕੋਈ ਮਰਜ਼ੀ। ਰਸ਼ੀਦੇ ਨੇ ਆ ਕੇ ਉਸਦੀ ਬਾਂਹ ਫੜ ਲਈ। ਉਹ ਉਹਦੇ ਨਾਲ ਨਾਲ ਹੋ ਤੁਰੀ। ਉਸ ਤੋਂ 23 ਦਿਹਾੜੇ ਇੱਕ ਮੌਲਵੀ ਆਇਆ, 2-3 ਬੰਦੇ ਹੋਰ ਆਏ। ਉਹਨਾਂ ਪੂਰੋ ਦਾ ਰਸ਼ੀਦੇ ਨਾਲ ਨਿਕਾਹ ਪੜ ਦਿੱਤਾ। ਫਿਰ ਆਪੇ ਹੀ ਰਸ਼ੀਦੇ ਨੇ ਪੂਰੋ ਨੂੰ ਦੱਸਿਆ ਭਈ ਉਹਦੇ ਮਾਂ ਪਿਓ ਖੈਰੀ ਮਹਿਰ ਸਿਆਮ ਤੁਰ ਗਏ ਸਨ। ਛੋਤੇ ਆਣੀ ਦਾ ਨਾਂ ਲੈਂਦਿਆਂ ਵੀ ਪੂਰੋ ਨੂੰ ਘਰੇ ਨਹੀਂ ਪੈਂਦੀ ਸੀ। ਰਸ਼ੀਦਾ ਵੀ ਇਸ ਗੱਲ ਨੂੰ ਸਮਝਦਾ ਸੀ। ਨਾਲੇ ਛੋਤੋ ਆਣੀ ਵਿੱਚ ਉਸ ਨੂੰ ਲਿਜਾਣ ਵੀ ਖਤਰੇ ਵਾਲਾ ਸੀ। ਸ਼ਾਇਦ ਰਸ਼ੀਦਾ ਸੋਚਦਾ ਸੀ ਉੱਥੇ ਦੇ ਜਾਣ ਨਾਲ ਤੇ ਪਿੰਡ ਦੇ ਹਿੰਦੂ ਨਾ ਪੜਕ ਪੈਣ। ਭਾਵੇਂ ਉਦੋਂ ਤੱਕ ਮਹੀਨਾ ਪੱਕਾ ਹੋਣ ਵਾਲਾ ਸੀ, ਕਿਸੇ ਦੀ ਜ਼ਰੂਰਤ ਨਹੀਂ ਸੀ ਭਈ ਬਿਰਕ ਸਕੇ। ਨਾਲੇ ਪਰਾਈ ਅੱਗ ਵਿੱਚ ਕੌਣ ਪੈਂਦਾ ਹੈ?
ਅਗਲਿਆਂ ਦੇ ਪੀੜ੍ਹੀਆਂ ਦੇ ਵੈਰ ਸਨ, ਕਿਸੇ ਪਾ ਲਿਆ ਕਿਸੇ ਕੱਢ ਲਿਆ। ਰਸ਼ੀਦੇ ਦੀ ਕੋਈ ਭੈਣ ਜਾਂ ਮਾਂ ਜਿਉਂਦੀ ਨਹੀਂ ਸੀ, ਸਿਰਫ ਭਰਾ ਹੀ ਸਨ, ਚਾਚੇ ਹੀ ਸਨ। ਰਸ਼ੀਦੇ ਨੇ ਪੂਰੋ ਨੂੰ ਕਿਹਾ ਕਿ ਉਹ ਉਸ ਨੂੰ ਉੱਥੇ ਕੋਹਾਂ ਦੂਰ ਇੱਕ ਪਿੰਡ ਸੱਕੜ ਵਾਲੇ ਆਪਣੇ ਦਾਦੇ ਪਰੋਤਿਆਂ ਪਰਾਂ ਲੱਗਦੇ ਰਹੀਮੇ ਦੀਆਂ ਜ਼ਮੀਨਾਂ 'ਤੇ ਲੈ ਜਾਏਗਾ। ਸ਼ਾਇਦ ਉਸ ਦੀ ਕੁਛ ਜ਼ਮੀਨ ਨੂੰ ਵੀ ਆਪਣੀ ਜ਼ਮੀਨ ਨਾਲ ਵਟਾ ਲਵਣਗੇ। ਹੁਣ ਪੂਰੋ ਹੋਣੀ ਦੇ ਹਰ ਤੱਕੇ ਵਾਸਤੇ ਤਿਆਰ ਸੀ। ਸਕੇ ਮਾਂ ਪਿਓ ਕੋਲੋਂ ਤੱਕੀ ਗਈ ਤਾਂ ਪਿੰਡ ਵਿੱਚ ਕੀ ਪਿਆ ਸੀ, ਇੱਥੇ ਨਾ ਸਹੀ ਤਾਂ ਉੱਥੇ ਸਹੀ। ਰਸ਼ੀਦੇ ਨੇ ਆਪੇ ਹੀ ਘਰ ਦੇ ਮੋਹਰੀ ਵਾਂਗਣ ਦੋ ਤਰੇਨ ਟਰੰਗੀਆਂ ਆਉਂਦੀਆਂ, ਹੋਰ ਕੁਛ ਨਿਕੜ ਮੁਕੜ ਆਉਂਦਾ ਤੇ ਪੂਰੋ ਨੂੰ ਸੱਕਣ ਵਾਲੇ ਲੈ ਤੁਰਿਆ। ਰਾਵਾਂ ਉੱਤੇ ਜਿਵੇਂ ਕੋਈ ਅੱਖਾਂ ਮੀਟ ਕੇ ਤੁਰਦਾ ਹੈ, ਉਹ ਰਸ਼ੀਦੇ ਦੇ ਸੰਗ ਸੰਗ ਨਵੇਂ ਪਿੰਡ ਵਿੱਚ ਆ ਗਈ। ਨਵੇਂ ਪਿੰਡ ਵਿੱਚ ਪਹੁੰਚਦਿਆਂ ਹੀ ਪੂਰੋ ਤੇ ਰਸ਼ੀਦੇ ਨੂੰ ਵੱਖਰਾ ਕੋਠਾ ਮਿਲ ਗਿਆ। ਸ਼ਾਇਦ ਰਸ਼ੀਦੇ ਨੇ ਪਹਿਲਾਂ ਹੀ ਰਹੀਮ ਨੂੰ ਕਿਹਾ ਕਿ ਇਹ ਬਣਤਾ ਬਣਾ ਛੱਡੀ ਸੀ। ਰਹੀਮ ਉਰਾਂ ਦੇ ਘਰ ਉਹਨਾਂ ਤੋਂ ਚੌਖੀ ਦੂਰ ਸੀ, ਪਰ ਜਦੋਂ ਰਹੀਮ ਉਰਾਂ ਦੇ ਘਰ ਦੀਆਂ ਤ੍ਰੀਮਤਾਂ ਉਸਨੂੰ ਮਿਲਣ ਆਈਆਂ ਤਾਂ ਉਹ ਪਹਿਲੀ ਵਾਰ ਸੀ ਜਦੋਂ ਪੂਰੋ ਨੂੰ ਰਸ਼ੀਦੇ ਦੇ ਰਿਸ਼ਤੇਦਾਰਾਂ ਵਿੱਚੋਂ ਤ੍ਰੀਮਤਾਂ ਨਾਲ ਵਾਪਿਆ। ਪੂਰੋ ਇੱਕ ਗੁਆਚੀ ਹੋਈ ਵੱਛੀ ਵਾਂਗਣ ਉਹਨਾਂ ਕੋਲ ਬੈਠ ਗਈ, ਪਰ ਉਹਨਾਂ ਪੱਲਿਆਂ ਲੋਕਾਂ ਨੇ ਪੂਰੋ ਨੂੰ ਬਹੁਤ ਪੁੱਛ ਗਿੱਛ ਨਾ ਕੀਤੀ। ਨਿੱਕੀਆਂ ਮੋਟੀਆਂ ਕਰ ਦੀਆਂ ਲੋੜਾਂ ਥੋੜ੍ਹਾ ਪੁੱਛਦੀਆਂ ਰਹੀਆਂ। ਰਸ਼ੀਦਾ ਉਦੋਂ ਤੱਕ ਪੂਰੋ ਨੂੰ ਪੂਰੋ ਹੀ ਸਜਦਾ ਸੀ। ਨਿਕਾਹ ਵੇਲੇ ਦਾ ਰੱਖਿਆ ਹੋਇਆ ਉਹਦਾ ਨਾਂ ਹਮੀਦਾ ਅਜੇ ਉਹਦੀ ਜ਼ਬਾਨੇ ਨਹੀਂ ਸੀ ਚੜਿਆ। ਇੱਕ ਦਿਨ ਚਾਣ ਚੱਕੇ ਰਸ਼ੀਦਾ ਇੱਕ ਬੰਦੇ ਨੂੰ ਘਰ ਲਿਆਇਆ। ਉਹ ਬਾਹਾਂ ਉੱਤੇ ਔਰਤਾਂ ਮਰਦਾਂ ਦੇ ਨਾਂ ਖੁੰਡਾ ਸੀ। ਉਸ ਦਿਨ ਪੂਰੋ ਦੇ ਕਲੇਜੇ ਵਿੱਚ ਫਿਰ ਵਲੇਟ ਪਿਆ, ਜਿਵੇਂ ਰਸ਼ੀਦੇ ਨੇ ਆਖਿਆ ਉਹਨੇ ਬਾਂਹ ਅੱਗੇ ਕਰ ਦਿੱਤੀ ਤੇ ਉਹਦੀ ਖੱਬੀ ਬਾਂਹ ਉੱਤੇ ਹਮੀਦਾ ਡੁੱਗਾ ਸਾਵੇਂ ਅੱਖਰਾਂ ਵਿੱਚ ਖੁੰਨਿਆ ਗਿਆ। ਰਸ਼ੀਦਾ ਵੀ ਉਸ ਦਿਨ ਤੋਂ ਹਮੀਦਾ ਸੱਜਣ ਲੱਗ ਪਿਆ। ਖੋਰੇ ਇਹ ਸਲਾਹ ਰਹੀਮ ਕੇ ਉਹਨਾਂ ਦੀ ਹੀ ਸੀ। ਪੂਰੋ ਹੁਣ ਹਮੀਦਾ ਬਣ ਗਈ ਸੀ, ਪਰ ਅਜੇ ਤੱਕ ਜਦੋਂ ਰਾਤ ਨੂੰ ਪੂਰੋ ਸੋ ਜਾਂਦੀ, ਉਹਦੇ ਸੁਪਨਿਆਂ ਵਿੱਚ ਉਹਨੂੰ ਸਹੇਲੀਆਂ ਮਿਲਦੀਆਂ, ਉਹਦੇ ਸੁਪਨਿਆਂ ਵਿੱਚ ਉਹ ਮਾਂ ਪਿਓ ਦੇ ਘਰ ਖੇਡਦੀ ਮਲਦੀ ਹੁੰਦੀ, ਸਾਰੇ ਉਹਨੂੰ ਪੂਰੋ ਸੱਚਦੇ। ਪੂਰੋ ਦਿਨ ਦੇ ਚਾਨਣ ਵਿੱਚ ਹਮੀਦਾ ਬਣਦੀ, ਪੂਰੋ ਰਾਤ ਦੇ ਹਨੇਰਿਆਂ ਵਿੱਚ ਪੂਰੋ ਹੁੰਦੀ। ਪਰ ਪੂਰੋ ਸੋਚਦੀ ਉਹ ਨਾ ਅਸਲ ਵਿੱਚ ਹਮੀਦਾ ਸੀ ਨਾ ਅਸਲ ਵਿੱਚ ਪੂਰੋ। ਉਹ ਸਿਰਫ ਇੱਕ ਪਿੰਜਰ ਦਾ ਪਿੰਜਰ ਸੀ ਜਿਹਦਾ ਨਾ ਕੋਈ ਰੂਪ ਸੀ ਨਾ ਕੋਈ ਨਾ ਨੀ ਸੀ ਨਾ ਸੀ। 5-6 ਮਹੀਨੇ ਹੀ ਲੰਘੇ ਸਨ ਕਿ ਪੂਰੋ ਨੇ ਪਿੰਜਰ ਵਿੱਚ ਇੱਕ ਨਿੱਕੀ ਜਿਹੀ ਜਿੰਦ ਸੁਰਕਣ ਲੱਗ ਪਈ। ਵਿਸਾਖੀ ਦਾ ਮੇਲਾ ਸਲੇਟੀ ਰੰਗ ਦਿਨ ਸੀ। ਬੀਤੇ ਹੋਏ ਦਿਨ ਇੱਕ ਇੱਕ ਕਰਕੇ ਪੂਰੋ ਦੀਆਂ ਅੱਖਾਂ ਅੱਗੇ ਲੰਘ ਗਏ। ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠ ਲੈ ਕੇ ਉਹ ਪੱਥਰ ਦੀ ਪੱਥਰ ਬਣੀ ਉਹਨਾਂ ਨੂੰ ਵੇਂਦੀ ਰਹੀ। ਬਾਹਰਲੇ ਬੂਹੇ ਨੂੰ ਤੱਕ ਕੇ ਰਸ਼ੀਦੇ ਅੰਦਰਲੇ ਦਖਾਨੇ ਵਿੱਚ ਆ ਖਲੋਤਾ। ਉਸਨੂੰ ਜਿਵੇਂ ਖੜਾਕ ਵੀ ਨਾ ਸੁਣੀਵੀ, ਉਸਨੂੰ ਜਿਵੇਂ ਕੋਈ ਅੰਦਰ ਆਉਂਦਾ ਵੀ ਨਾ ਦਿਖਿਆ। ਉਹ ਬੈਠੀ ਦੀ ਬੈਠੀ ਰਹੀ। ਰਸ਼ੀਦੇ ਨੂੰ ਖੋਰੇ ਸੱਚੀ ਮੁੱਚੀ ਹੀ ਪੂਰੋ ਨਾਲ ਪਿਆਰ ਸੀ। ਰਸ਼ੀਦਾ ਚੁਪਾਤੇ ਜਿਹੇ ਆ ਕੇ ਉਸ ਕੋਲ ਬਹਿ ਗਿਆ। ਰੱਬ ਦਿਆ ਬੰਦਿਆ, ਰਸ਼ੀਦੇ ਨੇ ਆਪਣੀ ਇੱਕ ਬਾਂਹ ਪੂਰੋ ਦੇ ਦੁਆਲੇ ਵੱਲ ਦਿੱਤੀ। ਉਹ ਅੱਜ ਉੜਕਾਂ ਦੀ ਉਦਾਸ ਸੀ। ਉਹ ਨਾ ਹਿੱਲ ਸਕੀ ਨਾ ਕੂਰ ਸਕੀ। ਰਸ਼ੀਦਾ ਉਹਨੂੰ ਦੁਲਾੜਦਾ ਰਿਹਾ। ਫਿਰ ਕਿੰਨੇ ਹੀ ਚਿਰ ਪਿੱਛੋਂ ਪੂਰੋ ਨੇ ਆਖਿਆ,
ਅੱਜ ਮੈਨੂੰ ਇਉਂ ਲੱਗਦਾ ਹੈ ਜਿਵੇਂ ਮੇਰੇ ਅੰਦਰ ਕੋਈ ਮੇਰੀਆਂ ਆਂਦਰਾਂ ਨੂੰ ਕੁਤਰਦਾ ਪਿਆ ਹੋਵੇ। ਰਸ਼ੀਦਾ ਹੱਸਦਾ ਰਿਹਾ, ਪੂਰੋ ਦਾ ਜੀ ਥਾਵੇਂ ਪਾਉਂਦਾ ਰਿਹਾ। ਫਿਰ ਰਸ਼ੀਦੇ ਨੇ ਚੁੱਲ੍ਹੇ ਵਿੱਚ ਬੁੱਝੀ ਅੱਗ ਨੂੰ ਸੁਲੱਗਿਆ ਅਤੇ ਪੂਰੋ ਨੂੰ ਕੋਲ ਬਿਠਾ ਕੇ ਆਪ ਇੱਕ ਛੋਟੇ ਪਤੀਲੇ ਵਿੱਚ ਬਟੇਰੇ ਭੁੰਨਣ ਲੱਗ ਪਿਆ। ਨਾ ਤੂੰ ਕਿਤੇ ਬਾਹਰ ਅੰਦਰ ਜਾਨੀ ਹੈ, ਨਾ ਤੂੰ ਕਿਸੇ ਨੂੰ ਮਿਲਣਾ ਜੁਲਣਾ ਚਾਹੁੰਦੀ ਹੈ। ਇੰਝ ਤਾਂ ਬੰਦੇ ਦੇ ਖਾਮਖਾਂ ਜੀ ਹੁਸੜ ਪੈਂਦਾ ਹੈ। ਰਸ਼ੀਦੇ ਨੇ ਕੁਛ ਚਿਰ ਠਹਿਰ ਕੇ ਆਖਿਆ, ਕਿੱਥੇ ਜਾਵਾਂ, ਮੇਰਾ ਹੋਰ ਥਾਂ ਹੀ ਕਿਹੜਾ ਹੈ। ਪੂਰੋ ਨੇ ਟਾਟਾ ਹਿਰਸ ਕੇ ਕਿਹਾ, ਹੁਣ ਤੂੰ ਘਰ ਦੀ ਸਵਾਣੀ ਹੈ, ਹੋਰ ਚੂਹਾ ਦਿਨਾਂ ਨੂੰ ਤੇਰੇ ਵਿਹੜੇ ਵਿੱਚ ਇੱਕ ਜੀ ਖੇਡੇਗਾ। ਮੇਰੀ ਖਾਤਰ ਨਾ ਸਹੀ, ਉਹਦੀ ਖਾਤਰ ਹੀ ਸਹੀ, ਤੈਨੂੰ ਦਿਲ ਨਹੀਂ ਡੁਲਾਉਣਾ ਚਾਹੀਦਾ। ਉਸ ਸੋਦੇ ਨੇ ਤੇਰਾ ਕੀ ਵਿਗਾੜਿਆ ਹੈ? ਰਸ਼ੀਦੇ ਨੇ ਆਪਣੇ ਹੋਣ ਵਾਲੇ ਬੱਚੇ ਦਾ ਖਿਆਲ ਆਇਆ, ਉਹਨੇ ਪੂਰੋ ਨੂੰ ਉਸਦਾ ਵਾਸਤੇ ਚ ਪਾ ਦਿੱਤਾ। ਪੂਰੋ ਨੂੰ ਫਿਰ ਉਹ ਮਟਰਾਂ ਵਿੱਚੋਂ ਨਿਕਲੀ ਹੋਈ ਸੁੰਡੀ ਚੇਤੇ ਆ ਗਈ, ਜਿਸ ਸੁੰਡੀ ਨੂੰ ਵੇਖ ਕੇ ਕਿਸੇ ਦਾ ਜੀ ਮਤਲਬ ਜਾਏ। ਜਿਸ ਸੁੰਡੀ ਨਾਲ ਲੱਗੇ ਹੋਏ ਮਟਰਾਂ ਨੂੰ ਵੀ ਕੋਈ ਪਰਾਂ ਸੁੱਟ ਛੱਡੇ। ਲਿਆ ਬਟੇਰਿਆਂ ਦੇ ਮਸਾਲੇ ਵਿੱਚ ਥੋੜ੍ਹੇ ਜਿਹੇ ਮਟਰ ਸੁੱਟਨੀ ਆ। ਰਸ਼ੀਦੇ ਨੇ ਪੂਰੋ ਦੇ ਮੂਹਰੇ ਖਿਲਰੇ ਹੋਏ ਮਟਰਾਂ ਵੱਲ ਤੱਕ ਕੇ ਆਖਿਆ, ਮਟਰ ਦੇ ਸਾਰੇ ਪੱਕੇ ਹੋਏ ਨੇ, ਮਟਰਾਂ ਦੀ ਕਿਹੜੀ ਬਹਾਰ ਹੈ, ਉੱਥੋਂ ਵਸਾਖ ਚੜ੍ਹਨ ਲੱਗਾ ਹੈ। ਪੂਰੋ ਨੂੰ ਪਤਾ ਸੀ ਅੱਜ ਉਸ ਕੋਲੋਂ ਮਟਰ ਨਹੀਂ ਖਾਧੇ ਜਾਣਗੇ। ਹਾਂ ਸੱਚ, ਕੱਲ੍ਹ ਤੇ ਵਿਸਾਖੀ ਦਾ ਭਾਰਾ ਮੇਲਾ ਲੱਗਣਾ ਹੈ, ਰਸ਼ੀਦੇ ਨੇ ਸਹਿਜੇ ਸੁਭਾਅ ਹੀ ਆਖਿਆ। ਵਿਸਾਖੀ ਵਿਸਾਖੀ ਪੂਰੋ ਦੇ ਕੰਨਾਂ ਵਿੱਚ ਗੂੰਜਣ ਲੱਗ ਪਿਆ ਤੇ ਉਹ ਪਰਾਤ ਵਿੱਚ ਦੋ ਤਰੇ ਮੁੱਠਾ ਆਟਾ ਪਾ ਕੇ ਗੁੰਨਣ ਲੱਗ ਪਈ ਤੇ ਪਈ ਕਿ ਉਹਦਾ ਧਿਆਨ ਹੋਰ ਥਵੇਂ ਜਾ ਪਵੇ। ਅੱਜ ਤੇ ਮੇਰਾ ਜੀ ਕਰਦਾ ਹੈ ਗੁੜ ਪਾ ਕੇ ਸੇਵੀਆਂ ਬਣਾਈਏ, ਰਸ਼ੀਦੇ ਨੇ ਆਖਿਆ। ਪੂਰੋ ਨੇ ਚੁਪਾ ਜਿਹੀ ਅੰਦਰੋਂ ਸੇਵੀਆਂ ਦੇ ਗੁੜਾਂ ਕੱਢ ਲਿਆਂਦਾ। ਉਸ ਵੇਲੇ ਪੂਰੋ ਨੂੰ ਯਾਦ ਆਇਆ ਕਿੰਨਾ ਚਿਰ ਦੀ ਗੱਲ ਸੀ ਕਿ ਇੱਕ ਦਿਹਾੜੇ ਉਸਦੀ ਮਾਂ ਬਹਿ ਕੇ ਸੁੱਚੀ ਦੀਆਂ ਸੇਵੀਆਂ ਵੱਢਦੀ ਪਈ ਸੀ ਤੇ ਉਸਨੇ ਕਿਹਾ ਸੀ, ਮਾਂ ਨੀ ਮਾਂ, ਮੇਰੇ ਤੇ ਮਸ਼ੀਨ ਨਾਲੋਂ ਵੱਟੀਆਂ ਹੋਈਆਂ ਸੇਵੀਆਂ ਖਾਣ ਤੇ ਜੀ ਕਰਦਾ ਹੈ। ਤੇ ਅੱਗੋਂ ਮਾਂ ਪੈਂਦੀ ਸੇਠ ਕਿਹਾ ਸੀ, ਜਾਣੀ ਪੈੜੀਏ, ਉਹ ਤੇ ਮੁਸਲਮਾਨ ਖਾਂਦੇ ਨੇ। ਇਹ ਗੱਲ ਯਾਦ ਕਰਕੇ ਪਹਿਲਾਂ ਤੇ ਪੂਰੋ ਦੇ ਅਥਰੂ ਪਰ ਆਏ, ਫਿਰ ਉਹਦਾ ਹਾਸਾ ਨਿਕਲ ਗਿਆ। ਰਸ਼ੀਦਾ ਉਹਦੇ ਹਾਸੇ ਨੂੰ ਪੁੱਛਦਾ ਰਿਹਾ ਪਰ ਪੂਰੋ ਨੇ ਉਹ ਗੱਲ ਸੁਣਾ ਦਿੱਤੀ। ਸੁਣਦੀ ਸੁਣਦੀ ਤਾਂ ਫਿਰ ਰੋਣਾ ਨਿਕਲ ਗਿਆ। ਰਸ਼ੀਦਾ ਇੱਕ ਸ਼ਰਮਿੰਦਾ ਜਿਹਾ ਹਾਸਾ ਹੱਸਦਾ ਰਿਹਾ। ਅਗਲੀ ਪਲਕ ਜਦੋਂ ਪੂਰੋ ਸੁੱਤੀ ਉੱਠੀ, ਪਿੰਡ ਵਿੱਚ ਵਿਸਾਖੀ ਦਾ ਢੋਲ ਵੱਜਦੇ ਪਏ ਸਨ। ਪਹਿਲਾਂ ਤਾਂ ਉਹ ਕੰਮੇ ਕਾਰੇ ਲੱਗੀ ਰਹੀ, ਫਿਰ ਉਹ ਆਪਣੇ ਕੋਠੇ ਉੱਤੇ ਚੜ੍ਹ ਕੇ ਦੂਰ ਪਿੜ ਵਿੱਚ ਜੁੜੇ ਹੋਏ ਵਿਸਾਖੀ ਦੇ ਮੇਲੇ ਨੂੰ ਵੇਖਣ ਲੱਗ ਪਈ। ਦੂਰ ਖਲੋਤੀ ਪੂਰੋ ਨੂੰ ਲੋਕਾਂ ਦਾ ਨਿਰਾ ਘੱਟ ਹੀ ਘੱਟ ਦਿਸਦਾ ਸੀ। ਲੰਬੇ ਤਗੜੇ ਜੱਟ, ਲੋਕ ਕਰੀਆਂ ਤੀਮਤਾਂ, ਬੋਦੀਆਂ ਹੋਈਆਂ, ਹੱਥਾਂ ਵਿੱਚ ਤੇਲ ਨਾਲ ਲਿਸ਼ਕਦੀਆਂ ਹੋਈਆਂ ਡਾਂਗਾਂ, ਬੜੇ ਚੜੇ ਹੋਏ, ਬੜੇ ਸੱਚੇ ਹੋਏ, ਇਧਰੇ ਉਧਰੇ ਜਾਂਦੇ, ਉਧਰੋਂ ਇੱਧਰ ਜਾਂਦੇ, ਕਈ ਕੋੜੀਆਂ ਤੇ ਚੜੇ ਪੀੜ ਹੋਏ, ਪਿੱਠਾਂ ਪਿੱਛੋਂ ਜਨਾਨੀਆਂ ਵੀ ਬਾਈਆਂ ਹੋਈਆਂ, ਮੋਹਰੇ ਇੱਕ ਦੋ ਬਾਲ ਬੱਚੇ ਵੀ ਸੀ ਤੇ ਕੋਈ ਬਾਲਾਂ ਨੂੰ ਉਂਗਲੀ ਲਈ, ਤ੍ਰੀਮਤਾਂ ਨੂੰ ਪਿੱਛੇ ਲਈ ਵੱਗੇ ਜਾਂਦੇ, ਕੋਈ ਜਵਾਨ ਜਹਾਨ ਆਪਣੀ ਜਵਾਨੀ ਦੀ ਤੈਸ਼ ਵਿੱਚ ਆਏ ਹੋਏ ਛਾਤੀ ਨੂੰ ਅੱਗੇ ਕਰਕੇ ਤੁਰਦੇ, ਕੁਛ ਗੋਂਦ ਵਿੱਚ ਕੁਛ ਬੋਲਦੇ ਜਾਂਦੇ। ਦੂਰ ਪਰੇ ਪਿੜ ਵਿੱਚ ਕੁਸ਼ਤੀਆਂ ਜੁੜਦੀਆਂ ਹੋਈਆਂ ਹੋਣਗੀਆਂ, ਜਲੇਬੀਆਂ ਦੀ ਥਾਲ ਲੱਗੇ ਹੋਏ ਹੋਣਗੇ, ਗਰਮ ਪਕੌੜਿਆਂ ਦੀ ਖੁਸ਼ਬੂ ਦੂਰ ਤੱਕ ਹਵਾ ਵਿੱਚ ਫੈਲੀ ਹੋਈ ਹੋਵੇਗੀ, ਗੁੜ ਤੇ ਸ਼ੱਕਰ ਪਾਰੇ, ਮੈਦੇ ਦੀਆਂ ਮੱਠੀਆਂ ਤੇ ਮਿਠਾਈਆਂ ਦੇ ਵੰਨ ਸੁਵੰਨੇ ਲੋਹੇ ਨੂੰ
ਚੋੜ ਖਾਲਾਂ ਵਿੱਚ ਸੱਜੇ ਹੋਏ ਹੋਣਗੇ। ਪੂਰੂ ਦੇ ਸਿਰ ਵਿੱਚ ਲੋਹੇ ਦੀ ਸੱਟ ਵਾਕਣ ਇੱਕ ਖਿਆਲ ਵੱਜ ਉੱਠਿਆ। ਮਾਂ ਤੇ ਤਿੰਨਾਂ ਤੀਆਂ ਦੀ ਐਤਕੀ ਪੁੱਤਰ ਜਮਾਈ ਸੀ ਤੇ ਐਤਕੀ ਐਤਕੀ ਉਹਦੀ ਪਹਿਲੀ ਵਿਸਾਖੀ ਸੀ। ਖਲੋਤੀ ਖਲੋਤੀ ਪੂਰੂ ਕੋਠੇ ਉੱਤੇ ਬਹਿ ਗਈ। ਖਬਰੇ ਐਸਾ ਵੇਲੇ ਉਹਦੀ ਮਾਂ ਨੇ ਉਹਦੇ ਨਿੱਕੇ ਜਿਹੇ ਵੀਰ ਨੂੰ ਪਾਣੀ ਚਾਖਿਆ ਹੋਵੇਗਾ। ਨੇੜੇ ਦੇ ਕਿਸੇ ਨਦੀ ਵਿੱਚੋਂ ਵਗਦਾ ਪਾਣੀ ਲੈ ਕੇ ਗੁਲਾਬ ਦੇ ਫੁੱਲ ਨੂੰ ਉਸ ਪਾਣੀ ਵਿੱਚ ਪਿਓ ਕੇ ਉਹਦੇ ਵੀਰ ਦੇ ਨਿੱਕੇ ਗੁਲਾਬੀ ਹੋਠਾਂ ਨਾਲ ਲਾਇਆ ਹੋਵੇਗਾ। ਫਿਰ ਉਹਦੀ ਮਾਂ ਨੂੰ ਵਧਾਈਆਂ ਮਿਲੀਆਂ ਹੋਣਗੀਆਂ ਤੇ ਖੋਰੇ ਖੋਰੇ ਐਸੇ ਵੇਲੇ ਉਹਦੀ ਮਾਂ ਨੂੰ ਆਪਣੀ ਢਿੱਡ ਦੀ ਜਾਈ ਹੋਈ ਪੂਰੋ ਵੀ ਚੇਤੇ ਆਈ ਹੋਵੇਗੀ। ਪੂਰੋ ਦੀਆਂ ਅੱਖਾਂ ਵਿੱਚ ਅੱਥਰੂ ਵੀ ਆ ਕੇ ਥੱਕ ਗਏ ਸਨ। ਉਹ ਸਿਰ ਨੂੰ ਛੱਡ ਕੇ ਬੈਠੀ ਰਹੀ। ਜਵਾਨ ਜੱਟ ਮੁੰਡਿਆਂ ਦੀ ਇੱਕ ਟੋਲੀ ਕੰਨਾਂ ਵਿੱਚ ਫੁੱਲ ਆੜਾ ਕੇ ਹਸਤੀ ਗਾਉਂਦੀ ਪਰਿਉਂ ਦੀ ਲੰਘਦੀ ਪਈ ਸੀ। ਉਹਨਾਂ ਵਿੱਚੋਂ ਕੋਈ ਜਾਣ ਬੋਲੀ ਪਿਆ ਪਾਉਂਦਾ ਸੀ। ਖੂਹ ਤੇ ਬੈਠੀ ਦਾਤਨ ਕਰਦੀ ਚਿੱਟੀਆਂ ਦੰਦਾਂ ਦੀ ਮਾਰੀ ਨੀ ਆਪੇ ਤੈਨੂੰ ਲੈ ਜਾਣਗੇ ਜਿੰਨਾਂ ਨੂੰ ਲੱਗੇਗੀ ਪਿਆਰੀ ਨੀ ਆਪੇ ਤੈਨੂੰ ਲੈ ਜਾਣਗੇ। ਹਾਏ ਕੋਈ ਪਿਆਰਿਆ ਲੱਗਣ ਵਾਲਿਆਂ ਦੇ ਹਾਲ ਤਾਂ ਕੀ ਤੱਕੇ, ਪੂਰੋ ਦੇ ਮੂੰਹ ਹੌਲੀ ਜਿਹੀ ਨਿਕਲਿਆ। ਫਿਰ ਪੂਰੋ ਨੇ ਨੂੰ ਇੱਕ ਖਿਆਲ ਆਇਆ, ਉਹ ਰਸ਼ੀਦੇ ਨੂੰ ਹੀ ਪਿਆਰੀ ਲੱਗੀ, ਰਸ਼ੀਦਾ ਉਹਨੂੰ ਲੈ ਆਇਆ। ਉਹ ਆਪਣੇ ਮੰਗੇਤਰ ਰਾਮ ਚੰਦ ਨੂੰ ਕਿਉਂ ਨਹੀਂ ਪਿਆਰੀ ਲੱਗੀ, ਉਹਨੇ ਤਾਂ ਉਹਦੀ ਬਾਤ ਵੀ ਨਾ ਪੁੱਛੀ। ਉਹ ਤਾਂ ਰਾਮ ਚੰਦ ਨੂੰ ਪਿਆਰੀ ਲੱਗਣਾ ਚਾਹੁੰਦੀ ਸੀ। ਰਸ਼ੀਦੇ ਤਾਂ ਉਸ ਤਾਂ ਉਹਦਾ ਆਪਣਾ ਲੱਭਿਆ ਹੋਇਆ ਸੀ, ਨਾ ਉਹਦੇ ਮਾਪਿਆਂ ਦਾ ਸਹੇੜਾ ਸੀ। ਜੱਟ ਨੱਚਦੇ ਪਏ ਸਨ, ਕੁੱਦਦੇ ਪਏ ਜਾਂਦੇ ਸਨ, ਭੰਗੜਾ ਪਏ ਪਾਉਂਦੇ ਸਨ, ਬੋਲੀਆਂ ਪਏ ਗਾਉਂਦੇ ਸਨ। ਤੇਰੇ ਲੌਂਗ ਦਾ ਵੱਜਾ ਲਿਸ਼ਕਾਰਾ ਹਾਲਿਆਂ ਨੂੰ ਚੱਲ ਭੁੱਲ ਗਏ, ਤੇਰੇ ਪਿੱਜਿਆਂ ਪਰੀ ਦਾ ਲੰਘਿਆ ਪੋਛੇ ਦੀਆਂ ਪੈਣਾ ਕਣੀਆਂ। ਸਾਨੂੰ ਕੱਢ ਨਾ ਕੋਈ ਮੁਟਿਆਰੇ ਕੀ ਰਾਹੇ ਰਾਹੇ ਜਾਣ ਵਾਲੀਏ। ਪੂਰੋ ਸੋਚਦੀ ਰਹੀ। ਸਾਰੇ ਹੀ ਗੀਤ ਸੁਣਦਿਆਂ ਕੁੜੀਆਂ ਦੇ ਮੋਹਰੇ ਗਾਉਂਦੇ ਨੇ, ਸਾਰੇ ਹੀ ਭਜਨ ਸੱਚੇ ਪਿਆਰਾਂ ਦਾ ਵਰਣਨ ਕਰਦੇ ਨੇ। ਕਦੇ ਉਹ ਵੀ ਗੀਤ ਬਣਨਗੇ ਜਿਨ੍ਹਾਂ ਵਿੱਚ ਮੇਰੀ ਜੀਆਂ ਕੁੜੀਆਂ ਦੇ ਰੋਣ ਲਿਖੇ ਹੋਣਗੇ। ਕਦੇ ਉਹ ਵੀ ਭਜਨ ਹੋਣਗੇ ਜਿਨ੍ਹਾਂ ਦਾ ਭਗਵਾਨ ਹੀ ਕੋਈ ਨਾ ਹੋਵੇ। ਚੜ੍ਹਦੀ ਜਵਾਨੀ ਵਾਲੀਆਂ ਕੁਛ ਮੁਟਿਆਰਾਂ ਨੇ ਆਪਣੀ ਜਵਾਨੀ ਦੇ ਛੋਲਪਨ ਵਿੱਚ ਇੱਕ ਕੱਠ ਦਾ ਕੱਠ ਬਣਾ ਕੇ ਪੀੜ ਵੱਲ ਤੁਰੀਆਂ ਜਾਂਦੀਆਂ ਸਨ। ਦੂਰੋਂ ਲੱਗੇ ਜਾਂਦੇ ਜੱਟ ਮੁੰਡਿਆਂ ਦੇ ਟੋਲੇ ਪਾਸੇ ਮੋੜ ਮੋੜ ਕੇ ਪਈ ਉਹਨਾਂ ਨੂੰ ਚਾਕਦੇ ਸਨ, ਨਾਲ ਨਾਲ ਹੱਸਦੇ ਸਨ, ਖੋਰੇ ਮਸ਼ਕਰੀਆਂ ਕਰਦੇ ਸਨ। ਇਹਨਾਂ ਨੂੰ ਤੱਕ ਤੱਕ ਪੂਰੋ ਸੋਚਣ ਲੱਗੀ, ਭਲਾ ਜੇ ਹੁਣੇ ਉਹਨਾਂ ਸਾਰਿਆਂ ਜਵਾਨ ਜਹਾਨ ਕੁੜੀਆਂ ਨੂੰ ਇੱਕ ਸਾਰੇ ਮੁੰਡੇ ਆਪਣੀਆਂ ਕੋੜੀਆਂ ਤੇ ਬਿਨਾਂ ਕੇ ਨੱਸ ਜਾਣ, ਫਿਰ ਕੀ ਹੋਵੇਗਾ। ਭਲਾ ਜੇ ਇਹ ਸਾਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਣ। ਪੂਰੋ ਦਾ ਬੱਚਾ ਗਾੜਾ ਹੁਨਾਲਾ ਆ ਗਿਆ ਸੀ। ਜ਼ਮੀਨ ਮਨਛਿੱਟੀ ਪਾ ਕੇ ਬਾਲੇ ਹੋਏ ਤੰਦੂਰ ਵੀ ਪਿੱਠ ਵਾਂਗ ਪਕਦੀ ਰਹਿੰਦੀ ਸੀ। ਪੂਰੋ ਕਦੇ ਬਹਿੰਦੀ, ਕਦੇ ਉੱਡਦੀ, ਕਦੇ ਲੰਮੀ ਪੈ ਰਹਿੰਦੀ। ਅਜੇ ਉਹਦਾ ਜੀ ਰਾਜੀ ਨਹੀਂ ਸੀ। ਪੱਲੇ ਪੱਲੇ ਪਾਣੀ ਦਾ ਘੁੱਟ ਵੀ ਉਹ ਮੂੰਹ ਨੂੰ ਲਾਉਂਦੀ। ਉਸਦੀ ਗੁਆਂਢਣ ਨੇ ਉਸਨੂੰ ਦੱਸਿਆ ਸੀ ਕਿ ਔਖੀ ਸੌਖੀ ਹੋ ਕੇ ਜਿਵੇਂ ਕਿਵੇਂ ਪਿੰਡੇ ਨਾ ਲਵੇ ਤੇ ਆਪਣਾ ਸਿਰ ਵੀ ਧੋ ਲਵੇ। ਫਿਰ ਕੀ ਪਤਾ ਉਸ ਰਾਤ ਨੂੰ ਹੀ ਜਾਂ ਚੜ੍ਹਦੇ ਦਿਨ ਨੂੰ ਹੀ ਪੂਰੋ ਦੇ ਘਰ ਕੁਛ ਹੋ ਪਵੇ ਤੇ ਫਿਰ ਉਹ ਕਿੰਨੇ ਦਿਨ ਉੱਠਣ ਜੋਗੀ ਨਹੀਂ ਰਹੇਗੀ। ਰਸ਼ੀਦੇ ਨੇ ਤੱਕਿਆ ਪੂਰੋ ਦਾ ਰੰਗ ਜਿਸਮ ਵਿੱਚੋਂ ਉੱਠਦੀਆਂ ਪੀੜਾਂ ਨੂੰ ਲੈ ਕੇ ਬੁੱਗਾ ਪੂਣੀ ਹੁੰਦਾ ਜਾਂਦਾ ਸੀ। ਰਸ਼ੀਦੇ ਨੂੰ ਉਹ ਵੇਲਾ ਚੇਤੇ ਆ ਗਿਆ ਜਦੋਂ ਉਹ ਛੋਤੇ ਹਾਣੀ ਦੀ ਕੱਚੀ ਸੜਕ ਤੋਂ ਪੂਰੋ ਨੂੰ ਕੋੜੀ ਉੱਤੇ ਆਪਣੇ ਮੋਹਰੇ ਬਿਠਾ ਕੇ ਭੱਜ ਖਲੋਤਾ ਸੀ। ਪੂਰੂ ਦਾ ਰੰਗ ਉਦੋਂ ਵੀ ਚਿੱਟਾ ਫਟਕੜੀ ਵਰਗਾ ਹੁੰਦਾ ਜਾਂਦਾ ਸੀ
ਉਦੋਂ ਪੂਰੋ ਦੀ ਰੂਹ ਵਿੱਚੋਂ ਚੀਸਾਂ ਉੱਠਦੀਆਂ ਸਨ, ਅੱਜ ਪੂਰੋ ਦੇ ਲੂ ਮਾਸ ਵਿੱਚੋਂ। ਰਸ਼ੀਦੇ ਨੇ ਰਹੀਮੇ ਉਰਾ ਦੇ ਘਰ ਆਪਣੇ ਖੇਤਾਂ ਦਾ ਇੱਕ ਕਾਮਾ ਭੇਜਿਆ ਹੋਇਆ ਸੀ। ਆਪ ਉਹਦਾ ਪੂਰੋ ਨੂੰ ਕੱਲੀ ਕਾਰੀ ਛੱਡ ਕੇ ਜਾਣ ਦਾ ਹੌਸਲਾ ਨਹੀਂ ਸੀ ਪੈਂਦਾ। ਰਹੀਮੇ ਦੀ ਮਾਂ ਜਦੋਂ ਆਪਣੀ ਪੂਰੇ ਦੇ ਮੂੰਹ ਉੱਤੇ ਤ੍ਰਿਖੀਆਂ ਤ੍ਰਿਖੀਆਂ ਪੀੜਾਂ ਉਸਟ ਵੱਟ ਪਾਲੀਆਂ ਲੈਂਦੀਆਂ ਸਨ, ਆਉਂਦੀ ਵਾਰੀ ਰਹੀਮੇ ਦੀ ਮਾਂ ਆਪਣੀ ਗਲੀ ਵੱਲ ਉਸੇ ਰੇਸ਼ਮਾ ਦਾਈ ਨੂੰ ਵੀ ਲੈਂਦੀ ਆਈ ਸੀ, ਜਿਨ੍ਹਾਂ ਰਹੀਮੇ ਦੀਆਂ ਦੋਹਾਂ ਘਰ ਵਾਲੀਆਂ ਨੂੰ ਦੋ ਦੋ ਤਰੇ ਤਰੇ ਮੁੰਡੇ ਕੁੜੀਆਂ ਜਮਾਈਆਂ ਸਨ। ਦਾਈ ਨੇ ਆਉਂਦਿਆਂ ਹੀ ਇੱਕ ਪੁਰਾਣੀ ਦਰੀ ਨੂੰ ਫਰਸ਼ ਉੱਤੇ ਪਾ ਕੇ ਪੂਰੋ ਨੂੰ ਲਿਟਾ ਦਿੱਤਾ। ਪੂਰੋ ਮੰਜੀ ਦੇ ਨਰਮਾਈ ਨੂੰ ਛੱਡ ਕੇ ਕਰਕੀ ਜ਼ਮੀਨ ਉੱਤੇ ਕੁਸਣ ਲੱਗ ਪਈ। ਰਸ਼ੀਦਾ ਬਾਹਰਲੀਆਂ ਮੁਹੱਠਾਂ ਕੋਲ ਖਲੋਤਾ ਰਿਹਾ। ਉਹਨੂੰ ਅੰਦਰੋਂ ਪੀੜੇ ਹੋਏ ਬੂਹੇ ਵਿੱਚੋਂ ਪੂਰੋ ਦੀਆਂ ਦੰਦਾਂ ਵਿੱਚ ਪਿੱਛੀਆਂ ਹੋਈਆਂ ਲੰਮੀਆਂ ਲੰਮੀਆਂ ਹੁੰਗਾਂ ਸੁਣਦੀਆਂ ਰਹੀਆਂ। ਉਹਦਾ ਜੀ ਕਰਦਾ ਸੀ ਪੂਰੋ ਦੇ ਪਿੰਡੇ ਵਿੱਚੋਂ ਬਹੁਤੀਆਂ ਨਹੀਂ ਤਾਂ ਅਤਪਚਦੀਆਂ ਪੀੜਾਂ ਕੱਟ ਕੇ ਆਪਣੇ ਪਿੰਡੇ ਵਿੱਚ ਪਾ ਲਵੇ। ਪੂਰੋ ਕੱਲੀ ਪਈ ਕੁਸਦੀ ਸੀ। ਦਾਈ ਨਵੀਂ ਕੌਰ ਦੀ ਪੱਖੀ ਨਾਲ ਪੂਰੋ ਦੇ ਮੂੰਹ ਉੱਤੇ ਹਵਾ ਦੇ ਨਿੱਕੇ ਨਿੱਕੇ ਝੋਲੇ ਦਿੰਦੀ ਰਹੀ। ਰਹੀਮ ਦੀ ਮਾਂ ਨੇ ਕਿੰਨੀ ਵਾਰ ਚਮਚੇ ਨਾਲ ਪਾਣੀ ਦਾ ਘੁੱਟ ਘੁੱਟ ਪੂਰੋ ਦੇ ਮੂੰਹ ਵਿੱਚ ਪਾਇਆ। ਤਿੰਨ ਉੱਚੀਆਂ ਚੀਕਾਂ ਦੇ ਪਿੱਛੇ ਬਾਹਰ ਖਲੋਤਾ ਰਸ਼ੀਦੇ ਨੇ ਬਾਲ ਦੇ ਟਟਿਆਣੇ ਦੀ ਆਵਾਜ਼ ਸੁਣੀ। ਉਸ ਤੋਂ ਪਿੱਛਾ ਪੂਰੋ ਦੀ ਕੋਈ ਆਵਾਜ਼ ਨਾ ਨਿਕਲੀ। ਰਸ਼ੀਦੇ ਨੂੰ ਸਾ ਆਇਆ ਕਿ ਉਸ ਦੀ ਬੰਦ ਖਲਾਸ ਹੋ ਗਈ ਸੀ। ਰਸ਼ੀਦਾ ਦਾ ਜੀ ਕੀਤਾ ਉਹ ਅੰਦਰ ਲੰਘ ਜਾਵੇ। ਦਾਈ ਦੇ ਖੋਰੇ ਬਾਲ ਦੇ ਦੁਆਲੇ ਹੋਣੀ ਹੈ। ਉਹ ਆਪ ਜਾ ਕੇ ਪੂਰੋ ਨੂੰ ਕੁੱਟੇ ਨੱਪੇ। ਪੂਰੋ ਅਜੇ ਤੱਕ ਉਹਦੇ ਹੱਥੋਂ ਰੋਂਦੀ ਹੀ ਰਹੀ ਸੀ, ਅਜੇ ਤੱਕ ਉਹਦੇ ਕਰਕੇ ਕੁੱਸਦੀ ਹੀ ਰਹੀ ਸੀ। ਪਰ ਅੰਦਰ ਉਹਦੀ ਚਾਚੀ ਬੈਠੀ ਹੋਈ ਸੀ, ਅੰਦਰ ਦਾਈ ਬੈਠੀ ਹੋਈ ਸੀ। ਜਿੰਨਾ ਚਿਰ ਉਹ ਆਪ ਨਾ ਰਸ਼ੀਦੇ ਨੂੰ ਅੰਦਰ ਬੁਲਾਉਣ, ਰਸ਼ੀਦੇ ਦਾ ਅੰਦਰ ਜਾਣਾ ਬੜਾ ਸ਼ੋਧਾਪਨ ਲੱਗਦਾ ਸੀ। ਮਿੱਟਾਂ ਉੱਤੇ ਮਿੱਟ ਗੁਜ਼ਰ ਗਈ, ਪੂਰੋ ਦੀ ਫਿਰ ਵੀ ਆਵਾਜ਼ ਨਾ ਆਈ। ਰਸ਼ੀਦੇ ਦੇ ਜੀ ਨੂੰ ਇੱਕ ਹੋਲ ਪਿਆ। ਪੂਰੋ ਜੀਂਦੀ ਤਾਂ ਸੀ, ਰਾਤ ਮਸਾਂ ਵੀ ਆਵਾਜ਼ ਕਿਉਂ ਨਹੀਂ ਆਈ? ਸਵਾਰਾ ਅੱਧਾ ਘੰਟਾ ਲੰਘ ਗਿਆ ਜਦੋਂ ਦਾਈ ਨੇ ਬਾਹਰ ਆ ਕੇ ਰਸ਼ੀਦੇ ਨੂੰ ਕਿਹਾ, ਮੁਬਾਰਕਾਂ ਨੀ ਪੁੱਤਰਾ, ਘਰ ਜਾਤਕ ਹੋਇਆ ਹੈ। ਉਹਦਾ ਕੀ ਹਾਲ ਹੈ? ਰਸ਼ੀਦੇ ਦੇ ਮੂੰਹੋਂ ਨਿਕਲਿਆ, ਖੈਰੀ ਮੈਰੀ ਹੈ ਪੁੱਤਰਾ, ਇੰਜ ਹੀ ਮਿਲਖਾਂ ਵਪਦੀਆਂ ਨੇ, ਹੋਰ ਕਈ ਪੁੱਤਰ ਛੋਤੇ ਤੇ ਨਹੀਂ ਡੈ ਪੈਂਦੇ। ਦਾਈ ਨੇ ਇੱਕ ਅਜਿਹੇ ਹੌਸਲੇ ਨਾਲ ਮੁਸਕੁਰਾ ਕੇ ਆਖਿਆ ਜਿਸ ਹੌਸਲੇ ਨਾਲ ਉਸਨੂੰ ਸਹਿ ਤ੍ਰਿੰਤਾ ਦੀਆਂ ਪੀੜਾਂ ਆਪਣੀਆਂ ਹੱਥਾਂ ਉੱਤੇ ਚਲਦੀਆਂ ਸਨ। ਜਦੋਂ ਰਸ਼ੀਦਾ ਅੰਦਰ ਲੰਘਿਆ, ਲੰਮੀ ਪਈ ਹੋਈ ਪੂਰੋ ਦੀਆਂ ਅੱਖਾਂ ਨੁੱਟੀਆਂ ਹੋਈਆਂ ਸਨ। ਉਹਦੇ ਪਾਸੇ ਨਾਲ ਇੱਕ ਚਿੱਟ ਚਿੱਟ ਪਲ ਵਿੱਚ ਲਪਿਟਿਆ ਹੋਇਆ ਉਹਦਾ ਅਤੇ ਰਸ਼ੀਦੇ ਦਾ ਪੁੱਤਰ ਅੰਗੂਠਾ ਪਿਆ ਚੂਸਦਾ ਸੀ। ਰਸ਼ੀਦੇ ਦੇ ਅੰਦਰੋਂ ਇੱਕ ਗੁਲਾਮ ਉੱਠਿਆ। ਉਹਨੇ ਪੂਰੇ ਨੂੰ ਜਿੱਤ ਲਿਆ ਸੀ। ਜੂਏ ਦੀ ਇਸ ਖੇਡ ਵਿੱਚ ਉਹਨੇ ਸਾਰੀ ਦੀ ਸਾਰੀ ਪੂਰੋ ਨੂੰ ਜਿੱਤ ਲਿਆ ਸੀ। ਹੁਣ ਪੂਰੋ ਨਿਰੀ ਉਹਦੀ ਨਾਸ ਕੇ ਆਉਂਦੀ ਹੋਈ ਰਖੇਲ ਨਹੀਂ ਸੀ। ਹੁਣ ਪੂਰੋ ਨਿਰੀ ਉਹਦੀ ਕਰ ਪਈ ਹੋਈ ਤ੍ਰੀਮਤ ਨਹੀਂ ਸੀ। ਹੁਣ ਪੂਰੋ ਉਹਦੇ ਪੁੱਤਰ ਦੀ ਮਾਂ ਸੀ। ਰਹੀਮੇ ਦੀ ਮਾਂ ਨੇ ਜਿਵੇਂ ਆਖਿਆ, ਰਸ਼ੀਦੇ ਨੇ 1 ਰੁਪਈਏ ਦੇ ਗੁੜ ਦੀ ਰੋੜੀ ਪੁੱਤਰ ਦੇ ਸਿਰ ਉੱਠੋਂ ਵਾਰ ਕੇ ਹੁਣ ਪੂਰੇ ਦੀਆਂ ਉਂਗਲੀਆਂ ਅੱਖੀਆਂ ਖੁੱਲੀਆਂ ਉਸਨੇ ਰਸ਼ੀਦੇ ਨੂੰ ਤੱਕਿਆ। ਹੁਣ ਤੂੰ ਮੈਨੂੰ ਕੀ ਆਨਾ ਹੈ? ਮੈਂ ਤੈਨੂੰ ਆਪਣਾ ਆਪ ਦਿੱਤਾ, ਮੈਂ ਤੈਨੂੰ ਇੱਕ ਪੁੱਤਰ ਦਿੱਤਾ, ਹੁਣ ਮੇਰੇ ਕੋਲ ਬਾਕੀ ਕੀ ਰਹਿ ਗਿਆ ਹੈ? ਪੂਰੋ ਆਪਣੀ ਗੁੰਮਸੁੰਮ ਜੀਭ ਨਾਲ ਜਿਵੇਂ ਰਸ਼ੀਦੇ ਨੂੰ ਕਹਿ ਰਹੀ ਸੀ। ਉਸਨੇ ਫਿਰ ਅੱਖਾਂ ਨੁੱਟ ਲਈਆਂ।
ਤੱਤੇ ਗੁੜ ਦੇ ਪੀਸੇ ਹੋਏ ਬਦਾਮਾਂ ਦੇ ਕੁਝ ਚਮਚੇ ਲੈ ਕੇ ਜਦੋਂ ਪੂਰਾ ਦੇ ਅੰਗਾਂ ਵਿੱਚ ਅਗਾਸ ਪਏ, ਪੂਰੋ ਨੇ ਤੱਕਿਆ ਉਹਦੀ ਖੱਬੀ ਬਾਹ ਨਾਲ ਉਹਦੇ ਬਾਲ ਦਾ ਕੂਲਾ ਕੂਲਾ ਮੂੰਹ ਪਿਆ ਕਰਸਦਾ ਸੀ। ਪੂਰੋ ਦੇ ਅੰਤ ਰਹਿ ਉੱਠੇ। ਉਸਨੂੰ ਲੱਗਾ ਇੱਕ ਕੁੱਲੀ ਚਿੱਟੀ ਮੁੰਡੀ ਉਹਦੇ ਪਿੰਡੇ ਉੱਤੇ ਪਈ ਚੜ੍ਹਦੀ ਸੀ। ਉਸਨੂੰ ਇੱਕ ਕਰਹਤ ਆਈ। ਉਹਦਾ ਜੀ ਕੀਤਾ ਆਪਣੀ ਬਾਹ ਨਾਲ ਲੱਗੀ ਹੋਈ ਮੁੰਡੀ ਨੂੰ ਉਹ ਛੱਡ ਸੁੱਟੇ, ਆਪਣੇ ਪਾਸੇ ਨਾਲੋਂ ਚਾੜ ਦੇਵੇ। ਇਸ ਤਰ੍ਹਾਂ ਜਿਵੇਂ ਕੋਈ ਨੂੰਹਾਂ ਵਿੱਚੋਂ ਆੜ ਕੇ ਚੁੱਭੇ ਹੋਏ ਕੰਡੇ ਨੂੰ ਕੱਢ ਦੇਵੇ, ਜਿਸ ਤਰ੍ਹਾਂ ਕੋਈ ਚੰਬੜੇ ਹੋਏ ਬੱਖਣ ਨੂੰ ਲਾ ਸੁੱਟੇ, ਜਿਸ ਤਰ੍ਹਾਂ ਕੋਈ ਚੁੰਮਟੇ ਹੋਏ ਚਿੱਚੜ ਨੂੰ ਤਰੋੜ ਦੇਵੇ, ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਭਰਾ ਸੁੱਟੇ। ਰਹੀਮ ਦੀ ਮਾਂ ਨੇ ਪੂਰੇ ਦੇ 13 ਦਿਹਾੜੇ ਇਹਨਾਂ ਦੇ ਘਰ ਰਹਿਣਾ ਸੀ। ਅਜੇ ਤਾਂ ਪੂਰੋ ਨੂੰ ਮੁੰਡਾ ਜੰਮਿਆ 4 ਦਿਨ ਹੋਏ ਸਨ। 5ਵੇਂ ਦਿਨ ਪੂਰੋ ਨੇ ਦੁੱਧ ਉਤਾਰਿਆ। ਰੂਹ ਦੀਆਂ ਬੱਤੀਆਂ ਬਣਾ ਬਣਾ ਕੇ ਦਾਈ ਉਹਦੇ ਮੁੰਡੇ ਨੂੰ ਦੁੱਧ ਦੀਆਂ ਬੂੰਦਾਂ ਮੂੰਹ ਲਾਉਂਦੀ ਰਹੀ ਸੀ। ਅੱਜ ਇਸ ਨੇ ਮੁੰਡੇ ਨੂੰ ਪੂਰੋ ਦੇ ਦੁੱਧ ਅੱਗੇ ਪਾਇਆ। ਮੁੰਡਾ ਪੂਰੋ ਦੀ ਝੋਲੀ ਵਿੱਚ ਪਿਆ ਰਿਹਾ। ਮੁੰਡਾ ਪੂਰੋ ਦੇ ਮਾਸ ਨਾਲ ਚੁੰਮਟਿਆ ਰਿਹਾ। ਪੂਰੋ ਦੀਆਂ ਅੰਦਰਾਂ ਵਿੱਚ ਇੱਕ ਖਿੱਚ ਪਈ। ਪੂਰੋ ਦਾ ਜੀ ਕੀਤਾ ਮੁੰਡੇ ਨੂੰ ਗਲ ਨਾਲ ਲਾ ਕੇ ਰੋਵੇ। ਮੁੰਡਾ ਆਪਣੇ ਲੂ ਦਾ ਖਡੋਣਾ ਸੀ। ਮੁੰਡਾ ਉਹਦੇ ਆਪਣੇ ਮਾਸ ਦਾ ਬੁੱਤ ਸੀ। ਪਰੀ ਪਰਾਤੀ ਦੁਨੀਆਂ ਵਿੱਚ ਇਹੋ ਇੱਕ ਮੁੰਡਾ ਆਪਣਾ ਸੀ। ਉਸਨੇ ਕਦੀ ਮਾਂ ਦਾ ਮੂੰਹ ਨਹੀਂ ਤੱਕਣਾ। ਉਸਨੇ ਕਦੀ ਪਿਓ ਦਾ ਮੂੰਹ ਨਹੀਂ ਤੱਕਣਾ। ਉਹਨੇ ਕਦੀ ਭੈਣ ਭਰਾਵਾਂ ਦੇ ਮੂੰਹ ਨਹੀਂ ਤੱਕ ਸਕਣੇ। ਉਹ ਸਿਰਫ ਆਪਣੇ ਮੁੰਡੇ ਦਾ ਮੂੰਹ ਤੱਕਿਆ ਕਰੇਗੀ, ਜਿਹਦੀ ਲੂ ਵਿੱਚ ਉਹਦੇ ਆਪਣੇ ਮਾਂ ਪਿਓ ਦਾ ਲਹੂ ਵੀ ਰਲਿਆ ਹੋਇਆ ਸੀ। ਉਹਦੇ ਮਾਂ ਪਿਓ ਉਹਨੂੰ ਤੋੜ ਕੇ ਸੁੱਟ ਗਏ, ਪਰ ਆਪਣੇ ਲੂ ਨੂੰ ਕਿਵੇਂ ਵੱਖ ਕਰ ਲੈਣਗੇ? ਜਿਹੜਾ ਲੂ ਪੂਰੋ ਦੇ ਹੱਡਾਂ ਵਿੱਚ ਰਚਿਆ ਹੋਇਆ ਸੀ, ਜਿਹੜਾ ਲੂ ਪੂਰੋ ਦੇ ਘਰ ਜੰਮੇ ਪੁੱਤਰ ਦੇ ਲੂ ਵਿੱਚ ਮਿਲਿਆ ਹੋਇਆ ਸੀ। ਮੁੰਡਾ ਪੂਰੋ ਦੇ ਦੁੱਧ ਚੁਗਦਾ ਰਿਹਾ। ਫਿਰ ਪੂਰੋ ਨੂੰ ਲੱਗਾ ਇਹ ਮੁੰਡਾ ਜ਼ਬਰਦਸਤੀ ਉਹਦੀਆਂ ਨਾੜਾਂ ਵਿੱਚੋਂ ਉਹਦੇ ਦੁੱਧ ਨੂੰ ਪਰੂਕਦਾ ਪਿਆ ਸੀ। ਜ਼ਬਰਦਸਤੀ ਮੁੰਡੇ ਦੇ ਪਿਓ ਨੇ ਵੀ ਤਾਂ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ। ਮੁੰਡਾ ਵੀ ਤਾਂ ਆਪਣੇ ਪਿਓ ਦਾ ਪੁੱਤਰ ਸੀ, ਆਪਣੇ ਪਿਓ ਦਾ ਲੂ ਸੀ, ਆਪਣੇ ਪਿਓ ਦਾ ਮਾਸ ਸੀ, ਆਪਣੇ ਪਿਓ ਦਾ ਰੂਪ ਸੀ। ਜੋਰੀ ਇਹ ਮੁੰਡਾ ਉਹਦੇ ਜਿਸਮ ਵਿੱਚ ਧਰਿਆ ਗਿਆ ਸੀ। ਜੋਰੀ ਇਹ ਮੁੰਡਾ ਉਹਦੇ ਪੇਟ ਵਿੱਚ ਪਲ ਖਲੋਤਾ ਸੀ, ਅਤੇ ਹੁਣ ਜੋਰੀ ਇਹ ਮੁੰਡਾ ਉਹਦੀਆਂ ਨਾੜਾਂ ਵਿੱਚੋਂ ਦੁੱਧ ਪਰੂਕਦਾ ਪਿਆ ਸੀ। ਪੂਰੋ ਨੇ ਆਪਣੇ ਮੱਥੇ ਨੂੰ ਹੱਥ ਲਾਇਆ। ਅੱਗ ਵਿੱਚ ਪਈ ਹੋਈ ਇੱਟ ਵਾਂਗਣ ਉਹਦਾ ਮੱਥਾ ਗਰਮ ਸੀ। ਸ਼ਾਇਦ ਉਸਨੂੰ ਬੁਖਾਰ ਚੜਿਆ ਹੋਇਆ ਸੀ। ਉਸਦੇ ਸਿਰ ਵਿੱਚ ਇੱਕੋ ਖਿਆਲ ਪੈਣ ਲੱਗਾ, ਇਹ ਮੁੰਡੇ ਦਾ ਪਿਓ ਸਭ ਮਰਦ ਜਾਤ ਮਰਦ ਜੋ ਔਰਤ ਦੇ ਜਿਸਮ ਨੂੰ ਕੁੱਤੇ ਦੀ ਹੱਡੀ ਵਾਂਗਣ ਚੂਸਦੇ ਨੇ, ਕੁੱਤੇ ਦੀ ਹੱਡੀ ਵਾਂਗਣ ਚਬਾਉਂਦੇ ਨੇ। ਮੁੰਡਾ ਪੂਰੋ ਦਾ ਦੁੱਧ ਚੁਗਦਾ ਰਿਹਾ। ਪੂਰੋ ਦਾ ਮਨ ਖੂਹ ਦੀਆਂ ਟਿੱਡਾਂ ਵਾਂਗਣ ਪੜਦਾ ਰਿਹਾ ਤੇ ਖਾਲੀ ਹੁੰਦਾ ਰਿਹਾ। ਮਾਂ ਮਹਿੰਟਰ ਪੂਰੋ ਦੇ ਗੋਬਲੇ ਮੁੰਡੇ ਨੂੰ ਸਾਰੇ ਜਾਪਦੇ ਸਜਦੇ ਸਨ। ਸੁਤੜੀ ਦੇ ਪਲੰਗੀਰੀ ਉੱਤੇ ਪਾ ਕੇ ਪੂਰੋ ਉਸਨੂੰ ਤੱਕਦੀ ਰਹਿੰਦੀ। ਛੜੀਆਂ ਮਾਰ ਮਾਰ ਕੇ ਉਹ ਆਪਣੀ ਉਤਲੀ ਚਾਦਰ ਨੂੰ ਪੈਰ ਵਿੱਚ ਸਿੱਧ ਸੁੱਟਦਾ। ਚਾਂਦੀ ਦੀ ਇੱਕ ਪਤਲੀ ਜਿਹੀ ਪੰਜੇਬ ਪੂਰੋ ਨੇ ਉਹਦੇ ਪੈਰ ਵਿੱਚ ਪਾਈ ਹੋਈ ਸੀ। ਜਦੋਂ ਉਹ ਛੇੜੀਆਂ ਕੱਢਦਾ, ਪੰਜੇਬਾਂ ਦੀ ਨਿੱਕੀ ਨਿੱਕੀ ਜਿਹੀ ਛਣਕ ਪਲੰਗੀਰੀ ਉੱਤੇ ਛਣ ਛਣ ਕਰਦੀ। ਛੇੜੀਆਂ ਕੱਢਦੇ ਦਾ ਮੂੰਹ ਜ਼ੋਰ ਲਾ ਲਾ ਕੇ ਸੂਹਾ ਹੋ ਜਾਂਦਾ ਤੇ ਮੁੰਡੇ ਨੂੰ ਅੰਦਰ ਵਧਾਈ ਆਉਣ ਲੱਗ ਪੈਂਦੀ। ਫਿਰ ਪੂਰੋ ਉਹਦੇ ਹੱਥਾਂ ਵੱਲ ਤੱਕਦੀ
तालियां वलों उदे हथ असलो गोरे निछोहे सन ते हथा दी पिठ उत्ते मास एक तरह उभरिया होया सी कि पूरो नू निरे पूरे जिदा हथ मोमा दे उस बावे वर्गे लगदा जेड़ा बावा निक्की हुंदी उस दिए उसने सियामो आंदियां कलकत्ते दे एक बाजार विचो खरीदिया सी। उसने पावे ओ क्रोशिये नाल उड़ के चग्गा पाया सी निक्के मोतिया दी एक गानी पूरो के ओने पावे नू माला पाया सी। जावदे दे हथ ओ उक्का पुक्का सोमे दे उस बावे दा हथ वाकुर खुलब करदे सन। मोम दा बावा शायद अजे भी नहीं टुटिया होना पूरो सोचन लग पैंदी। कई वार कच दे मिट्टी दियां शहां दी म्याद भी केडी हुंदियां शायद अजे भी उस दी कोई पैन उस बावे नाल खेड़दी होवेगी। सवखते सवखते पूरो पहलियां नू जांदी रशीदा अपने पुत्तर कोल बैंदा। एक दिन अजे मुंह हनेरे ही सी ओ बार होके मुड़ पई सी। बारले मुसलक खूह तो उन्ने हथ पैर मांजे ते जदो अपने घर वल परतती पई सी उदी गली दी कुड़ी कमो उनू उदी नजर पई। सियाले दी निक्की निक्की ठंड उतर पई सी कमो पानी दी वलोटी दे नू डूमा दे एक थड़े जेहे उते रख के सा कटती पई सी। पूरो जदो उदे लागे दी लंगी कमो ने जिवें त्रह दे पानी दी विलोटी चुक लई। विलोटी दे पार शायद कमो दे मोडे कोलो सह ना जा सकिया। विलोटी कमो दे मोडे तो तिलकण नू पानी तिलकण नू पई। विलोटी दे थले टिकी हुई कमो दे खब्बे हथ दी तली कुट कोला दोहरी हुन ते आ गई सी। सज्जे हथ नाल वलोटी दे मुंह नू असारा दिता कमो दे मुंह निकलिया मां नी। पूरो दे पैर खड़ गए ओ कमो दे मोडे कोल हो गई। उसदा जी कीता दसां बारा वरिया दी टिंगर जिही कमो दे मोडिया तो वलोटी चुक लवे। कमो ओदे लाग लाग तुरी जावे। कमो जेड़ी पैरा वाणी सी ते कमो जेड़ी सदा खदर दी सावी सुथन दे पुचे छुंगी रखदी सी ते कमो जिदे लीका वाले चगे दी मोडे कोलो लगी हुई टाकी कदे उदड़ जांदी सी कदे फिर लग जांदी सी ते कमो जिदी मैली चुन्नी दे हमेशा लंगार लथे रहंदे सन ते कमो जिदियां लिंबा हमेशा वाण वर्गियां खुरियां ते खिड़ियां रहंदियां सन ते कमो जिसनू हमेशा पूरो ने पूरो ही दूरो ही तकिया सी अज कोल होके उदे उन्ना मोडियां तो वलोटी चुक लवे। जिन्ना मोडियां दी हड्डियां पित्तल दी वलोटी नाल पईयां वजदियां सन। बड़ी देर हो गई है पांडे दे पार हेठां दबी हुई कमो ने जिवें पूरो कोलो अजे देर ना होण दा इक हौसला मंगिया। अज तां दिन वी नहीं फटिया पूरो ने नरमे नाल कहा। कुड़ी नूं खोरे हौसला आ गया उन्हें मोडिया दा पार फिर जमीन उत्ते तर दिता। वलोटी दे मुंह विचों भुख क पानी छलक के कमो दे मोडिया उत्ते आ पिया। किसियां हुईयां लीकां वाले जग्गे नूं त्रोक के पानी ने कमो ने पिंड नूं ठारिया। सियालिया दी इक कंबनी कंबो दे मास विच फिर गई पूरो थम गई। कमो अपने पीले मुंह नाल पूरो वल तक के हस जिया पई। कड़ी क पहला कमो देर दी ढेर नाल दे पांडे दे पार नाल सहमी हुई सी। कमो दे मुंह उत्ते
ਜੰਮਿਆ ਹੋਇਆ ਸਹਿਮ ਹੀ ਹਮੇਸ਼ਾ ਪੂਰੋ ਨੇ ਵੇਖਿਆ ਸੀ। ਉਸ ਘੜੀ ਉਹਦੇ ਚੌੜੇ ਹੋਠਾਂ ਉੱਤੇ ਖਿਲਰਿਆ ਹੋਇਆ ਹਾਸਾ ਪੂਰੋ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸ ਕੁੜੀ ਨੂੰ ਹਾਸਾ ਹੱਸਣਾ ਹੀ ਨਹੀਂ ਆਉਂਦਾ ਹੋਵੇ ਅਤੇ ਉਹ ਐਵੇਂ ਆਪਣੇ ਬੁੱਲਾਂ ਨੂੰ ਮਰੋੜਦੀ ਪਈ ਹੋਵੇ ਜਿਵੇਂ ਕਿਸੇ ਨੂੰ ਮੂੰਹ ਚੁਗਾਈ ਦਾ ਹੈ। ਕੰਮੋ, ਤੂੰ ਰੋਜ਼ ਇਸੇ ਵੇਲੇ ਆਉਂਦੀ ਹੈ? ਪੂਰੋ ਨੇ ਕੰਮੋ ਨੂੰ ਪੈਂਦੀਆਂ ਵਾਜਾਂ ਤੋਂ ਕੰਮ ਦਾ ਨਾਂ ਸੁਣਿਆ ਹੋਇਆ ਸੀ। ਅੱਜ ਕੁਛ ਦੇਰ ਹੋ ਗਈ ਹੈ, ਲੱਗਦੀ ਹੈ ਮੈਨੂੰ ਮਾਰ ਪਏਗੀ। ਕੰਮੋ ਨੇ ਫਿਰ ਵਲੋਟੀ ਨੂੰ ਹੱਥ ਪਾ ਲਿਆ ਜਿਵੇਂ ਵੇਲੇ ਦੇ ਵਕਤ ਦਾ ਨਾਂ ਉਹਦੇ ਵਾਸਤੇ ਬੜਾ ਡਰਾਉਣਾ ਸੀ। ਉਹਦਾ ਹਾਸਾ ਕੱਚੇ ਰੰਗ ਵਾਂਗਣ ਉਹਦੇ ਮੂੰਹ ਤੋਂ ਲਹਿ ਗਿਆ ਅਤੇ ਹੇਠੋਂ ਉਹ ਪਹਿਲਾਂ ਜੰਮਿਆ ਹੋਇਆ ਸਹਿਮ ਉਹਦੇ ਮੂੰਹ 'ਤੇ ਨਿਕਲ ਆਇਆ। ਕੰਮੋ, ਉਹ ਤੇਰੀ ਕੀ ਲੱਗਦੀ ਹੈ? ਚਾਚੀ, ਕੰਮੋ ਨੇ ਕਿਹਾ ਅਤੇ ਕੰਮੋ ਦੀ ਬਾਂਹ ਵਲੋਟੀ ਦੇ ਪਾਰ ਹੇਠਾਂ ਮੁੜਕ ਗਈ। ਖੋਰੇ ਉਹਦੇ ਪਾਰ ਨਾਲ ਕੀ ਖੋਰੇ ਚਾਚੀ ਦੇ ਹਰਫ ਨਾਲ। ਜੇ ਤੂੰ ਕਹੇ ਤੇ ਮੈਂ ਤੇਰੀ ਵਲੋਟੀ ਚਾ ਲਵਾਂ, ਪੂਰੋ ਨੇ ਕਿਹਾ, ਪਰ ਆਪਣੀ ਬਾਂਹ ਅੱਗੇ ਕੋਈ ਨਾ ਕੀਤੀ। ਉਸਨੂੰ ਚੰਗੀ ਤਰ੍ਹਾਂ ਚੇਤੇ ਸੀ ਕਿ ਸਾਰੇ ਲੋਕ ਜਾਣਦੇ ਨੇ ਕਿ ਉਹਦਾ ਨਾਂ ਹਮੀਦਾ ਹੈ, ਹਮੀਦਾ ਰਸ਼ੀਦੇ ਦੀ ਔਰਤ ਹੈ ਅਤੇ ਕੰਮੋ ਇੱਕ ਹਿੰਦੂ ਕੁੜੀ ਹੈ। ਵਲੋਟੀ ਪਿੱਟ ਜਾਏਗੀ, ਕੰਮੋ ਨੇ ਨਿਜਕ ਆਖਿਆ। ਪਾਣੀ 'ਤੇ ਨਹੀਂ ਪਿੱਟਣ ਲੱਗਾ, ਮੈਂ ਪਾਣੀ ਨੂੰ ਹੱਥ ਨਹੀਂ ਲਾਉਂਦੀ, ਜਾ ਕੇ ਬਾਹਰੋਂ ਵਲੋਟੀ ਮਾਂਜ ਲਵੀ, ਪੂਰੋ ਕਹਿੰਦੀ ਕਹਿੰਦੀ ਹੱਸ ਪਈ। ਕੰਮੋ ਵੀ ਜਿਵੇਂ ਹੱਸ ਪਈ, ਪਰ ਕੰਮੋ ਨੇ ਵਲੋਟੀ ਚੁੱਕੀ ਰੱਖੀ। ਦੋਵੇਂ ਮੱਸਾਂ ਗੇਣਵੇਂ ਕਦਮ ਹੀ ਗਈਆਂ ਸਨ ਕਿ ਕੰਮੋ ਦਾ ਪੈਰ ਦੋਹਰਾ ਜਾ ਪਿਆ। ਪੂਰੋ ਦੇ ਡਿੱਗਦੀ ਵਲੋਟੀ ਫੜ ਲਈ, ਪਰ ਕੰਮੋ ਰੋੜਾਂ ਉੱਤੇ ਟਹਿ ਪਈ, ਉਸਦਾ ਪੈਰ ਮਚਕੋੜਿਆ ਗਿਆ ਸੀ। ਪੂਰੋ ਨੇ ਵਲੋਟੀ ਭਰ ਕੇ ਕੰਮੋ ਦਾ ਪੈਰ ਨਾਪਿਆ, ਹੱਥ ਦੀ ਤਲੀ ਨਾਲ ਉਸਨੂੰ ਗੀਟੇ ਕੋਲੋਂ ਪੈਰ ਨੂੰ ਮਲਿਆ। ਲੱਛੇ ਵਾ ਕੰਮੋ ਉੱਠਣ ਜੋਗੀ ਹੋ ਗਈ। ਪੂਰੋ ਵਲੋਟੀ ਚੁੱਕ ਕੇ ਉਹਦੇ ਨਾਲ ਨਾਲ ਤੁਰਦੀ ਪਈ। ਮਾਂ ਨੀ, ਕੰਮੋ ਦਾ ਰੋਣਾ ਨਿਕਲ ਗਿਆ। ਪੂਰੋ ਨੂੰ ਜਿਵੇਂ ਲੱਗਾ ਜਿਵੇਂ ਕੰਮੋ ਆਪਣੇ ਸਾਰੇ ਦੁੱਖਾਂ ਦੇ ਉਲਾਂਭੇ ਆਪਣੀ ਮੋਈ ਹੋਈ ਮਾਂ ਨੂੰ ਪਈ ਦਿੰਦੀ ਹੋਵੇ। ਜਮ ਸਾੜ ਕੇ ਸਾਡੇ ਜੋਗੀ ਤਰ ਗਈ ਹੈ ਨੀ ਤੈਨੂੰ? ਪੂਰੋ ਨੇ ਕਈ ਵਾਰ ਕੰਮੋ ਦੀ ਚਾਚੀ ਨੂੰ ਕਹਿੰਦੇ ਸੁਣਿਆ ਸੀ। ਕੰਮੋ ਦੀ ਨਾ ਮਾਂ ਸੀ ਨਾ ਪਿਓ। ਪਿਓ ਤੇ ਖੋਰੇ ਕੰਮੋ ਨੂੰ ਕੰਮੋ ਦਾ ਜਿਉਂਦਾ ਸੀ, ਪਰ ਕਹਿੰਦੇ ਸਨ ਕਿ ਉਹਨੇ ਸ਼ਹਿਰ ਵਿੱਚ ਕੋਈ ਜਨਾਨੀ ਰੱਖੀ ਹੋਈ ਸੀ ਜਿਹੜੀ ਕੰਮੋ ਨੂੰ ਮੱਥੇ ਨਹੀਂ ਸੀ ਲਾਉਂਦੀ ਅਤੇ ਇਸ ਲਈ ਕੰਮੋ ਦਾ ਪਿਓ ਵੀ ਕੰਮੋ ਨੂੰ ਮੱਥੇ ਨਹੀਂ ਸੀ ਲਾਉਂਦਾ। ਪੂਰੋ ਸੋਚੀ ਗਈ, ਮਾਵਾਂ ਮਰ ਜਾਣ ਤਾਂ ਪਿਓ ਵੀ ਮਤਰੇ ਹੋ ਜਾਂਦੇ ਨੇ। ਸੋਚਦੀ ਸੋਚਦੀ ਆਪਣੀ ਸੋਚਾਂ ਵਿੱਚ ਲੈ ਗਈ, ਮਾਵਾਂ ਜਿਉਂਦੀਆਂ ਹੋਣ ਤਾਂ ਵੀ ਪਿਓ ਮਤਰੇ ਹੋ ਜਾਂਦੇ ਨੇ, ਮਾਵਾਂ ਵੀ ਮਤਰੇਈਆਂ ਹੋ ਜਾਂਦੀਆਂ ਨੇ। ਪਿੰਡ ਦਾ ਮੂੰਹ ਸਾਫ਼ ਦਿਸਣ ਲੱਗ ਪਿਆ ਸੀ, ਚੜ੍ਹਨਾ ਵੀ ਉੱਚਾ ਹੋ ਗਿਆ ਸੀ ਅਤੇ ਉਹਨਾਂ ਦੀ ਗਲੀ ਵਾਲਾ ਮੋੜ ਵੀ ਨੇੜੇ ਆ ਗਿਆ ਸੀ। ਨਾਲੇ ਦੋਹਾਂ ਨੂੰ ਡਰ ਸੀ ਪੂਰੋ ਦੀ ਵਲੋਟੀ ਚੁੱਕਿਆ ਕੋਈ ਤੱਕ ਲਏਗਾ। ਕੰਮੋ ਨੇ ਥਿੜਕਦੇ ਪੈਰਾਂ ਨਾਲ ਵਲੋਟੀ ਸੰਭਾਲੀ। ਪੂਰੋ ਨੇ ਕਾਲੇ ਕਾਲੇ ਕਦਮ ਪੁੱਟੇ ਅਤੇ ਕੰਮੋ ਨਾਲੋਂ ਨਿਖੜ ਕੇ ਗਲੀ ਵੱਲ ਹੋ ਗਈ। ਉਸੇ ਦੁਪਹਿਰ ਨੂੰ ਮੁੰਡਾ ਖੇੜਾ ਪਿਆ ਹੋਇਆ ਸੀ ਅਤੇ ਪੂਰੋ ਆਪਣੇ ਮੁੰਡੇ ਨੂੰ ਵਰਾਂਦੀ ਪਈ ਸੀ ਜਦੋਂ ਕੰਮੋ ਉਹਦਾ ਬੂਹਾ ਤੱਕ ਕੇ ਉਹਦੇ ਘਰ ਆਈ। ਪੂਰੋ ਨੇ ਅਗਾਹ ਹੋ ਕੇ ਕੰਮੋ ਨੂੰ ਆਪਣੇ ਪਾਸੇ ਨਾਲ ਘੁੱਟ ਲਿਆ। ਉਸਨੂੰ ਜਾਪਿਆ ਉਹਦੇ ਮੁੰਡੇ ਨਾਲੋਂ ਵੀ ਬਹੁਤ ਕੰਮੋ ਉਹਦੇ ਵਰਾਣ ਜੋਗੀ ਸੀ, ਕੰਮੋ ਜਿਹਦੇ ਸੁੱਕੇ ਅਥਰੂਆਂ ਨੂੰ ਕੋਈ ਨਹੀਂ ਸੀ ਚੱਲਦਾ। ਪੂਰੋ ਦੀ ਬਾਂਹ ਵਿੱਚ ਕੰਮੋ ਦੇ ਅਥਰੂ ਟਹਿ ਪਏ। ਪੂਰੋ ਦਾ ਇਹੋ ਹੀ ਜੀ ਕਰੇ ਜਿਵੇਂ ਉਹ ਜਾਵਦੇ ਦੀ ਮਾਂ ਹੈ, ਤਿਵੇਂ ਹੀ ਕੰਮੋ ਦੀ ਮਾਂ ਬਣ ਜਾਏ। ਕੰਮੋ ਅੜੀਆਂ ਭਰੇ ਕੰਮੋ ਖੇੜੇ ਪਾਵੇ
ਤੇ ਉਹ ਕੰਮੋ ਨੂੰ ਚੁੱਕ ਚੁੱਕ ਵਰਾਵੇ। ਕੰਮੋ ਨੂੰ ਲੈ ਕੇ ਫਿਰ ਕੰਮੋ ਨੂੰ ਚੁੰਮੇ ਚੁੰਮ ਚੁੰਮ ਥੱਕੇ। ਉਹ ਜਾਵਦੇ ਦੀ ਮਾਂ ਬਣ ਜਾਵੇ, ਉਹ ਇੱਕ ਚੰਗੀ ਧੀ ਨਹੀਂ ਬਣ ਸਕੀ, ਉਹ ਇੱਕ ਚੰਗੀ ਮਾਂ ਬਣ ਜਾਵੇ। ਕੰਮੋ ਹਿੰਦੂ ਸੀ ਤੇ ਪੂਰੋ ਇੱਕ ਮੁਸਲਮਾਨ ਸੀ, ਭਾਵੇਂ ਅਜੇ ਤੱਕ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਹੀ ਸੋਚਦੀ ਸੀ। ਕੰਮੋ ਨੇ ਪੂਰੋ ਦੇ ਘਰ ਕੁਝ ਖਾਣਾ ਨਹੀਂ ਸੀ। ਪੂਰੋ ਦਾ ਜੀ ਕਰਦਾ ਸੀ ਉਹ ਕੰਮੋ ਨੂੰ ਗਰਾਈਆਂ ਦੇਵੇ, ਉਹ ਕੰਮੋ ਨੂੰ ਦੁੱਧ ਦਾ ਕਟੋਰਾ ਪਿਆਵੇ। ਪੂਰੋ ਨੇ ਫਿਰ ਕੰਮੋ ਦਾ ਪੈਰ ਮੱਲਿਆ, ਹੱਥਾਂ ਦੀਆਂ ਤਲੀਆਂ ਨਾਲ ਤੱਤਾ ਘਿਓ ਜਿਸ ਦੀਆਂ ਰੂਹ ਦੇ ਲਗੜਾਂ ਨਾਲ ਸੇਕ ਕੀਤਾ। ਹੁਣ ਕੰਮੋ ਕਾਲੀ ਪੈ ਗਈ। ਉਹਦੀ ਚਾਚੀ ਦਾ ਲਾਂਬਾ ਝਾੜੂ ਉਹਦੀਆਂ ਅੱਖਾਂ ਵਿੱਚ ਸਲਾਈਆਂ ਵਾਂਗਣ ਫਿਰਦਾ ਪਿਆ ਸੀ। ਕੰਮੋ ਤੁਲਾਈ ਨੰਗਦਨ ਵਾਲੀ ਸੂਈ ਲੈਣ ਦੇ ਬਹਾਨੇ ਆਈ ਸੀ। ਪੂਰੋ ਨੇ ਕੰਮੋ ਨੂੰ ਬਦਾਮਾਂ ਵਾਲਾ ਗੁੜ ਖਵਾਇਆ ਤੇ ਤੁਲਾਈ ਨੰਗਦਨ ਵਾਲੀ ਸੂਈ ਕੱਢ ਕੇ ਦਿੱਤੀ। ਸਿਆਲ ਪੋਰੇ ਪੈਰ ਉਤਰਦਾ ਆਉਂਦਾ ਸੀ। ਲੋਕਾਂ ਦੇ ਪਿੰਡਿਆਂ ਦੁਆਲੇ ਕੱਪੜੇ ਹੁਣ ਮੋਟੇ ਹੋ ਗਏ ਸਨ। ਲੋਕਾਂ ਨੇ ਰੂਹ ਪਰਵਾਹ ਪਰਵਾ ਕੇ ਕਾਲੀ ਚੀਟ ਦੀਆਂ ਫੂਤੀਆਂ ਬਣਵਾਈਆਂ ਸਨ। ਲੋਕਾਂ ਨੇ ਮੋਟੇ ਖੇਸਾਂ ਦੀਆਂ ਬੁਕਲਾਂ ਵਿੱਚ ਆਪਣੇ ਮੋਢਿਆਂ ਨੂੰ ਲਪੇਟ ਲਿਆ ਸੀ। ਕੰਮੋ ਆਪਣੀ ਉਮਰ ਦੇ ਵਰਿਆਂ ਨੂੰ ਖਾਂਦੀ ਜਾਂਦੀ ਸੀ। ਨਾ ਕੰਮੋ ਦੇ ਪਿੰਡੇ ਉੱਤੇ ਜਵਾਨੀ ਚੜ੍ਹਦੀ ਸੀ, ਨਾ ਕੰਮੋ ਦੇ ਪਿੰਡੇ ਉੱਤੇ ਕੱਪੜੇ ਵੱਟਦੇ ਸਨ। ਕੰਮੋ ਦੇ ਵਾਣੇ ਪੈਰ ਹੁਣ ਠਰਕਣ ਲੱਗ ਪਏ ਸਨ। ਪੂਰੋ ਨੇ ਕੰਮੋ ਲਈ ਇੱਕ ਨਵੀਂ ਜੁੱਤੀ ਬਣਵਾਈ, ਪਰ ਕੰਮੋ ਦੇ ਪੈਰਾਂ ਵਿੱਚ ਉਸ ਜੁੱਤੀ ਦਾ ਪੈ ਜਾਣਾ ਸੌਖਾ ਨਹੀਂ ਸੀ। ਸੋਚ ਸੋਚ ਕੇ ਇਹੋ ਗੱਲ ਬਣੀ ਭਈ ਕੰਮੋ ਨੇ ਉਹ ਜੁੱਤੀ ਪਾ ਲਈ ਤੇ ਚਾਚੀ ਨੇ ਆਖਿਆ, ਸਾਹਮਣੇ ਕਮਾਦ ਵੇਲੇ ਵਾਲੇ ਖੇਤ ਵਿੱਚੋਂ ਪਈ ਹੋਈ ਲੱਭੀ ਹੈ। ਚਾਚੀ ਮੰਨੇ ਤਾਂ ਨਾ ਪਈ, ਕਿਹੜੀ ਹੈ ਅਜਿਹਾ ਪਿੰਡ ਵਿੱਚ ਜਿਹੜੀ ਆਪਣੀ ਨਵੀਂ ਜੁੱਤੀ ਇਉਂ ਖੜਾ ਆਵੇ, ਪਰ ਚੁੱਪ ਕਰ ਰਹੀ। ਕੰਮੋ ਦੇ ਪੈਰੀ ਜੁੱਤੀ ਪਈ ਰਹੀ, ਪਰ ਨਵੀਆਂ ਚੀਜ਼ਾਂ ਰੋਜ਼ ਰੋਜ਼ ਤੇ ਨਹੀਂ ਕਿਸੇ ਨੂੰ ਲੱਭ ਸਕਦੀਆਂ। ਪੂਰੋ ਕੰਮੋ ਦੀਆਂ ਠੁਰਕਦੀਆਂ ਹੱਡੀਆਂ ਨੂੰ ਤੱਕਦੀ ਰਹਿੰਦੀ। ਸਿਰਫ ਸਵੇਰ ਦੀਆਂ ਹਨੇਰੀਆਂ ਨੂੰ ਪਤਾ ਸੀ ਕਿ ਪੂਰੋ ਰੋਜ਼ ਕੰਮੋ ਦੀ ਇੱਕ ਅੱਧ ਵਲੋਟੀ ਚੁੱਕ ਕੇ ਕੰਮੋ ਨੂੰ ਸਾਹ ਕਢਾਉਂਦੀ ਹੈ। ਕੰਮੋ ਇੱਕ ਅੱਧਾ ਫੇਰਾ ਪੂਰੋ ਦੇ ਘਰ ਵੀ ਲਾਂਦੀ, ਕਦੇ ਵੇਲਣੇ ਵਿੱਚ ਕਪਾਹ ਵੇਲੇ ਕੱਢਦੀ ਕੱਢਦੀ, ਕਦੀ ਚੱਕੀ ਵਿੱਚ ਛੋਲੇ ਦਲ ਲੈਂਦੀ, ਕਦੇ ਝੂਟ ਵਿੱਚ ਮਸਾਲਾ ਪੀ ਲੈਂਦੀ। ਪੂਰੋ ਉਹਦਾ ਹੱਥ ਵਟਾਉਂਦੀ, ਚਾਚੀ ਦਾ ਸਬਰ ਕੱਤਾ ਕੰਮ ਹੋ ਜਾਂਦਾ। ਨਿੱਕਾ ਜਿਹਾ ਜਾਵੇਦ ਕੰਮੋ ਨਾਲ ਹਿੱਲ ਗਿਆ ਸੀ। ਕਦੇ ਕੰਮੋ ਨਾ ਆਉਂਦੀ ਤਾਂ ਪੂਰੋ ਉਹਨੂੰ ਨਿੱਕੇ ਮੁੰਡੇ ਦਾ ਉਲਾਂਭਾ ਦਿੰਦੀ। ਕੰਮੋ ਅੱਗਾ ਲੱਗੇ ਦਾ ਕਦੇ ਕੁਸਾਂਦੀ ਨਹੀਂ ਸੀ। ਹੁਣ ਪੂਰੋ ਦੇ ਕੰਮੋ ਮਾਵਾਂ ਧੀਆਂ ਵਾਂਗਣ ਇੱਕ ਦੂਜੇ ਨਾਲ ਪਿੜ ਲੈਂਦੀਆਂ ਤੇ ਦੋ ਸਹੇਲੀਆਂ ਵਾਕਰ ਇੱਕ ਦੂਜੇ ਨਾਲ ਚੰਬੜ ਚੰਬੜ ਪੈਂਦੀਆਂ। ਕਈ ਵਾਰ ਪੂਰੋ ਦਾ ਜੀ ਕਰਦਾ ਉਹ ਕੰਮੋ ਲਈ ਕੁਝ ਬਣਾਵੇ। ਕੰਮੋ ਦੇ ਸੁੱਕੇ ਟਿੰਗਰ ਅੰਗਾਂ ਵਿੱਚੋਂ ਹੁਣ ਇੱਕ ਨਵਾਂ ਜਿਹਾ ਉਭਾਰ ਆਉਣ ਲੱਗ ਪਿਆ ਸੀ। ਕੰਮੋ ਦੀਆਂ ਪਿਚਕੀਆਂ ਹੋਈਆਂ ਗੱਲਾਂ ਉੱਤੇ ਇੱਕ ਫੇਰ ਆ ਗਿਆ ਸੀ। ਪੂਰੋ ਦੇ ਘਰ ਆ ਕੇ ਕੰਮੋ ਆਪਣਾ ਸਿਰ ਵਾਂਦੀ। ਪੂਰੋ ਖਿੰਦੇ ਦੇ ਹੱਥਾਂ ਲਾ ਕੇ ਕੰਮੋ ਦੀਆਂ ਮਿੱਡੀਆਂ ਕਰਦੀਆਂ। ਇੱਕ ਦਿਹਾੜੇ ਸਵੇਰੇ ਦੇ ਮੂੰਹ ਹਨੇਰਿਆਂ ਵਿੱਚ ਕੰਮੋ ਪੂਰੋ ਨੂੰ ਫੜ ਫੜ ਕੇ ਰੋਵੇ ਹੀ ਰੋਵੇ। ਪੂਰੋ ਨੂੰ ਨਿੱਜ ਲਾ ਕੇ ਤੱਕਿਆ, ਕੰਮੋ ਗੰਨੇ ਦੀ ਛਿਲੜ ਵਾਂਗਣ ਪੀਤੀ ਹੋਈ ਸੀ। ਪੂਰੋ ਨੇ ਬੜਾ ਕਲੇਜੇ ਨਾਲ ਲਾਇਆ, ਮੱਥਾ ਚੁੰਮਿਆ, ਪਰ ਕੰਮੋ ਸੀ ਕਿ ਉਹਨੂੰ ਰੋਂਦਿਆਂ ਸਾਹ ਨਹੀਂ ਸੀ ਆਉਂਦਾ। ਉਸ ਦੀ ਰੋ ਰੋ ਕੇ ਚੁੰਨੀ ਭਿੱਜੀ ਹੋਈ ਸੀ, ਉਸਦੇ ਰੋ ਰੋ ਕੇ ਹੱਥ ਭਿੱਜੇ ਹੋਏ ਸਨ। ਮੇਰੀ ਚਾਚੀ ਕਹਿੰਦੀ ਹੈ, ਜੇ ਤੂੰ ਹੁਣ ਉਹਦੇ ਘਰ ਗਈ ਤਾਂ ਮੈਂ ਤੇਰਾ
ਸਿਰਮਾ ਪੀ ਛੱਡਾਂਗੀ। ਆਖੀਰ ਕੌਮ ਨੇ ਕਿਹਾ ਤੇ ਪੂਰੋ ਦੀ ਛਾਤੀ ਨਾਲ ਸਿਰ ਲਾ ਕੇ ਰਚ ਕੇ ਫਿੱਸੀ, ਜਿਵੇਂ ਪੂਰੋ ਇੱਕ ਇੱਕੋ ਇੱਕ ਉਹਦਾ ਆਸਰਾ ਸੀ ਤੇ ਕੰਮੋ ਨੂੰ ਕੋਈ ਲੱਤਾਂ ਤੇ ਪਰੂਹਾਂ ਕੇ ਪਿਆ ਖਿੱਚਦਾ ਸੀ। ਪਰ ਕਿਉਂ, ਮੈਂ ਕੀ ਕੀਤਾ ਹੈ, ਪੂਰੋ ਨੇ ਰਹਿ ਕੇ ਪੁੱਛਿਆ। ਚਾਚੀ ਕਹਿੰਦੀ ਹੈ, ਸੁਣਿਆ ਹੈ ਉਹ ਤਾਂ ਉੱਦਲ ਕੇ ਆਈ ਹੋਈ ਹੈ, ਤੂੰ ਵੀ ਉਸੇ ਤਰ੍ਹਾਂ ਉੱਦਲ ਜਾਵੇਂਗੀ। ਕੰਮੋ ਨੇ ਰੋਣ ਠੱਲ ਕੇ ਆਖਿਆ। ਸਵੇਰੇ ਦਾ ਚੜ੍ਹਨਾ ਚਿੱਟਾ ਹੁੰਦਾ ਸੀ, ਪਰ ਟੁੱਟੀ ਹੋਈ ਪੂਣੀ ਵਾਂਗਣ ਹੋ ਗਿਆ ਸੀ।